ਸੱਤ ਨੰਬਰ ਚੈਪਟਰ 140 ਨੰਬਰ ਪੇਜ ਹੈ ਲੂੰਗੇ ਦਾ ਮਾਸੀਮ ਮੈਕਸੀਮਮ ਲੰਬਾਈ ਦੀ ਉਹਨਾਂ ਦੀ ਗੋਲੀ ਗੱਡੀ ਦੀ ਮੈਕਸੀਮਮ ਲੰਬਾਈ ਕਿੰਨੀ ਹੁੰਦੀ ਹੈ ਪਹਿਲਾਂ ਬਾਰਾਂ ਮੀਟਰ ਠੀਕ ਹੈ ਨੋਰਮਲੀ ਗੱਡੀ ਦੀ ਇੱਕ ਦੀ ਲੰਬਾਈ ਮੈਕਸੀਮਮ ਹੁੰਦੀ ਹੈ 12 ਮੀਟਰ ਠੀਕ ਹੈ ਕਹਿੰਦੇ ਕਹਿੰਦੇ ਰਹਿੰਦੇ ਵੀ ਗੋਲੀ ਇਸ ਕਲੂਜ਼ ਹੀ ਆਤੋਬੁਸ ਸਵਾਏ ਆਤੋਬੁਸ ਦੇ ਕਿਉਂਕਿ ਆਤੋਬੁਸ ਦੀਆਂ ਲੰਬੀ ਹੁੰਦੀਆਂ ਲੰਬਾਈਆਂ ਠੀਕ ਹੈ ਆਤੋਬੁਸ ਆਤੋ ਸੁਣੋ ਦੱਤ ਵੀ ਹੁੰਦੀ ਹੈ ਜਿਹੜੀ 18.5 ਹੁੰਦੀ ਗੱਲ ਨਾਲ ਠੀਕ ਹੈ ਅਤੇ ਇਸ ਕਰਕੇ ਆਤੋਬੁਸ ਨੂੰ ਚੜ ਗਏ ਕਿਉਂਕਿ ਆਤੋਬੁਸ ਥੋੜ੍ਹੀ ਜਿਹੀ ਜ਼ਿਆਦਾ ਲੰਬੀ ਹੁੰਦੀ ਹੈ ਅਤੇ ਇਹ ਸਮੀਰ ਮੋਰਗੇ ਵੀ 15.5 ਮੀਟਰ ਗੱਲ ਬਣਾਉਂਦੇ ਨੇ ਠੀਕ ਹੈ ਉਹਨਾਂ ਨੂੰ ਛੱਡ ਕੇ ਦੇਵੇ ਅਵੇਅਰ ਹੈ ਲੂੰਗੇ ਦਾ ਜਿਹੜੀ ਆਹ ਕੰਮ ਨਾਰਮਲ ਟਰੱਕ ਜਾਂ ਗੱਡੀ ਵਗੈਰਾ ਹੁੰਦੀ ਹੈ ਨੋਨ ਸੁਪਰੀਓਰ ਹੈ ਆ 12 ਮੈਤਰੀ 12 ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਕਿਵੇਂ ਅਵੇਅਰ ਹੋਇਆ ਠੀਕ ਹੈ ਕਹਿੰਦੇ ਲੂੰਗੇ ਦਾ ਮਾਸੀਮਾ ਨੋਨ ਸੁਪਰੀਓਰ ਹੈ ਦੂਸਰਾ ਕੁਐਸਚਨ ਕਹਿੰਦੇ ਜਿਹੜੀ ਲੰਬਾਈ ਮੈਕਸੀਮਮ ਹੈ ਨੀ ਵੱਧਣੀ ਚਾਹੀਦੀ ਦੇ ਬਿਕੋਲ ਹੀ ਨੋਨ ਫਿਸਾ ਤੋਂ ਤਾਂ ਨੋਰਮ ਹੈ ਜਿਹੜਾ ਨੀ ਫਿਕਸ ਹੁੰਦਾ ਹੈ ਕਾਨੂੰਨ ਦੇ ਤਹਿਤ ਦੇਖੋ ਕਾਨੂੰਨ ਦੇ ਤਹਿਤ ਫਿਕਸ ਹੁੰਦਾ ਤਾਂ ਹੀ ਸੀ ਤਾਂ 12 ਮੀਟਰ ਪੜ ਗਿਆ ਇਹਨਾਂ ਕਹਿੰਦੇ ਕਹਿੰਦੋ ਡਿਪੈਂਡ ਦੇ ਦਲਕਾਰੀ ਕੋ ਟਰਾਂਸਪੋਰਟ ਦਾ ਜਿਸ ਟਾਈਮ ਡਿਪੈਂਡ ਕਰਦਾ ਹੋਇਆ ਕਾਰੀ ਕੋ ਟਰਾਂਸਪੋਰਟ ਕਰਨਾ ਦੇਖੋ ਗਲਤ ਕਹਿੰਦੇ ਵੀ ਫਾਲਸ ਹੋਇਆ ਇਹ ਡਿਪੈਂਡ ਕਰਦਾ ਵੈ ਠੀਕ ਹੈ ਇਸ ਕਰਕੇ ਮੈਕਸੀਮਮ ਲੰਬਾਈ ਦਾ ਕਾਨੂੰਨ ਹੈ ਮੈਕਸ ਔਰ ਇਹਦੇ ਤੋਂ ਇਲਾਵਾ ਜੇ ਕਾਰੀ ਕੋ ਸਪੋਰਟ ਜਾਂਦੇ ਕਰੋ ਉਹਦੇ ਵੀ ਮੈਕਸੀਮਮ ਕਾਨੂੰਨ ਹੈ ਠੀਕ ਹੈ ਜਿਵੇਂ 30% ਵਗੈਰਾ ਹੁੰਦਾ ਇਸ ਕਰਕੇ ਫਾਲਸ ਹੋਇਆ ਇਹ ਕਹਿੰਦੇ ਵੀ ਲੋਕਾਂ ਦਾ ਮੈਕਸੀਮਮ ਹੀ ਹੈ ਠੀਕ ਹੈ ਲੰਬਾਈ ਮੈਕਸੀਮਮ ਹੀ ਜਿਵੇਂ ਕਿ ਤੁਹਾਨੂੰ ਪਤਾ ਅੱਤ ਸੁਣਾਉਂਦਾ ਤੀ ਜਾਂ ਅੱਤਬੁਸ ਵਗੈਰਾ ਦੀ ਜਿਹੜੀ ਮੈਕਸੀਮਮ ਰਿਮੋਰਕੀ ਦੇ ਨਾਲ ਹੁੰਦੀ ਹੈ ਉਹ 18.75 ਹੋ ਸਕਦੀ ਹੈ ਔਰ ਜਿਹੜੀਆਂ ਹੁੰਦੀਆਂ ਨੇ ਰਸਮੀ ਰਿਮੋਰਕੀ ਉਹਦੀ 15.50 ਮੀਟਰ ਹੋ ਸਕਦੀ ਲੰਬਾਈ ਅਤੇ ਆਤੋ ਅਤੇ ਕਲਾਸੀ ਦੀ ਕਿੰਨੀ ਹੋਣੀ ਚਾਹੀਦੀ ਹੈ ਜਿਵੇਂ ਸਾਡੇ ਕੋਲ ਪਹਿਲਾ ਕੁਐਸਚਨ ਹੈ ਕਹਿੰਦੇ ਵੀ ਲੂੰਗੇ ਦਾ ਮਾਸੀਮਮ ਮੈਕਸੀਮਮ ਜਿਹੜੀ ਲੰਬਾਈ ਹੈ ਹੁੰਦੀ ਹੈ ਇਹਦੀ ਆਤੋਰਤੀ ਗੁਲਾਹ ਦੀ ਕਿਹੜੀ ਗੱਡੀ ਹੁੰਦੀ ਹੈ ਜਿਹੜਾ ਲੰਬਾ ਟਰੱਕ ਹੁੰਦਾ 14 ਵੀਲਰ ਕਰ ਦੋ 14 ਵੀਲਰ ਟਰੱਕ 12 ਵੀਲਰ ਟਰੱਕ ਜਿਹੜੇ ਲੰਬੇ ਟਰੱਕ ਨਹੀਂ ਹੁੰਦੇ ਆ ਵੀ ਉਹਨਾਂ ਨੂੰ ਉਹਨਾਂ ਦੀ ਲੰਬਾਈ 16.5 ਮੈਤਰੀ ਫਿਰ ਕੇ ਅਵਾਂਜ਼ਾ ਮਹਿੰਤੋ ਦਾ ਆਬੀਆ ਪਰਟੀਕੁਲਾਰੇ ਕਰਤਰੀ ਸੀਗੇ ਕਿਉਂਕਿ ਉਹਦੇ ਅਵਾਂਜ਼ਾ ਮਹਿੰਤੋ ਦੀ ਕੋਈ ਖਾਸ ਕਿਸਮ ਦੀਆਂ ਖੂਬੀਆਂ ਨੇ ਇਸ ਕਰਕੇ ਉਹਦੀ 16.5 ਹੋ ਸਕਦੀ ਹੈ ਦਰੁਸਤ ਕਰਮੇ ਵੇਅਰ ਹੋਇਆ ਕਹਿਣ ਲੁੰਗੇ ਦਾ ਮਾਸੀਮੋ ਮੈਕਸੀਮਮ ਜਿਹੜੀ ਲੰਬਾਈ ਹੈ ਦੋਨੋਂ ਵਿਅਕਤ ਵਿਗੋਲੀ ਕਰਤ ਆਤੋਰਤੀ ਗੁਲਾਤੀ ਦੀ ਕੌਣ ਅਵਾਂਜ਼ਾ ਮਹਿੰਦੋ ਰਾਲਾ 3 ਮੈਤਰੀ ਜਿਹਦਾ ਰਾਲਾ ਅਵਾਂਜ਼ਾ ਮਹਿੰਦੋ 3 ਮੀਟਰ ਹੋਵੇ ਰਿਸਪੈਕਟ ਔਲ ਪਾਰਟ ਜ਼ਰੂਰੀ ਅਗਲੀ ਪਾਰਟ ਦੇ ਨਾਲ ਈ ਦਲ ਸਮੀਰ ਮੋਰਕੀਓ ਆ 15.3 ਜਿਹੜਾ ਸਮੀਰ ਮੋਰਕੀਓ ਅੱਗੇਗਾ ਜੇ ਆਪਣਾ ਆਤੋਰਤੀ ਗੁਲਾਤੀ ਦੇ ਪਿੱਛੇ ਅਤੇ 15.50 ਹੋਵੇਗੀ ਅਵਾਂਜ਼ਾ ਮਹਿੰਤੋ ਦੀ ਬੇਸ 'ਤੇ ਲੰਬਾਈ ਜਿਹੜੀ ਹੈ ਅਵਾਂਜ਼ਾ ਮਹਿੰਤੋ ਜਿਵੇਂ ਅਸੀਂ 10 ਨੰਬਰ ਵਿੱਚ ਪੜ੍ਹੇ ਹੋਏ ਹਾਂ ਦੁਬਾਰਾ ਪੜ੍ਹਾਂਗੇ ਫਿਰ ਠੀਕ ਹੈ ਅਵਾਂਜ਼ਾ ਮਹਿੰਦੋ ਹੁੰਦੀ ਹੈ ਜਿਹੜੀ ਕਿ ਗੱਡੀ ਦੀ ਸੈਂਟ ਪਿਛਲੇ ਦੂਸਰੇ ਜਿਹੜਾ ਮੋਟਰ ਦੇ ਦੂਸਰੇ ਟਾਇਰ ਹੁੰਦੇ ਨੇ ਜਿਹੜੇ ਜ਼ੋਰ ਲਾਉਣ ਵਾਲੇ ਹੁੰਦੇ ਨੇ ਉਹਨਾਂ ਤੋਂ ਲੈ ਕੇ ਔਰ ਰਾਲੇ ਦੇ ਤੱਕ ਅਵਾਂਜ਼ਾ ਮਹਿੰਤੋ ਦਾ ਏਰੀਆ ਹੁੰਦਾ ਹੈ ਜਿਹਦਾ ਅਸੀਂ ਡਿਟੇਲ ਨਾਲ 10 ਨੰਬਰ ਵਿੱਚ ਪੜ੍ਹੇ ਹੋਏ ਹਾਂ ਪੜ੍ਹਾਂਗੇ ਫਿਰ ਅੱਗੇ ਕਹਿੰਦੇ ਅਵਾਂਜ਼ਾ ਮਹਿੰਦੋ ਰਾਲਾ ਦੀ 3 ਮੈਤਰੀ ਰਿਸਪੈਕਟ ਤੋਂ ਭਾਰਤੀ ਅੰਦਰੂਰੀ ਅਗਲੀ ਸਾਈਡ ਦੇ ਨਾਲ ਆ ਸਮੀਰ ਮੋਰਕੇ ਹੋ ਸਕਦਾ 15.50 ਮੀਟਰ ਕਹਿੰਦਾ ਲੂੰਗੇ ਦਾ ਮਾਸੀਮਾ ਮੈਕਸੀਮਮ ਲੰਬਾਈ ਜਿਹੜੀ ਅੱਤੋ ਸੁਣੋ ਦਾਤੋ ਦੀ ਉਹ ਦੀ ਉਹਨਾਂ ਆਤੋਬੁਸ ਜਾਂ ਫਿਰ ਇੱਕ ਆਤੋਬੁਸ ਦੀ ਕੌਣ ਰਮੋਰਕੀ ਜਿੱਦਾਂ ਰਮੋਰਕੀ ਹੋਵੇ ਜਾਂ ਤਾਂ ਸੁਣਾ ਦਾ ਤਾਂ ਹੋਵੇ ਆਤੋ ਨਾ ਟੋਟਲ 16.75 ਦੀ ਹੋ ਸਕਦੀ ਹੈ ਜਾਂ ਬੱਸ ਰਮੋਰਕੀ ਦੇ ਨਾਲ ਹੋਵੇ ਬੱਸ ਦੇ ਪਿੱਛੇ ਵੀ ਰਮੋਰਕੀ ਲੱਗ ਸਕਦਾ ਠੀਕ ਹੈ ਅਤੇ ਉਹ ਹੋ ਸਕਦਾ ਮੈਕਸੀਮਮ 18.75 ਦਰੁਸਤ ਕਹਿੰਦੇ ਵੇਅਰ ਹੋਇਆ ਵੀ ਕਹਿਣ ਲੂੰਗੇ ਦਾ ਮਾਸੀਮਮ ਦੀ ਉਹਨਾਂ ਆਤੋ ਤਰੇਨੋ ਇੱਕ ਆਤੋ ਤਰੇਨੋ ਦੀ ਲੰਬਾਈ ਜਿਹੜੀ ਮੈਕਸੀਮਮ ਹੈ 18.75 ਫਿਰ ਕੇ ਇਲ ਕੰਪਲੇਤੋ ਦਿਲ ਵਿਕੋਲੋ ਆਬੀ ਏ ਪਰਟੀਕੁਲਾਰ ਹੈ ਮਿਜ਼ੂਰਾ ਕਿਉਂਕਿ ਕੰਪਲੀਟ ਗੱਡੀ ਦਾ ਜੇ ਇੱਕ ਕੰਪਲੀਟ ਗੱਡੀ ਹੋਵੇ ਤਾਂ ਉਹਦਾ ਕੋਈ ਪਰਟੀਕੁਲਾਰ ਮਸੂਰ ਕੋਈ ਕਿਸਮ ਦਾ ਖਾਸ ਕਿਸਮ ਦਾ ਮਸੂਰਾ ਹੋ ਸਕਦਾ ਠੀਕ ਹੈ ਆਤੋ ਤਰੇਨੀ ਦੀ ਮੁਰਾਦ ਹੁੰਦੀ ਹੈ ਜਿਹੜਾ ਕਿ ਇੱਕ ਟਰੱਕ ਹੈ ਜਿਵੇਂ ਕਿ ਆਤੋ ਪਰਟੀਕੁਲਾਰ ਅਤੇ ਉਹਦੇ ਪਿੱਛੇ ਇੱਕ ਰਮੋਰਕੀ ਹੋਇਆ ਪਲੱਸ ਕਹਿੰਦੇ ਬਿਜ਼ਾਰ ਕੇ ਕੀ ਹੁੰਦੇ ਬਿਜ਼ਾਰ ਕੇ ਹੁੰਦੇ ਨਾ ਉਹ ਜਿਹੜੀਆਂ ਲੰਬੀ ਲੰਬੀ ਗੱਡੀਆਂ ਹੁੰਦੀਆਂ ਨੇ ਉਹ ਗੱਡੀਆਂ ਟਰਾਂਸਪੋਰਟ ਕਰਨ ਲਈ ਕਾਰਾਂ ਵਗੈਰਾ ਟਰਾਂਸਪੋਰਟ ਕਰਨ ਲਈ ਤੁਸੀਂ ਦੇਖਿਆ ਹੋਣਾ ਬਹੁਤ ਲੰਬੀਆਂ ਗੱਡੀਆਂ ਹੁੰਦੀਆਂ ਨੇ ਬਾਜ਼ਾਰ ਕੇ ਅੱਤ ਵਿਕੋਲੀ ਪਰ ਟਰਾਂਸਪੋਰਟ ਤੋਂ ਦੀ ਅਲਤਰ ਵਿਕੋਲੀ ਬਾਜ਼ਾਰ ਕੇ ਉਹ ਅੱਤ ਵਿਕੋਲੀ ਹੁੰਦੀ ਜਿਹੜੀ ਟਰਾਂਸਪੋਰਟ ਕਰਦੀ ਹੈ ਦੂਜੀਆਂ ਗੱਡੀਆਂ ਨੂੰ ਵੱਡੇ ਵੱਡੇ ਟਰੱਕ ਹੁੰਦੇ ਨੇ ਪਿੱਛੇ ਗੱਡੀਆਂ ਲੱਦੀਆਂ ਹੁੰਦੀਆਂ ਉਹਨਾਂ ਦੇ ਉਹਨੂੰ ਬਾਜ਼ਾਰ ਕਹਿੰਦੇ ਪੋਸਨ ਅਵੇਅਰ ਲੂੰਗੇ ਜ਼ਾ ਮਾਸੀਮੋ ਡਿਫਰੈਂਟ ਕੁਆਲੇ ਪ੍ਰੀਵੀਸ ਦਾ ਅਲਤਰ ਵਿਕੋਲੀ
ਕਹਿੰਦੇ ਜਿਹੜਾ ਦੂਜੀਆਂ ਗੱਡੀਆਂ ਨੂੰ ਫਰਾਹਮ ਕੀਤਾ ਜਾਂਦਾ ਲੰਬਾਈ ਉਹਦੇ ਨਾਲੋਂ ਡਿਫਰੈਂਟ ਹੋ ਸਕਦੀ ਹੈ ਬਿਜ਼ਾਰ ਕੇ ਦੀ ਲੰਬਾਈ ਦਰੁਸਤ ਕਰਨ ਵੇਅਰ ਹੋਇਆ ਚੇਅਰਮੈਨ ਲੰਗੋਲਾ ਮਾਸੀਮੋ ਮੈਕਸੀਮਮ ਹੁੰਦਾ ਅੜਤੀ ਉੱਤੀ ਕਲਾਤੀ ਦਾ 1875 ਆਤੁਰਤੀ ਕਲਾਤ 1875 ਹੁੰਦੀ ਹੈ 1650 ਇਸ ਕਰਕੇ ਗਲਤ ਕਹਿੰਦੇ ਵੀ ਫਾਲਸ ਹੋਇਆ ਅਗਰ ਲੁਗੇ ਤਾਂ ਮਾਸੀਮੋ ਆਤੋ ਤਰੇਨ ਹੁੰਦਾ 1935 ਕਿਸੇ ਦਾ ਹੁੰਦਾ ਹੀ ਨਹੀਂ ਹੈ ਕਹਿੰਦੇ ਸਿਸਦੋਤਾ ਤੋਂ ਉਹ ਜਿਹੜਾ ਆਤੋ ਤਰੇਨ ਹੀ ਹੁੰਦਾ ਉਹਦਾ 1875 ਹੁੰਦਾ ਠੀਕ ਹੈ ਮੈਕਸੀਮਮ ਕਹਿੰਦੇ ਸਿਸਦੋਤਾ ਤੋਂ ਸਸਪੈਂਸ਼ੀਓ ਨੇ ਪਾਣੀ ਮਾਤੀ ਕੇ ਸੁਲਿਆਸੇ ਦਲਰ ਦਲਰ ਮੋਰ ਕਿਉ ਕਹਿੰਦੇ ਜੇ ਸਸਪੈਂਸ਼ੀਓ ਨੇ ਜੇ ਸ਼ੋਕਰ ਵਗੈਰਾ ਦਿੱਤੇ ਹੋਣ ਸ਼ੋਕਰਾ ਸਿਸਟਮ ਦਿੱਤਾ ਗਿਆ ਹੋਇਆ ਆਸਰ ਮੋਰ ਮੋਰ ਕੇ ਵੱਲ ਧੂਰੇ ਦੇ ਉੱਤੇ ਇਹ ਸਭਾਂ ਦਾ ਸਸਪੈਂਸ਼ਨ ਸਿਸਟਮ ਸਭਾਂ ਧੂਰਿਆਂ ਤਾਂ ਹੁੰਦਾ ਹੀ ਹੈ ਲੇਕਿਨ ਇਹਦੇ ਨਾਲ ਕੋਈ ਲੰਬਾਈ ਸ਼ਾਈ ਨਹੀਂ ਵਧਦੀ ਗਲਤ ਕਹਿੰਦੇ ਵੀ ਫਾਲਸ ਹੋਇਆ ਕਹਿੰਦੇ ਮੋਰ ਕਿਉਂ ਨੋਨ ਦੇਵੇ ਮਾਈ ਮਾਈ ਅੱਜ ਦਾ ਕੁਐਸਚਨ ਜ਼ਿਆਦਾਤਰ ਫਾਲਸ ਹੋ ਜਾਂਦੇ ਲੇਕਿਨ ਵੇਰੋ ਵਾਲੇ ਕਾਫੀ ਕੁਐਸਚਨ ਨੇ ਜ਼ਿਆਦਾਤਰ ਫਾਲਸ ਹੁੰਦੇ ਨੇ ਕਹਿੰਦੇ ਉਹਨਾਂ ਮੋਰ ਕਿਉਂ ਨੋਨ ਦੇਵੀ ਮਾਈ ਅਵੇਅਰ ਲੂੰਗੇ ਤਾਂ ਮਾਈਓਰੇ ਦਲ ਸਿਸਾਂਤਾ ਪਰਚੈਨ ਤੋਂ ਦਲ ਕੁਆਲੇ ਦਲ ਮੋਤਰੀ ਜੇ ਕਹਿੰਦੇ ਰਮੋਰਕੀ ਦਾ ਮੋਟਰ ਦੀ ਲੰਬਾਈ 60% ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਵੀ ਗਲਤ ਕਹਿੰਦੇ ਵੀ ਫਾਲਸ ਹੋਇਆ ਪਤਾ ਨਹੀਂ ਲੰਬਾ ਹੋ ਗਿਆ ਹਾਂਜੀ ਸੋਰੀ ਰਕਾਸੀ ਸਾਡਾ ਨਾ ਇੱਕ ਨਿੱਕਾ ਫੌਜੀ ਜਿਹੜਾ ਨਾ ਉਹ ਲੇਟ ਗਿਆ ਸੀ ਤਾਂ ਮੈਂ ਉਹਦਾ ਪਤਾ ਕਰਨ ਗਿਆ ਸੀ ਇੱਥੇ ਹੀ ਚਲੇ ਗਏ ਹੋ ਅੱਛਾ ਗੁਰਿੰਦਰ ਭਾਅ ਜੀ ਆਏ ਨੇ ਗੁਰਿੰਦਰ ਭਾਅ ਜੀ ਪੜ੍ਹਦੇ ਹੋਵੇ ਤੁਸੀਂ ਮੈਸੇਜ ਵੀ ਭੇਜਿਆ ਮੈਨੂੰ ਕੋਈ ਗੱਲ ਨਹੀਂ ਹੈ ਆਦਰਾ ਸਾਡਾ ਨਿੱਕਾ ਫੌਜੀ ਜਿਹੜਾ ਨਾ ਲੇਟ ਗਿਆ ਸੀ ਲੇਟ ਗਿਆ ਤਾਂ ਉਹ ਨਾ ਬਹੁਤ ਨਾ ਫਿਰ ਚੀਖਾ ਮਾਰਦਾ ਮੈਂ ਪਤਾ ਕਰਨ ਗਿਆ ਸੀ ਕੀ ਕਰ ਲੱਗੇ ਅਤੇ ਕਿਹੜਾ ਕੁਐਸਚਨ ਪੜ੍ਹੇ ਸੀ ਅਸੀਂ ਕੁਐਸਚਨ ਨੰਬਰ 8 ਪੜ੍ਹਿਆ ਸੀ ਹੈ ਨਾ ਗਲਤ ਕਹਿੰਦੇ ਬਈ ਕੋਈ 60% ਦਾ ਕੋਈ ਲਿਮਿਟ ਫਿਕਸ ਨਹੀਂ ਹੈ ਵੀ ਠੀਕ ਹੈ ਕਿਉਂਕਿ ਜਿਹੜੀ ਆਤੋ ਅਤੇ ਗੁਲਾਤ ਵਿਜਣ ਦੇ ਸਮੇਂ ਰਮੋਰਕੀ ਵਗੈਰਾ ਲੱਗਦੇ ਨੇ ਪਿੱਛੇ ਗੱਡੀਆਂ ਦੇ ਉਹ ਦੇਖੋ ਉਹਨਾਂ ਰਮੋਰਕੀ ਬਹੁਤ ਲੰਬੇ ਹੁੰਦੇ ਨੇ ਇੱਧਰ ਤੋਂ ਗੱਡੀ ਤੋਂ ਇਸ ਕਰਕੇ ਫਾਲਸ ਹੋਇਆ ਕਹਿੰਦਾ ਉਹਨਾਂ ਰਮੋਰਕੀ ਉਹ ਨੋਨ ਦੇਵੇ ਮਾਈ ਅਵੇਅਰ ਹੈ ਲੁੰਗੇਜ਼ਾ ਮਾਈਓਰੀ ਦੀ 9 ਮੈਂ 3 ਮੀਟਰ ਤੋਂ ਵੱਧ ਨਹੀਂ ਹੋਣੀ ਇਹ ਵੀ ਗਲਤ ਕਹਿੰਦੇ ਵੀ ਫਾਲਸ ਹੋਇਆ 9 ਮੀਟਰ ਤੋਂ ਵੱਧ ਵਾਲਾ ਕੋਈ ਚੱਕਰ ਨਹੀਂ ਹੈ ਵੀ ਠੀਕ ਹੈ ਕਿਉਂਕਿ ਇਹਦੀ ਲਿਮਿਟ ਕੋਈ ਨਹੀਂ ਹੈ ਵੀ ਦੇਖਣਾ ਪੈਣਾ ਇਹ ਵੱਧ ਹੋ ਸਕਦੇ ਨੇ ਠੀਕ ਹੈ ਜਿਵੇਂ ਆਤੁਰਤੀ ਗੁਲਾਬ ਦਿੰਦੇ ਨਾ ਉਹਦੇ ਰਮੋਰਕੇ ਬਹੁਤ ਲੰਬੇ ਹੁੰਦੇ ਨੇ ਉਹਨਾਂ ਰਮੋਰਕੇ ਨੋਨ ਦੇਵੀ ਮਾਈ ਅਵੇਅਰ ਲੁੰਗੇਜ਼ਾ ਮਯੂਰੇ 10-75 ਤੋਂ ਇਹ ਵੀ ਗਲਤ ਕਹਿੰਦੇ ਫਾਲਸ ਹੋਇਆ ਠੀਕ ਹੈ ਅੱਗੇ ਕਹਿੰਦੇ ਨੇ ਬੇ ਆਲਤੇ ਦਾ ਮਾਸੀਮਮ ਮੈਕਸੀਮਮ ਉਚਾਈ ਕਿੰਨੀ ਹੁੰਦੀ ਹੈ 4 ਮੀਟਰ ਬਰਾਵੋ ਸ਼ਾਬਾਸ਼ ਠੀਕ ਹੈ ਬਾਕੀ ਕੁਝ ਖਾਸ ਕਿਸਮ ਦੀ ਗੱਡੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਜਿਵੇਂ ਬੱਸ ਹੋ ਗਈ ਜਿਵੇਂ ਕਿ ਉਹ ਦੂਜੀਆਂ ਹੁੰਦੀਆਂ ਨੇ ਉਹ ਵਹੀਕਲ ਟਰਾਂਸਪੋਰਟ ਨੇ ਮਾਲ ਇੱਦਾਂ ਦੀ ਕਈ ਗੱਡੀਆਂ ਹੁੰਦੀਆਂ ਜਿਨ੍ਹਾਂ ਦੀ ਉਚਾਈ ਵੱਧ 4 ਤਰੀਕ ਹੋ ਸਕਦੀ ਹੈ ਠੀਕ ਹੈ ਕਹਿੰਦੇ ਸਾਰ ਵਾਰ ਚਿੱਛੇ ਨੇ ਜੇ ਕੋਈ ਸਪੈਸ਼ਲ ਛੂਟ ਨਾ ਹੋਵੇ ਤਾਂ ਉਹਨੀ ਵਹੀਕਲ ਹਰ ਗੱਡੀ ਦਾ ਕੰਪਰੈਸਰ ਸੂਏ ਕਾਰੀ ਕੋ ਅਧਿਕਾਰੀ ਕੋ ਸਮੇਤ ਦਾ ਵੈਵੇਰ ਹਾਲਤੇ ਦਾ ਮਾਸੀਮਮ ਨੋਨ ਸੁਪਰੀਓਰ 74 ਮੈਤਰੀ ਕਹਿੰਦੇ ਉਚਾਈ ਮੈਕਸੀਮਮ ਉਹਨਾਂ ਦੀ 4 ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਵੀ ਠੀਕ ਹੈ ਦਰੁਸਤ ਕਹਿੰਦੇ ਵੇਅਰ ਹੋਇਆ ਨੋਰਮਲੀ ਗੱਡੀ ਦੀ ਉਚਾਈ ਜਿਹੜੀ ਹੈ 4 ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਗਰ ਕਹਿੰਦੇ ਨੇ ਬੇ ਕਿ ਇਲ ਸਾਲ ਬਾਅਦ ਚਸ਼ੀ ਹੋਣੇ ਜੇ ਕੋਈ ਸਪੈਸ਼ਲ ਛੂਟ ਨਾ ਹੋਵੇ ਤਾਂ ਉਹਨੀ ਵੀ ਕੋਲ ਹਰ ਗੱਡੀ ਦੀ ਕੰਪਰੈਸਰ ਸੂਏ ਕਾਰੀ ਕੋ ਉਹਦੇ ਕਾਰੀ ਕੋ ਸਮੇਤ ਦੇ ਵੈਵੇਰ ਹਾਲਤੇ ਦਾ ਮਾਸੀਮਮ ਨੋਨ ਸੁਪਰੀਓਰ ਹੈ 91 ਮੈਤਰੀ ਕਹਿੰਦੇ 5 ਮੀਟਰ ਵੱਧ ਨਹੀਂ ਹੋਣਾ ਚਾਹੀਦਾ ਗਲਤ ਕਹਿੰਦੇ ਫਾਲਸ ਹੋਇਆ 5 ਮੀਟਰ ਦੇ ਵੱਧ 5 ਮੀਟਰ ਦਾ ਅਲਾਓ ਨਹੀਂ ਹੁੰਦਾ ਵੀ 4 ਮੀਟਰ ਹੁੰਦਾ ਇਸ ਕਰਕੇ ਫਾਲਸ ਹੋਇਆ ਗਲਤ ਕਹਿੰਦੇ ਠੀਕ ਹੈ ਹਲਤੇ ਦਾ ਮਾਸੀਮਾ ਦੇ ਨਵੀਂ ਕੋਲ ਹਲਤੇ ਦਾ ਮਾਸੀਮਾ ਤੋਂ ਅਗਲਾ ਪੇਜ ਹੈ 144 ਨੰਬਰ ਪੇਜ ਕਹਿੰਦਾ ਹਲਤੇ ਦਾ ਮਾਸੀਮਾ ਦੇ ਵੀ ਗੋਲੀ ਤਰੀਜ਼ਾਤੀ ਕੁਨ ਕਰੋਜ਼ੇਰੀਏ
ਪਰ ਇਲ ਟਰਾਂਸਪੋਰਟ ਉਹਦੀ ਸਪੈਸੀਫਿਕ ਅਨਿਮਾਲੀ ਬੀਵੀ ਕਹਿੰਦੇ ਵੀ ਜਿਹੜੀਆਂ ਆਥੋਰਾਈਜ਼ ਨੇ ਗੱਡੀਆਂ ਟਰਾਂਸਪੋਰਟ ਕਰਨੀਆਂ ਜਿੱਥੇ ਅਨਿਮਾਲੀ ਬੀਵੀ ਜੀਵਦੇ ਜਾਨਵਰ ਨੋਨ ਦੇ ਵਾਲਾ ਸੁਪਰ ਆਰ 4-3 ਕਹਿੰਦੇ 4-3 ਤੋਂ ਦੀ ਲਿਮਿਟ ਵਧਣੀ ਚਾਹੀਦੀ ਦਰੁਸਤ ਕਰਨ ਪਵੇ ਰਿਹਾ ਇੱਦਾਂ ਦੀ ਮੈਕਸੀਮਮ ਲਿਮਿਟ 4-3 ਹੀ ਆਉਂਦੀ ਹੈ ਠੀਕ ਹੈ ਅਲਤੇ ਦਾ ਮਾਸੀਮਾ ਮੱਕੀਨੋ ਪ੍ਰਤਰੀ 'ਚ ਨੋਨ ਦੇ ਵੇ ਮੱਕੀਨੋ ਪ੍ਰਤਰੀ 'ਚ ਦੀ ਕਹਿੰਦੇ ਨੇ ਜਿਹੜੀ ਉਚਾਈ ਹੈ ਉਹ ਨਹੀਂ ਵਧਣੀ ਚਾਹੀਦੀ ਸੁਪਰੀਓਰ ਆ 4-3 4-3 ਤੋਂ ਨਹੀਂ ਵਧਣੀ ਚਾਹੀਦੀ ਦਰੁਸਤ ਕਰਨ ਪਵੇ ਰਿਹਾ 4-3 ਤੋਂ ਦੀ ਉਚਾਈ ਨਹੀਂ ਵਧਣੀ ਚਾਹੀਦੀ ਅੱਗੇ ਕਹਿੰਦੇ ਨੇ ਇਹ ਬਿਲਕੁਲ ਆਤੀ ਪੀ ਜਿਹੜੀਆਂ ਕੰਪਰੈਸ ਹੋ ਦੋ ਕਰਗ ਇਹਨਾਂ ਅਧਿਕਾਰੀ ਕੋ ਸਮੇਤ ਦਵਨ ਵੇਰ ਲੁੰਗੇਜ਼ ਆ ਲਰਗੇਜ਼ ਆ ਇਹਦੀ ਚੁੜਾਈ ਹੋਣੀ ਚਾਹੀਦੀ ਹੈ ਮੈਕਸੀਮਮ ਨੋਨ ਸੁਪਰੀਓਰ ਆ 260 ਦੇਖੋ ਆਮ ਨਾਰਮਲ ਜਿਹੜੀ ਗੱਡੀ ਹੁੰਦੀ ਉਹਦੀ ਚੁੜਾਈ ਹੁੰਦੀ ਹੈ 255 ਲੇਕਿਨ ਜਿਹੜੀ RTP ਗੱਡੀ ਹੁੰਦੀ ਨਾ ਆ ਟੈਂਪਰੇਚਰ ਕੰਟਰੋਲ ਆ ਜਿਹੜੀਆਂ ਹੁੰਦੀਆਂ ਨੇ ਜਿਹੜੇ ਕਿ ਜਿਹਨਾਂ ਦੇ ਫਰਿੱਜ ਵਗੈਰਾ ਜਾਂ ਫਿਰ ਜੇ ਸਮਾਨ ਗਰਮ ਰੱਖਣ ਦੀ ਲੋੜ ਹੀਟਰ ਵਗੈਰਾ ਮੌਜੂਦ ਹੁੰਦੇ ਨੇ ਉਹ ਜਿਹਨਾਂ ਦੇ ਡਾਲੇ ਵਿੱਚ ਉਹ ਗੱਡੀਆਂ ਦਾ ਚੁੜਾਈ ਮੈਕਸੀਮਮ ਹੁੰਦੀ ਹੈ 260 ਕਿਉਂਕਿ ਉਹਦਾ ਫਿਰ ਫਰਿੱਜ ਦੀ ਸਹੂਲਤ ਦੇਣੀ ਹੁੰਦੀ ਹੈ ਨਾ ਫਰਿੱਜ ਦੀ ਸਹੂਲਤ ਦੇਣ ਨਾਲ ਉਹਦੀ ਚੁੜਾਈ ਕਿਉਂਕਿ ਵਿੱਚ ਫਿਰ ਜੇ ਵਿੱਚ ਫਰਿੱਜ ਦੀ ਸਹੂਲਤ ਦਿਓਗੇ ਤਾਂ ਅੰਦਰੋਂ ਫਿਰ ਉਹਦਾ ਜਗ੍ਹਾ ਘੱਟ ਜਾਏਗੀ ਅੰਦਰੂ ਜਗ੍ਹਾ ਨਾ ਘੱਟੇ ਇਸ ਕਰਕੇ ਬਾਹਰੋਂ ਇੰਨੀ ਚੌੜਾ ਬਣਾਇਆ ਉਹਨਾਂ ਨੇ ਠੀਕ ਹੈ ਇਹਦੀ ਮੈਕਸੀਮਮ 260 ਹੁੰਦੀ ਹੈ ਨੋਰਮਲੀ ਗੱਡੀਆਂ ਕਿੰਨੀਆਂ ਹੁੰਦੀਆਂ ਨੇ 255 ਦਰੁਸਤ ਕਰਨ ਪਵੇ ਰਿਹਾ ਚੌੜਾਈ ਕਹਿੰਦੇ ਲਾਲ ਤੇ ਤਾਂ ਵਾਸੀ ਮੈਕਸੀਮਮ ਉਚਾਈ ਜਿਹੜੀ ਬਿਗੋਲੀ ਅਤਰੀਜ਼ਾਤ ਹੀ ਕੌਣ ਕਰਜ਼ੇਰੀ ਹੈ ਜਿਹੜੀ ਗੱਡੀਆਂ ਕਰਜ਼ੇਰੀ ਨਾਲ ਨੇ ਪਰ ਇਲ ਟਰਾਂਸਪੋਰਟ ਸਪੈਸੀਫਿਕ ਉਹਦੀ ਅਨਿਮਾਲ ਹੀ ਵੀ ਜੇ ਟਰਾਂਸਪੋਰਟ ਕਰਦੀਆਂ ਸਪੈਸੀਫਿਕ ਅਨਿਮਾਲ ਹੀ ਵੀ ਜਿਉਂਦੇ ਜਾਨਵਰ ਨੋਂਦੇ ਬੋਨਸ ਪਰਾਰ 5-3 ਕਹਿੰਦੇ 5-30 ਤੋਂ ਵਧਣਾ ਚਾਹੀਦਾ ਹੈ ਵੀ ਗਲਤ ਕਹਿੰਦੇ ਫਾਲਸ ਹੋਇਆ 5-30 ਵਾਲਾ ਕੋਈ ਚੱਕਰ ਨਹੀਂ ਹੈ ਵੀ ਦਾ ਠੀਕ ਹੈ ਇਸ ਕਰਕੇ ਫਾਲਸ ਹੋਇਆ ਕਹਿੰਦੇ ਅਲਤੇ ਦਾ ਮਾਸੀਮਾ ਮੈਕਸੀਮਮ ਉਚਾਈ ਜਿਹੜੀ ਵੀ ਗੋਲੀਆਂ ਅਦੀਬੀ ਤਲ ਟਰਾਂਸਪੋਰਟ ਦੀ ਬਾਲੇ ਦੀ ਫੇਨਾ ਹੁੰਦਾ ਨਾ ਭੋ ਦੇ ਵੱਡੇ ਵੱਡੇ ਗੱਡੇ ਲੈ ਕੇ ਜਾਂਦੀਆਂ ਨੇ ਗੱਡੀਆਂ ਨੋਨ ਦੇ ਬੋਨਸ ਉਪਰ ਆ ਰਹੇ 5-3 ਉਹਨਾਂ ਦੀ 5-3 ਤੋਂ ਨਹੀਂ 5-3 ਨਹੀਂ ਹੁੰਦੀ ਉਹਨਾਂ ਦੇ ਵਿੱਚ ਗੱਲ ਮੈਂ 4-3 ਹੁੰਦੀ ਹੈ ਗਲਤ ਕਹਿੰਦੇ ਪਏ ਫਾਲਸ ਹੋਇਆ ਠੀਕ ਹੈ ਕਹਿੰਦੇ ਹਲਤੇ ਤਾਂ ਮੈਕਸੀਮਾ ਮੱਕੀਨੋ ਪ੍ਰਤਰੀ 'ਚ ਮੱਕੀਨੋ ਪ੍ਰਤਰੀ 'ਚ ਤਾਂ ਵੀ ਕਿੰਨਾ ਹੁੰਦਾ ਹੁਣ ਅਸੀਂ ਪੜ੍ਹ ਗਏ ਹਾਂ ਉਚਾਈ ਕਿਸੇ ਨੂੰ ਨਹੀਂ 4-3 ਹੋਣਾ ਤਾਂ ਪੜਿਆ ਤੁਸੀਂ ਬਹੁਤ ਇੱਧਰ ਇੰਨਾ ਵੀ ਨਹੀਂ ਸੋਚੀ ਸਮਝੀਦਾ ਸ਼ਾਬਾਸ਼ ਅੱਛਾ 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 4-3 ਹੁੰਦੀ ਹੈ ਲੇਕਿਨ ਠੀਕ ਹੈ 5-3 ਨਹੀਂ ਹੁੰਦੀ ਹੈ ਵੀ ਫਾਲਸ ਹੋ ਗਿਆ ਅਲਤੇ ਦਾ ਮਾਸੀਮਾ ਦੇ ਲੱਤ ਵਿਗੋਲੀ ਅਦੀਬੀ ਤੇ ਟਰਾਂਸਪੋਰਟ ਦੀ ਕੰਟੀਨੀਅਰੇ ਨੋਨ ਦੇ ਬੋਨਸ ਉਪਰ 4-70 ਕਹਿੰਦੇ ਜਿਹੜੀ ਕੰਟੇਨਰ ਲੈ ਕੇ ਜਾਂਦੀ ਉਹਦੀ 4-70 ਦੀ ਉਚਾਈ ਨਹੀਂ ਵਧਣੀ ਚਾਹੀਦੀ ਇਹ ਵੀ ਗਲਤ ਕਹਿੰਦੇ ਫਾਲਸ ਹੋਇਆ 4-70 ਉਚਾਈ ਨਹੀਂ ਅਲਾਓ ਹੁੰਦੀ ਹੈ ਵੀ ਠੀਕ ਹੈ ਇਸ ਕਰਕੇ ਫਾਲਸ ਹੋਇਆ ਅੱਗੇ ਆ ਜਾਓ ਅਗਲੇ ਪੇਜ ਦੇ ਉੱਤੇ ਅੱਗੇ ਹੈਗੇ ਰਗਾਸੀ 3 ਕੁਐਸਚਨ ਨੇ ਕਹਿੰਦੇ ਸਾਲ ਬਾਈ ਵਿਕੋਲੀ RTP ਜਿਹੜੀ RTP ਗੱਡੀਆਂ ਨੇ ਉਹਨੀ ਵਿਕੋਲੀ ਹਰ ਜਿਹੜੀ ਗੱਡੀ ਹੈ ਕੰਪਰੈਸ ਹੋਲ ਸੂਏ ਕਾਰੀ ਕੋ ਸਮੇਤ ਦੇ ਵੇਵੇਰੇ ਲਾਰਗੇਜ਼ ਆ ਮਾਸੀਮਾ ਨੋਨ ਸੁਪਰੀਓਰ ਹੈ 255 ਕਹਿੰਦੇ ਨੇ ਆ ਸਾਲ ਬਾਈ ਵਿਕੋਲੀ ਜੇ RTP ਨਾ ਹੋਵੇ ਗੱਡੀ ਯਾਨੀ ਕਿ ਇਹ ਵੱਖਰੀ ਗੱਲ ਹੈ ਜੇ RTP ਗੱਡੀ ਹੋਵੇ ਤਾਂ ਉਹਨੀ ਵਿਕੋਲੀ ਹਰ ਜਿਹੜੀ ਗੱਡੀ ਹੈ ਕੰਪਰੈਸ ਹੋਲ ਸੂਏ ਕਾਰੀ ਕੋ ਸਮੇਤ ਯਾਨੀ ਕਿ RTP ਨੂੰ ਛੱਡ ਕੇ ਗੱਡੀਆਂ ਨੂੰ ਉਹਨਾਂ ਦੇ ਕਾਰੀ ਕੋ ਸਮੇਤ ਦੇਵੇ ਅਵੇਰ ਲਰਗੇ ਦਾ ਉਹਨੂੰ ਚੁਰਾਈ ਹੋਣੀ ਚਾਹੀਦੀ ਮੈਕਸੀਮਮ ਨੋਨ ਸੁਪਰੀਓਰ 255 ਯਾਨੀ ਕਿ ਉਹਨੂੰ ਚੁਰਾਈ ਜਿਹੜੀ ਹੈ ਉਹ 255 ਵਧਣੀ ਹੋਣੀ ਚਾਹੀਦੀ ਦਰੁਸਤ ਕਰਨ ਪਵੇ ਰਿਹਾ ਸਾਲ ਬਈ ਵਿਕੋਲੀ RTP ਜਿਹੜੀ ਗੱਡੀ RTP ਨੇ ਉਹਨੀ ਵਿਕੋਲੀ ਹਰ ਜਿਹੜੀ ਗੱਡੀ ਹੈ ਕੰਪਰੈਸ ਹੋਲ ਸਵੇ ਕਾਰੀ ਕੋ ਉਹਦੇ ਕਾਰੀ ਕੋ ਸਮੇਤ ਦੇਵੇ ਅਵੇਰ ਉਹਨਾਂ ਲਰਗੇਜ਼ ਆ ਮਾਸੀਮੋ ਉਹਨਾਂ ਦੀ ਮੈਕਸੀਮਮ ਚੁੜਾਈ ਹੋਣੀ ਚਾਹੀਦੀ ਹੈ ਨੋਨ ਸੁਪਰੀਓਰ 275 ਗਲਤ ਕਹਿੰਦੇ ਫਾਲਸ ਹੋਇਆ ਸੀ ਉੱਤੇ RTP ਦੀ ਅਸੀਂ ਪਿੱਛੇ ਪੜ੍ਹ ਗਏ ਹਾਂ 260 ਹੋਣੀ ਚਾਹੀਦੀ 275 ਨਹੀਂ ਕਹਿਣਾ ਤੂੰ ਤਰੀ ਨਹੀਂ ਆ ਤੂੰ ਤਿਕਲਾਤੀ ਰਮੋਰਕਿਓ ਸਮਨੀ ਮੋਰਕਿਓ ਦੇਵੋਨਾ ਵੇਰ ਹੈ ਉਹਨਾਂ ਲਰਗੇ ਦਾ ਚੁੜਾਈ ਇਨਫਰੀਓਰੀਓ ਅਲਾ ਮੋਤਰੀ 'ਚ ਦੀ ਅਲਮੈਨੋ ਚੀਕ ਵਿੱਚ ਅੰਤੀਮੈਤਰੀ 5 ਸੈਂਟੀਮੀਟਰ ਕਹਿੰਦੇ 5 ਸੈਂਟੀਮੀਟਰ ਘੱਟ ਹੋਣੀ ਚਾਹੀਦੀ ਹੈ ਗਲਤ ਕਹਿੰਦੇ ਵੀ ਕੋਈ ਖਾਸ ਕਿਸਮ ਦੀ ਰਿਪੋਰਟ ਇੱਦਾਂ ਨਹੀਂ ਹੈ ਵੀ ਜਿਹਦੇ ਵਿੱਚ ਕਿਹਾ ਗਿਆ ਹੋਇਆ ਕਿ ਰਮੋਰਕਿਓ ਗੱਡੀ ਦੀ ਚੁੜਾਈ ਕਿੰਨੀ ਹੋਣੀ ਚਾਹੀਦੀ ਫਰਕ ਇਸ ਕਰਕੇ ਇਹ ਵੀ ਗਲਤ ਕਹਿੰਦੇ ਵੀ ਫਾਲਸ ਹੋਇਆ ਕਹਿੰਦੇ ਵਿਕੋਲੀ RTP ਕੰਪਰੈਸ ਹੋਲ ਲੋਰੋ ਕਾਰੀ ਕੋ ਕਹਿੰਦੇ RTP ਉਹਨਾਂ ਦੇ ਕਾਰੀ ਕੋ ਸਮੇਤ
devono avere larghezza massima non superiore dopo 50. Che ne sono di? Chiodai di è maximum dopo 50 non c'è di. Deco RTP di 260 non c'è di. X carica gold can be falso ya. Dopo 50 non c'è di. Ok? 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 Carriata a passo e di spalzo. Carriata chi onde? Passo chi onde? Spalzo chi onde? E gina de gime. Idi hage. Theory which the singing a better betrin tricanale. Estra mumkanajitonu. Vadia samjania. Easy now, vetike. Hona palisamajaka carriata chi onde? Carriata si serve per di aia normally. Roda. Roda carriata o part onde. Jita gadichal diane tike. ਗੱਡੀ ਦਾ ਕਰਜ਼ਾ ਤਾਂ ਕਿਹੜਾ ਹੁੰਦਾ ਹੈ ਗੱਡੀ ਦਾ ਕਰਜ਼ਾ ਤਾਂ ਹੁੰਦਾ ਹੈ ਗੱਡੀ ਦੇ ਟਾਇਰਾਂ ਦੇ ਇੱਕ ਧੂਰੇ ਦੇ ਟਾਇਰਾਂ ਦੇ ਸੈਂਟਰ ਵਾਲੀ ਥਾਂ ਜਿਹੜਾ ਇੱਕ ਧੂਰਾ ਹੁੰਦਾ ਨਾ ਗੱਡੀ ਦਾ ਉਹਦੇ ਟਾਇਰਾਂ ਦੇ ਸੈਂਟਰ ਵਾਲੀ ਥਾਂ ਯਾਨੀ ਕਿ ਗੱਡੀ ਦੀ ਚੌੜਾਈ ਜੇ ਥਲੀ ਹੋਈ ਸੀ ਦੇਖਾਂਗੇ ਤਾਂ ਟਾਇਰਾਂ ਦੇ ਸੈਂਟਰ ਵਾਲੀ ਥਾਂ ਉਹਨੂੰ ਕਹਣਗੇ ਕਰਜ਼ਾ ਤਾਂ ਗੱਡੀ ਦਾ ਠੀਕ ਹੈ ਅੱਗੇ ਪਾਸੋ ਦੋ ਧੂਰੇ ਜਿਹੜੇ ਨਾ ਇੱਕ ਗੱਡੀ ਹੁੰਦੀ ਹੈ ਚਾਰ ਟਾਇਰਾਂ ਵਾਲੀ ਕਿੰਨੇ ਧੂਰੇ ਹੋ ਗਏ ਕਿੰਨੇ ਹਿੱਸੇ ਹੋ ਗਏ ਗੱਡੀ ਦੇ ਇੱਕ ਅਗਲਾ ਧੂਰਾ ਇੱਕ ਪਿਛਲਾ ਧੂਰਾ ਠੀਕ ਹੈ ਉਹਨਾਂ ਅਗਲੇ ਪਿਛਲੇ ਧੂਰੇ ਔਰ ਪਿਛਲੇ ਧੂਰੇ ਦੇ ਸੈਂਟਰ ਵਾਲੀ ਜਿਹੜੀ ਜਗ੍ਹਾ ਹੈ ਨਾ ਉਹਨੂੰ ਕਹਣਗੇ ਪਾਸੋ ਸਹੀ ਠੀਕ ਹੈ ਹੁਣ ਰਹਿ ਗਈ ਸਵਾਲ ਜੋ ਹੁੰਦਾ ਹੈ ਜਿਹੜੇ ਹੁਣ ਦੋ ਧੂਰੇ ਵਾਲੀ ਗੱਡੀ ਹੈ ਨਾ ਉਹਦੇ ਜਿੱਥੇ ਟਾਇਰ ਲੱਗੇ ਟਾਇਰ ਤੋਂ ਅਗਲੀ ਸਾਈਡ ਅਗਲੇ ਟਾਇਰਾਂ ਤੋਂ ਅਗਲੀ ਸਾਈਡ ਉਹ ਸਵਾਲ ਜੋ ਹੈ ਔਰ ਪਿਛਲੇ ਦੋ ਟਾਇਰ ਜਿੱਥੇ ਲੱਗੇ ਨਾ ਉਹਨਾਂ ਤੋਂ ਪਿੱਛੇ ਜਿਹੜੀ ਸਾਈਡ ਹੈ ਨਾ ਉਹ ਵੀ ਸਵਾਲ ਜੋ ਹੈ ਇਹ ਸਵਾਲ ਜੋ ਪ੍ਰੋਬਲਮ ਕਿੱਥੇ ਕਲੀਅਰ ਕਰਦੀ ਹੈ ਜਾਂ ਤੁਸੀਂ ਗੱਡੀ ਮੋੜਦੇ ਵਗੈਰਾ ਹੋ ਨਾ ਤਾਂ ਸਵਾਲ ਜੋ ਤੁਹਾਡੀ ਗੱਡੀ ਦੇ ਨਾਲ ਉਸੇ ਤਰੀਕੇ ਨਾਲ ਨਹੀਂ ਮੋੜ ਲੱਗੀ ਹੈ ਵੀ ਠੀਕ ਜਿੰਨੀ ਜ਼ਿਆਦਾ ਸਵਾਲ ਜੋ ਹੋਵੇਗੀ ਉਨੀ ਜ਼ਿਆਦਾ ਚੜ੍ਹਾਈ ਚੜ੍ਹਦੇ ਆ ਗੱਡੀ ਥੱਲੇ ਲੱਗਣ ਦਾ ਖਤਰਾ ਹੋਵੇਗਾ ਨੀਚੇ ਉਤਰਦੇ ਆ ਗੱਡੀ ਥੱਲੇ ਲੱਗਣ ਦਾ ਖਤਰਾ ਹੋਵੇਗਾ ਮੋੜ ਮੁੜਦੇ ਆ ਗੱਡੀ 'ਚ ਮਰਚੇ ਪਹਿਲੀ ਵੱਲ ਜਾਣ ਦਾ ਖਤਰਾ ਹੋਵੇਗਾ ਠੀਕ ਹੈ ਬਿਲਕੁਲ ਕੋਈ ਸਮਝ ਆਈ ਅਭੀ ਸਮਝ ਜ਼ਬਰਦਸਤ ਜੇ ਕਿਸੇ ਨਹੀਂ ਸਮਝ ਆਈ ਪੁੱਛ ਸਕਦਾ ਦੁਬਾਰਾ ਜੇ ਕਿਸੇ ਨਹੀਂ ਸਮਝ ਆਈ ਉਹ ਦੂਜਾ ਹੈ ਵੇ ਥਿਊਰੀ ਦੀ ਹੈ ਵੇ ਉਹਦੇ 'ਚ ਡਿਟੇਲ ਨਾਲ ਦੱਸਿਆ ਹੋਇਆ ਨਾ ਵੈਸੇ ਵੀ ਕਹਿੰਦਾ ਕਰਜ਼ਾ ਤਾਂ ਦਿਓ ਨਾ ਵੀ ਗੋਲ ਜਿਹੜਾ ਕਰਜ਼ਾ ਤਾਂ ਗੱਡੀ ਦਾ ਲਾ ਡਿਸਟੈਂਸ ਆਫ ਰਾ ਚੈਂਤਰੋ ਦਾ ਲਾ ਇੰਪਰੋਂਤੇ ਹੁੰਦੇ ਨੇ ਪ੍ਰਿੰਟਸ ਜਿਹੜੇ ਹੁੰਦੇ ਨੇ ਜਿਹੜੇ ਫੋਰ ਐਗਜ਼ਾਮਪਲ ਕਰ ਲਓ ਕਿ ਬਰਫ਼ ਪਈ ਹੋਈ ਹੈ ਤਾਂ ਤੁਹਾਡੀ ਗੱਡੀ ਜਦ ਬਰਫ਼ ਤਾਜ਼ੀ ਬਰਫ਼ ਪਈ ਉੱਪਰ ਤੋਂ ਲੰਘ ਕੇ ਜਾਏਗੀ ਨਾ ਤਾਂ ਗੱਡੀ ਦੇ ਟਾਇਰਾਂ ਦੇ ਦੋ ਨਿਸ਼ਾਨ ਪਾਉਣਗੇ ਠੀਕ ਹੈ ਸੱਜੇ ਵਾਲਾ ਟਾਇਰ ਅਤੇ ਖੱਬੇ ਵਾਲੇ ਟਾਇਰ ਦਾ ਉਹਨਾਂ ਦੋਵਾਂ ਟਾਇਰਾਂ ਨੂੰ ਅਸੀਂ ਨਾਪਾਂਗੇ ਸੈਂਟਰ ਵਿੱਚ ਕਿੰਨੀ ਜਗ੍ਹਾ ਬਣਦੀ ਹੈ ਉਹ ਗੱਡੀ ਦਾ ਕਰਜ਼ਾ ਤਾਂ ਹੋਵੇਗਾ ਯਾਨੀ ਕਿ ਜੇ ਉਹ ਟਾਇਰਾਂ ਦੇ ਨਿਸ਼ਾਨ ਨੂੰ ਸੈਂਟਰ ਨਾਪਾਂਗੇ ਅਸੀਂ ਜਿੰਨੇ ਮੀਟਰ ਗੱਡੀ ਹੁੰਦੀ ਹੈ ਉਹ ਉੱਥੋਂ ਨਾ ਪਤਾ ਲੱਗੇਗੀ ਜਿੰਨਾ ਉਹਦਾ ਕਰਜ਼ਾ ਤਾਂ ਵੇ ਕਹਿੰਦੇ ਪਰੋਂਤੇ ਜਿਹੜੇ 13 ਜ਼ਮੀਨ ਦੇ ਲਈ ਅਤਵਾ ਨੇ ਮਾਚੀ ਦਾ ਉਹਨਾਂ ਉਸਤੇ ਸੋ ਆਸੇ ਇੱਕ ਤੇ ਸੋ ਇੱਕ ਧੂਰੇ ਦੇ ਇੱਕ ਆਸੇ ਦੇ ਇੱਕ ਹਿੱਸੇ ਦੇ ਜਿਹੜਾ ਸੈਂਟਰ ਵਾਲੀ ਥਾਂ ਹੁੰਦੀ ਉਹਨੂੰ ਕਹਿੰਦੇ ਨੇ ਕਰਜ਼ਾ ਤਾਂ ਦਰੁਸ ਕਹਿੰਦੇ ਵੇਰ ਹੋਇਆ ਇੰਤਰ ਆਸੇ ਜਾਂ ਪਾਸੋ ਇੰਤਰ ਆਸੇ ਦੋ ਆਸਿਆਂ ਦੇ ਦਰਮਿਆਨ ਵਾਲੀ ਜਗ੍ਹਾ ਦੋ ਧੂਰਿਆਂ ਦੇ ਦਰਮਿਆਨ ਵਾਲੀ ਜਗ੍ਹਾ ਅਗਲੇ ਧੂਰੇ ਔਰ ਪਿਛਲੇ ਧੂਰੇ ਦੇ ਦਰਮਿਆਨ ਵਾਲੀ ਜਗ੍ਹਾ ਕਹਿੰਦੇ ਨੇ ਉਹਨੂੰ ਇੰਤਰ ਆਸੇ ਜਾਂ ਪਾਸੋ ਦਿਨੋ ਵੀ ਗੋਲੀ ਦੂਏ ਆਸੇ ਇੰਤੈਨ ਦੇ ਲਾ ਡਿਸਟੈਂਸਾ ਫਰਾ ਚੈਂਤਰੋ ਦੇ ਦੂਏ ਆਸੀ ਜਿਹੜਾ ਕਿ ਡਿਸਟੈਂਸ ਫਾਸਲਾ ਹੁੰਦਾ ਦੋ ਆਸੇ ਦੋ ਧੂਰਿਆਂ ਤੋਂ ਦਰੁਸਤ ਕਹਿੰਦੇ ਵੇਰ ਹੋਇਆ ਜਿਹੜਾ ਦੋ ਆਸੇ ਜਾਂ ਦੋ ਧੂਰਿਆਂ ਤੋਂ ਡਿਸਟੈਂਸ ਹੁੰਦਾ ਨਾ ਫਾਸਲਾ ਹੁੰਦਾ ਨਾ ਉਹਨੂੰ ਕਹਿੰਦੇ ਨੇ ਇੰਤਰ ਆਸੋ ਪਾਸੋ ਠੀਕ ਹੈ ਕਹਿੰਦੇ ਸਵਾਲ ਜੋ ਉਹਦੀ ਨਾ ਵੀ ਗੋਲ ਜਿਹੜਾ ਸਵਾਲ ਜੋ ਹੈਗਾ ਗੱਡੀ ਦਾ ਲਾ ਪਾਰਤੇ ਸਪੋਰਜੇ ਅੰਤਰੀਓਰੇ ਮੈਂਤੇ ਜਿਹੜਾ ਸਪੋਰਜੇ ਰਿਹਾ ਹੁੰਦਾ ਪਾਰਟ ਅਗਲੀ ਸਾਈਡ ਤੇ ਸਪੋਰਜੇ ਅੰਤਰੀਓਰਮੈਂਟੇ ਓ ਪੋਸਟੇਰੀਓਰਮੈਂਟੇ ਰਿਸਪੈਕਟ ਟੂ ਅਲਾਸੇ ਪੀ ਐਕਸਟ੍ਰੀਮੋ ਅੰਤਰੀਓਰੇ ਓ ਪੋਸਟੇਰੀਓਰੇ ਰਿਸਪੈਕਟਿਵਾਮੈਂਟੇ ਕਹਿੰਦੇ ਸਪੋਰਜੇ ਅੰਤਰੀਓਰੇ ਮੈਂਤੇ ਅਗਲੀ ਸਾਈਡ ਤੇ ਓ ਪੋਸਟੇਰੀਓਰਮੈਂਟੇ ਪਿਛਲੀ ਸਾਈਡ ਤੇ ਸਪੋਰਜੇ ਰਿਹਾ ਕਰਦਾ ਪਾਰਟ ਟਾਇਰਾਂ ਤੋਂ ਬਾਹਰ ਨਿਕਲਦਾ ਜਿਹੜਾ ਠੀਕ ਹੈ ਰਿਸਪੈਕਟ ਟੂ ਅਲਾਸੇ ਪੀ ਐਕਸਟ੍ਰੀਮੇ ਅੰਤਰੀਓਰੇ ਬਾਹਰਲੇ ਜਿਹੜੇ ਨੇ ਅਗਲੇ ਯਾਨੀ ਕਿ ਅਗਲੇ ਟਾਇਰਾਂ ਦੇ ਬਾਹਰਲੀ ਸਾਈਡ ਤੱਕ ਗਏ ਅੱਗੇ ਤੋਂ ਧੂਰੇ ਦੇ ਬਾਹਰਲੀ ਸਾਈਡ ਤੇ ਉਹ ਪੋਸਟਰੀਓਰੇ ਰਿਸਪੈਕਟਿਵਾਮੈਂਟ ਤੇ ਔਰ ਪਿਛਲੇ ਟਾਇਰ ਦੇ ਬਾਹਰਲੀ ਸਾਈਡ ਤੇ ਉਹਨੂੰ ਕਹਿੰਦੇ ਨੇ ਸਵਾਲ ਜੋ ਕਹਿੰਦੇ ਕਰਜ਼ਾ ਤਾਂ ਦੀ ਉਹਨਾਂ ਵੀ ਕੋਲ ਜਾਂ ਕਰਜ਼ਾ ਤਾਂ ਗੱਡੀ ਦਾ ਈ ਲਾ ਡਿਸਟੈਂਸ ਅਫਰਾ ਉਹਨਾਂ ਪਰਾਫੋਂਗੋ ਹੁੰਦਾ ਜਿਹੜਾ ਕਿ ਗੱਡੀ ਦੇ ਟਾਇਰ ਦੇ ਉੱਤੇ ਇੱਕ ਤਾਂ ਹੁੰਦਾ ਚਿੱਕੜ ਮੈਟ ਹੁੰਦਾ ਠੀਕ ਹੈ ਉਹਨੂੰ ਕਹਿੰਦੇ ਡਿਸਪੋਜ਼ਿਟਿਵ ਐਂਟੀਨਿਬੂਲੇਸ਼ਨ ਹੈ ਠੀਕ ਹੈ ਇੱਕ ਹੁੰਦਾ ਪਰਾਫਾਂਗ ਹੁੰਦਾ ਟਾਇਰ ਦੇ ਉੱਤੇ ਇੱਕ ਕਵਰ ਜਿਹਾ ਬਣਿਆ ਹੁੰਦਾ ਪਲਾਸਟਿਕ ਜਿਹੇ ਦਾ ਉਹਨੂੰ ਕਹਿੰਦੇ ਪਰਾਫਾਂਗ ਇਹ ਅਲਟਰੋ ਅਦਲਾ ਆਸੇ ਸਤੈਸ ਆਸੇ ਕਹਿੰਦੇ ਪਰਾਫਾਂਗ ਤੂੰ ਨਾਪ ਕੇ ਹੋ ਗਿਆ ਪਰਾਫਾਂਗ ਤੂੰ ਨਾਪ ਕੇ ਨਹੀਂ ਹੈ ਵੀ ਠੀਕ ਹੈ ਪਰਾਫਾਂਗ ਤੁਹਾਨੂੰ ਨਾ ਸਮਝ ਲੱਗੀ ਪਰਾਫਾਂਗ ਕਲਿੱਕ ਕਰਕੇ ਸਰਚ ਕਰਕੇ
ਜਿਵੇਂ ਮੋਟਰਸਾਈਕਲ ਦੇ ਉੱਤੇ ਨਹੀਂ ਹੁੰਦੇ ਉਹ ਕਵਰ ਜਿਹਾ ਬਣਿਆ ਹੋਇਆ ਮੋਟਰਸਾਈਕਲ ਦੇ ਟਾਇਰ ਉੱਤੇ ਜਾਂ ਸਾਈਕਲ ਦੇ ਅਗਲੇ ਟਾਇਰ 'ਤੇ ਤੁਸੀਂ ਦੇਖ ਸਕਦੇ ਹੋ ਉਹਨੂੰ ਪਾਰਾਫਾਂਗ ਕਹਿੰਦੇ ਨੇ ਠੀਕ ਹੈ ਮਾਡੀ ਗਾਰਡ ਕਹਿ ਸਕਦੇ ਬਰਾਵੋ ਮਾਡੀ ਗਾਰਡ ਜਿਹੜਾ ਮਾਡੀ ਗਾਰਡ ਹੁੰਦਾ ਨਾ ਉਹਨੂੰ ਪਾਰਾਫਾਂਗ ਕਹਿੰਦੇ ਨੇ ਕਹਿੰਦੇ ਨੇ ਪਾਰਾਫਾਂਗ ਉਦੋਂ ਲੈ ਕੇ ਦੂਜੇ ਉਸੇ ਧੂਰੇ 'ਤੇ ਦੂਜੇ ਪਾਰਾਫਾਂਗ ਉਦੋਂ ਪਾਰਾਫਾਂਗ ਉਦੋਂ ਨਾਪਣਾ ਨਹੀਂ ਹੁੰਦਾ ਇਹ ਟਾਇਰਾਂ ਤੋਂ ਨਾਪਣਾ ਹੁੰਦਾ ਇਸ ਕਰਕੇ ਗਲਤ ਕਹਿੰਦੇ ਪੇ ਫਾਲਸ ਹੋਇਆ ਠੀਕ ਹੈ ਕਿਨੇ ਇੰਤਰਾ ਸੇ ਪਾਸੋ ਦੀ ਨਵੀਂ ਗੋਲੀ ਹੈ ਦੂਏ ਆਸੀ ਕਿਨੇ ਇੰਤਰਾ ਸੇ ਪਾਸੋ ਹੁੰਦਾ ਇੱਕ ਦੋ ਟਾਈਮ ਗੱਡੀ ਦਾ ਦੀ ਇੰਤੈਂਦੇ ਦਿਸ ਸੈਂਸ ਆਫ ਰਾ ਚੈਂਤਰੋ ਦੇ ਲਾ ਰੋਤੇ ਦੀ ਉਹਨਾਂ ਸਤੇ ਸਾਸ ਹੈ ਕਹਿੰਦੇ ਨੇ ਇਸ ਇੱਕ ਧੂਰੇ ਦੇ ਸੈਂਟਰ ਵਾਲਾ ਜਿਹੜੀ ਜਗ੍ਹਾ ਹੁੰਦੀ ਹੈ ਨਾ ਚੈਂਤਰੋ ਦਾ ਪੁਆਇੰਟ ਉਹਨੂੰ ਕਹਿੰਦੇ ਇੰਤਰਾਸੇ ਉਹਨੂੰ ਇੰਤਰਾਸੇ ਕਹਿੰਦੇ ਨੇ ਜੈ ਨਾਨਾ ਸਮੇਂ ਲੱਗੇ ਤੇ ਫਿਰ ਕਰ ਵੀ ਨਾ ਕੋਈ ਸਮੇਂ ਲੱਗੀ ਕਿਵੇਂ ਬਰਾਵੋ ਬਰਾਵੋ ਹੋਰ ਕਿਸੇ ਨੂੰ ਸਮੇਂ ਲੱਗੀ ਹੈ ਇੱਕ ਬੰਦੇ ਨੂੰ ਸਮੇਂ ਲੱਗੀ ਹੈ ਲੱਗੀ ਹੈ ਬਰਾਵੋ ਦੋ ਬੰਦੇ ਨੂੰ ਸਿਰਫ ਸਮੇਂ ਲੱਗੀ ਹੈ ਦੇਖੋ ਜਿਹੜਾ ਉਹ ਹੁੰਦਾ ਨਾ ਜਿਹਦੀ ਗੱਲ ਕਰਨ ਲੱਗੇ ਨੇ ਇੱਕ ਧੂਰੇ ਦੇ ਸੈਂਟਰ ਵਾਲੇ ਪੁਆਇੰਟ ਸੈਂਟਰ ਵਾਲੀ ਜਗ੍ਹਾ ਉਹ ਹੁੰਦਾ ਕਰੇ ਜਿਹਾ ਤਾ ਇੰਤਰਾਸੇ ਹੁੰਦਾ ਦੋ ਧੂਰੇ ਦੇ ਸੈਂਟਰ ਵਾਲੀ ਜਗ੍ਹਾ ਠੀਕ ਹੈ ਜਿਹੜਾ ਕਰਜਾ ਤਾ ਨਾ ਤੁਸੀਂ ਗੱਡੀ ਨੂੰ ਸਾਹਮਣੇ ਦੇਖ ਸਕਦੇ ਹੋ ਜਿਹੜਾ ਇੰਤਰਾਸੇ ਹੈ ਗੱਡੀ ਨੂੰ ਤੁਸੀਂ ਸਾਈਡ ਤੋਂ ਦੇਖੋਗੇ ਤਾਂ ਨਜ਼ਰ ਆਏਗਾ ਠੀਕ ਹੈ ਦੋ ਜਿਹੜੇ ਅਗਲੇ ਟਾਇਰ ਨੇ ਔਰ ਪਿਛਲੇ ਟਾਇਰ ਨੇ ਸੈਂਟਰ ਵਾਲੀ ਜਗ੍ਹਾ ਉਹਨੂੰ ਇੰਤਰਾਸੇ ਪਾਸੋਂ ਕਹਿੰਦੇ ਨੇ ਇਸ ਕਰਕੇ ਫਾਲਸੋ ਕਹਿੰਦੇ ਸਬਾਲਜ਼ੋ ਪਰ ਉਹਨਾਂ ਵੀ ਕੋਲ ਹੋ ਜਿਹੜਾ ਸਬਾਲਜ਼ੋ ਗੱਡੀ ਦਾ ਹੁੰਦਾ ਹੈ ਇੰਟੈਂਦੇ ਦਾ ਪੈਂਦੈਂਜ਼ਾ ਮਾਸੀਮ ਇਹ ਮੈਕਸੀਮਮ ਪੈਂਦੈਂਜ਼ਾ ਹੁੰਦਾ ਹੈ ਕਿ ਐਸੋ ਪੋ ਇਸ ਤਰ੍ਹਾਂ ਸੁਪਰਾਰ ਹੈ ਕੁਆਂਦੋ ਚਿਰਕੁਲਾ ਅਵੋ ਤੋ ਕਹਿੰਦੇ ਜਿਹੜਾ ਤੁਸੀਂ ਸੁਪਰਾਰ ਕਹਿੰਦੇ ਟੱਪ ਸਕਦੇ ਹੋ ਜੇ ਗੱਡੀ ਖਾਲੀ ਹੋਵੇ ਤਾਂ ਦੇਖੋ ਸਬਾਲਜ਼ੋ ਨੀ ਆਸਾਨੀ ਨਾਲ ਟੱਪਣ ਹੁੰਦਾ ਭਾਵੇਂ ਗੱਡੀ ਖਾਲੀ ਕਿਉਂ ਨਾ ਹੋਵੇ ਠੀਕ ਹੈ ਸਬਾਲਜ਼ੋ ਜੇ ਵਜ਼ਨ ਹੋਵੇ ਨਾ ਹੋਵੇ ਸਬਾਲਜ਼ੋ ਉਤਨੇ ਰਹਿਣਾ ਜੇ ਵਜ਼ਨ ਹੋਵੇਗਾ ਗੱਡੀ ਤਾਂ ਮਕਸਦ ਹੈ ਗੱਡੀ ਜ਼ਰਾ ਜ਼ਿਆਦਾ ਬੈਠੀ ਹੋਵੇਗੀ ਜ਼ਿਆਦਾ ਖਤਰਾ ਹੋਵੇਗਾ ਠੀਕ ਹੈ ਅਤੇ ਵਜ਼ਨ ਨਾ ਵੀ ਹੋਵੇਗਾ ਫਿਰ ਵੀ ਸਬਾਲਜ਼ੋ ਦਾ ਖਤਰਾ ਰਹਿੰਦੀ ਇਸ ਕਰਕੇ ਖਾਲੀ ਔਰ ਭਰੀ ਹੋਈ ਗੱਡੀ ਨਾਲ ਫਰਕ ਨਹੀਂ ਪੈਂਦਾ ਫਾਲਸ ਹੋਇਆ ਠੀਕ ਹੈ ਇਹ ਕਹਿੰਦੇ ਨੇ ਬੇ ਕਹਿੰਦੇ ਫੇਤੀ ਜਿਹੜਾ ਸਬਾਲਜ਼ੋ ਦੀ ਉਹਨਾਂ ਵੀ ਕੋਲ ਹੋ ਅਸੁਲਕ ਸੁਲਗਵੀ ਦਾ ਜਿਸ ਟਾਈਮ ਤੁਸੀਂ ਗੱਡੀ ਡਰਾਈਵ ਕਰ ਰਹੇ ਹੋ ਜਿਹੜੇ ਇਫੈਕਟ ਹੁੰਦੇ ਨੇ ਸਬਾਲਜ਼ੋ ਦੀ ਵਜ੍ਹਾ ਨਾਲ ਠੀਕ ਹੈ ਗੱਡੀ ਦੇ ਜਿਹੜਾ ਸਬਾਲਜ਼ੋ ਹੁੰਦਾ ਨਾ ਉਹਦੀ ਵਜ੍ਹਾ ਨਾਲ ਜਿਹੜੇ ਇਫੈਕਟ ਹੁੰਦੇ ਨੇ ਕਹਿੰਦੇ ਕੰਦੂ ਚਾਹੁੰਦੇ ਕਿ ਮੇਤੋਨੋ ਅਲਗਵੀ ਦਾ ਉਹਨਾਂ ਵੀ ਕੋਲ ਇਨ ਉਹਨਾਂ ਮੇਜ਼ੋ ਪੈਜ਼ਾਨ 'ਤੇ ਜਿਹੜਾ ਡਰਾਈਵਰ ਡਰਾਈਵ ਕਰਦਾ ਗੱਡੀ ਭਾਰੀ ਦੇ ਨਾਲ ਦੇਵੇ ਤਨੇਰ ਦੇਵੋਨੋ ਤਨੇਰ ਪ੍ਰੈਜੈਂਟ ਇਸ ਗੱਲ ਦਾ ਧਿਆਨ ਰੱਖਣ ਕਿ ਜਨਰਲ ਮੈਂ ਅਤੇ ਤਾਲੀ ਵੀ ਕੋਲ ਜਨਰਲ ਜਿਹੜੀਆਂ ਗੱਡੀਆਂ ਨੇ ਪ੍ਰਸਤਾਨੋ ਸਵਾਲ ਦੀ ਨੁੱਤੀ ਬੋਲੇ ਕਿਉਂਕਿ ਇਹਨਾਂ ਦਾ ਸਵਾਲ ਤੋਂ ਕਾਫੀ ਹੁੰਦਾ ਹੈ ਦਰੁਸਤ ਕਰਨ 'ਤੇ ਫਿਰ ਹੋਇਆ ਇਹਨਾਂ ਦਾ ਸਵਾਲ ਜੋ ਕਾਫੀ ਹੁੰਦਾ ਇਹ ਤੁਸੀਂ ਧਿਆਨ ਰੱਖਣਾ ਹੁੰਦਾ ਫਿਰ ਹੋਇਆ ਠੀਕ ਹੈ ਭਾਰੀਆਂ ਗੱਡੀਆਂ ਦਾ ਸਵਾਲ ਜੋ ਵੀ ਜ਼ਿਆਦਾ ਹੁੰਦਾ ਹੈ ਕਹਿੰਦੇ ਸੋ ਵੀ ਗੋਲੀ ਦੋਤਾ ਤੋਂ ਸਵਾਲ ਦੀ ਨੁੱਤੀ ਬੋਲੇ ਜੇ ਗੱਡੀਆਂ ਨੂੰ ਸਵਾਲ ਜੋ ਕਾਫੀ ਦਿੱਤਾ ਗਿਆ ਹੋਇਆ ਨਾਲ ਅਫਰੋਂਤਾਰੇ ਹੋਣਾ ਰੱਪੀ ਦਾ ਸਲੀਤਾ ਜੇ ਤੁਸੀਂ ਰੱਪੀ ਦਾ ਸਲੀਤਾ ਪਾਰ ਕਰਦੇ ਹੋਵੇ ਉਹ ਨਾ ਫੋਰਥ ਡਿਸਲੇਵਲ ਦਸਰਾ ਦਾ ਜਾਂ ਫਿਰ ਇੱਕ ਬਹੁਤ ਜ਼ਿਆਦਾ ਡਿਸਲੇਵਲ ਦਸਰਾ ਦਾ ਹੋਵੇ ਠੀਕ ਹੈ ਜਿਵੇਂ ਕਿ ਉੱਚਾ ਨੀਵਾਂ ਲੈਵਲ ਹੋਵੇ ਰੋਡ ਦਾ ਅਕੂਰੇ ਕੋਨੋ ਸ਼ਹਿਰ ਲਾਜ਼ਮੀ ਜਾਣ ਲਵੋ ਅੰਗ ਲੋ ਮਾਸੀਮੋ ਕਿ ਅਤਾਕੋ ਸੀਪੋ ਅਫਰੋਂਤਾਰੇ ਕਹਿੰਦੇ ਅੰਗ ਲੋ ਮਾਸੀਮੋ ਅਤਾਕੋ ਜਿਵੇਂ ਤੁਸੀਂ ਹੁਣ ਅੰਗ ਲੋ ਮਾਸੀਮੋ ਅਤਾਕੋ ਤੁਹਾਨੂੰ ਕਿਵੇਂ ਸਮਝਾ ਮੈਂ ਕਿ ਜੇ ਤਾਂ ਹੋਵੇ ਨਾ ਪਿਕਚਰਾਂ ਹੋਣ ਪਿਕਚਰਾਂ ਵਿੱਚ ਮੈਂ ਵਧੀਆ ਤਰੀਕੇ ਨਾਲ ਪੜ੍ਹਿਆ ਹੋਇਆ ਸੱਤ ਨੰਬਰ ਦੀ ਤੁਹਾਨੂੰ ਵੀਡੀਓ ਮੈਂ ਭੇਜ ਦਾਂਗਾ ਥਿਊਰੀ ਦੀ ਵੀ ਨਾ ਉਹਦੀ 'ਚ ਪਿਕਚਰਾਂ ਵੀ ਨੇ ਠੀਕ ਹੈ ਉਹਦੀ ਪਹਿਲਾਂ ਤੁਹਾਨੂੰ ਆਸਾਨ ਨਾਲ ਪਿਕਚਰਾਂ ਮਿਲਣਗੀਆਂ ਉਹਦੇ ਨਾਲ ਤੁਹਾਨੂੰ ਜ਼ਿਆਦਾ ਹੈਲਪ ਹੋਵੇਗੀ ਸਮਝਣੀ ਚੀਜ਼ਾਂ ਸਬਾਲਜ਼ੋ ਔਰ ਅਤਾਕੋ ਜਿਸ ਟਾਈਮ ਗੱਡੀ ਚੜ੍ਹਦੀ ਹੈ ਨਾ ਚੜ੍ਹਾਈ 'ਤੇ ਚੜ੍ਹਦੀ ਹੈ ਅਤੇ ਅਗਲੀ ਸਾਈਡ 'ਤੇ ਸਬਾਲਜ਼ੋ ਹੁੰਦਾ ਜੀ 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 ਬਿਲਕੁਲ 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 ਚੜ੍ਹਾਈ ਨੂੰ ਜਾ ਕੇ ਟੱਚ ਕਰਦਾ ਬਿਲਕੁਲ 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 ਚੜ੍ਹਾਈ 'ਤੇ ਚੜ੍ਹਦਿਆਂ ਟੱਚ ਕਰਦਾ ਨੀਚੇ ਉਤਰਾਈ 'ਤੇ ਉਤਰਦਿਆਂ ਟੱਚ ਕਰਦਾ ਠੀਕ ਹੈ ਫਿਰ ਉਹਦੇ ਤੋਂ ਇਲਾਵਾ
ਜੇ ਕੋਈ ਕਰ ਲਓ ਕਿ ਉਹ ਚੜ੍ਹਾਈ 'ਤੇ ਚੜ੍ਹ ਕੇ ਜੇ ਗੱਡੀ ਸਿੱਧੀ ਹੁੰਦੀ ਹੈ ਤਾਂ ਫਿਰ ਗੱਡੀ ਸੈਂਟਰ ਵਿੱਚ ਟੱਚ ਹੋਣ ਦਾ ਖਤਰਾ ਹੁੰਦਾ, ਠੀਕ ਹੈ। ਚੜ੍ਹਾਈ 'ਤੇ ਚੜ੍ਹ ਕੇ ਨੀਚੇ ਉਤਰਨਾ ਹੋਵੇ, ਸਿੱਧਾ ਹੋਣਾ ਹੋਵੇ ਗੱਡੀ ਨੇ, ਅਤੇ ਉੱਥੇ ਗੱਡੀ ਵਿਚਕਾਰੋਂ ਸੈਂਟਰ ਵਿੱਚੋਂ ਇਸ ਤਰ੍ਹਾਂ ਸੇ ਪਾਸ ਦੀ ਪੁਆਇੰਟ ਤੋਂ ਵੀ ਟੱਚ ਹੋਣ ਦਾ ਖਤਰਾ ਹੁੰਦਾ, ਠੀਕ ਹੈ। ਦਰੁਸਤ ਕਰਨ ਵੀ ਫਿਰ ਹੋਇਆ, ਇਹਦੇ ਨਾਲ ਕੁਐਸਚਨ ਵੀ ਨੇ ਥਿਊਰੀ ਵਿੱਚ ਮੈਂ ਦੱਸੇ ਹੋਏ ਨਾ ਨਾਲ ਇਹਨਾਂ ਦੇ ਕੁਛ ਸ਼ਾਇਦ, ਜੇ ਕਿਸੇ ਨੂੰ ਕਨਫਿਊਜ਼ਨ ਹੋਵੇ ਇਨ ਤਰ੍ਹਾਂ ਸੇ ਪਾਸ ਹੋ ਕਰ ਜਾਤਾ ਕੀ ਪ੍ਰੋਬਲਮ ਆਉਂਦੀ ਕਿਵੇਂ ਆਉਂਦੀ ਨਾ, ਮੈਂ ਤੁਹਾਨੂੰ ਥਿਊਰੀ ਵੀ ਭੇਜਾਂ ਗਰੁੱਪ ਦੇ ਵਿੱਚ, ਇਹਦੀ ਰਿਕਾਰਡਿੰਗ ਵੀ ਆਏਗੀ, ਥਿਊਰੀ ਵੀ ਆ ਭੇਜਾਂਗਾ। ਕਹਿੰਦੇ ਸੋਨੇ ਵੀ ਕੋਲੇ ਦਿੱਤਾ ਤੋਂ ਸਵਾਲ ਤੋਂ ਉੱਤੇ ਬੋਲੇ ਗੱਡੀ ਜੇ ਸਵਾਲ ਤੋਂ ਉੱਤੇ ਬੋਲੇ ਦਿੱਤਾ ਗਿਆ ਵੈ ਨਾਲ ਅਫਰੰਟਾ ਰੇ ਉਹਨਾਂ ਜੀ ਪਿਕਚਰ ਮੈਂ ਭੇਜੀ ਨਾ ਸਾਰਿਆਂ ਵਾਸਤੇ, ਪਿਕਚਰ ਭੇਜੀ ਹੈ ਤੁਸੀਂ ਜ਼ਬਰਦਸਤ, ਪਿਕਚਰਾਂ ਗਰੁੱਪ ਦੇ ਵਿੱਚ ਪਈਆਂ ਹੋਣੀਆਂ, ਕਿਹੜੇ ਗਰੁੱਪ ਦੇ ਵਿੱਚ ਭੇਜੋ ਨਾ, ਕਿੱਥੇ ਭੇਜੀ ਜੇ ਗਰੁੱਪ ਦੇ ਵਿੱਚ ਭੇਜੋ ਜੇ ਕਿਸੇ ਕੋਲ ਪਿਕਚਰ ਨੇੜੇ ਪਈ ਹੈ ਕਿਤੇ, ਤਾਂ ਪਿਕਚਰਾਂ ਗਰੁੱਪ ਦੇ ਵੀ ਸਾਰੀਆਂ ਪਈਆਂ ਹੋਣੀਆਂ, ਹੁਣ ਦੇਖਣੀ ਪੈਣੀ ਕਿੱਥੇ ਪਈਆਂ ਨੇ। 7 ਨੰਬਰ ਸੀ ਕਦੋਂ ਪੜਿਆ ਸੀ ਯਾਦ ਨਹੀਂ ਹੈ। ਹੈਲੋ ਸੂਬੀ ਕੋਲੀ ਦੋ ਤਾਂ ਸਵਾਲ ਦੀ ਨੋਤੇ ਵਾਲੀ ਜੀ ਗੱਡੀ ਨੂੰ ਸਵਾਲ ਦੋ ਨੋਤੇ ਵਾਲੀ ਦਿੱਤਾ ਗਿਆ ਨਾਲ ਫਰੰਤਾਰ ਉਹਨਾਂ ਸਲੀ ਤਾਂ ਜਿਸ ਟਾਈਮ ਤੁਸੀਂ ਸਾਹਮਣਾ ਕਰਦੇ ਸਲੀ 'ਤੇ ਚੜ੍ਹਾਈ ਦਾ ਉਹ ਦਿਸ ਲਵਲ ਸਰਦਾਲੇ ਜਾਂ ਫਿਰ ਖਰਾਬ ਲੇਵਲ ਰੋਡ ਦਾ ਅਕੂਰੇ ਮੁਦਰਾ ਲਵਲੋ ਲਾਜ਼ਮੀ ਸਪੀਡ ਘੱਟ ਕਰੋ। ਸਪੀਡ ਘੱਟ ਕਰਨ ਤੋਂ ਮੁਰਾਦ ਨੇ ਇਨ ਕੇ ਜੇ ਗੱਡੀ ਟੱਚ ਕਰਦੀ ਹੈ ਨਾ ਅਤੇ ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਆਰਾਮ ਨਾਲ ਕੰਟਰੋਲ ਕਰ ਸਕਦੇ, ਨੁਕਸਾਨ ਨਹੀਂ ਹੋਵੇਗਾ, ਠੀਕ ਹੈ। ਕਹਿੰਦੇ ਬੇ ਸੁਨਾ ਵੀ ਕੋਹਲੀ ਦੋ ਤਾਂ ਤੋਂ ਦੀ ਸੰਭਾਲ ਦੋ ਨੋਤੇ ਬੋਲੇ ਇੱਕ ਗੱਡੀ ਨੂੰ ਜੇ ਸੰਭਾਲ ਦੋ ਨੋਤੇ ਬੋਲੇ ਦਿੱਤਾ ਗਿਆ ਵੈ ਨਾਲ ਅਫਰੰਤਾਰ ਹੈ ਉਹਨਾਂ ਦਿਸ਼ੇ ਦਾ ਰੱਪੀ ਦਾ ਜੇ ਤੁਸੀਂ ਸਾਹਮਣਾ ਕਰਦੇ ਦਿਸ਼ੇ ਦਾ ਰੱਪੀ ਦਾ ਜੇ ਉਹਨਾਂ ਦੇ ਫੋਰਥ ਦਿਸ ਵੇਲੋ ਸਰਦਾਲੇ ਇੱਕ ਜਿਹੜਾ ਸਖਤ ਦਿਸ ਲਵੇਲੋ ਸਰਦਾਲੇ ਹੁੰਦਾ ਹੈ ਅਕੂਰੇ ਕੋਨੋ ਸ਼ਹਿਰ ਹੈ ਲਾਜ਼ਮੀ ਜਾਣੋ ਆਂਗਲੋ ਮਾਸੀਮੋ ਆਂਗਲੋ ਜਿਹੜਾ ਉਹਦਾ ਕਿਨਾਰਾ ਮੈਕਸੀਮੋ ਉਸ਼ੀ ਤਾਂ ਪਰ ਸਿਪੋ ਅਫਰੰਤਾਰ ਹੈ ਕਹਿੰਦੇ ਜਿਸ ਟਾਈਮ ਤੁਸੀਂ ਬਾਹਰ ਨਿਕਲਦੇ ਹੋ ਉਹਦਾ ਆਂਗਲੋ ਜਿਹੜਾ ਆਖਰੀ ਕੋਨਾ ਉਹਦਾ ਮੁਮਕਿਨ ਹੈ ਉਹ ਟੱਚ ਕਰ ਜਾਵੇ, ਠੀਕ ਹੈ। ਦੁਰਸ਼ਕਰਨ ਫਿਰ ਹੋਇਆ ਸੋਨੇ ਵੀ ਕੋਲ ਦੋ ਤਾਂ ਤੋਂ ਸਵਾਲ ਦਿਨ ਉੱਤੇ ਬੋਲ ਜੇ ਗੱਡੀ ਨੂੰ ਸਵਾਲ ਦਿਨ ਉੱਤੇ ਬੋਲ ਦਿੱਤਾ ਗਿਆ ਵੈ ਨਾਲ ਅਫਰੰਤਾਰ ਉਹਨਾਂ ਦਿਸ਼ੇ ਦਾ ਜੇ ਢਲਾਣ ਦਾ ਤੁਸੀਂ ਸਾਹਮਣਾ ਕਰਦੇ ਹੋ ਉਹਨਾਂ ਦਿਸ ਲਵਰ ਸਰਦਾਲੇ ਅਕੂਰੇ ਮੁਦਰਾ ਲਵਲ ਦਿੱਤਾ ਲਾਜ਼ਮੀ ਸਪੀਡ ਘੱਟ ਕਰੋ। ਦੁਰਸ਼ਕਰਨ ਫਿਰ ਹੋਇਆ ਇਹਨਾਂ ਵੀ ਕੋਲ ਮਤੋਰ ਜਿਹੜੀ ਮੋਟਰ ਵਾਲੀ ਗੱਡੀ ਨੇ ਸਵਾਲ ਦਿਨ ਉੱਤੇ ਬੋਲੇ ਜੇ ਸਵਾਲ ਦਿਨ ਉੱਤੇ ਬੋਲੇ ਹੁੰਦਾ ਹੈ ਉਮੈਨਤਾ ਲਾ ਲਾਗੇਜ਼ਾ ਦਾ ਲਾ ਫਾਸ਼ੀਆ ਦੇ ਇਨਗੋਮਰੋ ਕਹਿੰਦੇ ਉਮੈਨਤਾ ਵਾਧੇ ਦੀ ਚੜ੍ਹਾਈ ਜੇ ਵੱਧ ਜਾਏ ਫਾਸ਼ੀਆ ਦੇ ਇਨਗੋਮਰੋ ਜੇ ਫੈਲਾਓ ਇਨਗੋਮਰੋ ਫਲ ਜਾਏ ਨਾ ਵੱਧੀ ਦਾ ਗੱਡੀ ਦਾ ਅਤੇ ਸਬਲਜੋ ਵੀ ਵੱਧ ਜਾਂਦਾ ਦਰੁਸਤ ਕਰਨ 'ਤੇ ਫਿਰ ਹੋਇਆ ਵੀ। 7 ਨੰਬਰ ਕਹਿੰਦੇ ਸੁਗਨ ਵੀ ਕੋਲੋ ਦੋ ਤਾਂ ਤੋਂ ਸਬਲ ਦੇ ਨੋਤੇ ਬੋਲੇ ਜੇ ਗੱਡੀ ਨੂੰ ਸਬਲ ਦੇ ਨੋਤੇ ਬੋਲੇ ਦਿੱਤਾ ਗਿਆ ਵੈ ਉਮਾਨਤਾ ਵਾਲਾ ਦੀ ਫਿਕੋਲਤਾ ਆ ਮਿੰਤਨੇਰੇ ਲਾ ਕੁਰਤਰਿਆ ਇਨਕੂਰਵਾ ਈ ਨਲਾ ਸਵੋਲਤਾ ਕਹਿੰਦੇ ਨੇ ਡਿਫੀਕਲਟੀ ਮੁਸ਼ਕਲ ਵੱਧ ਜਾਏਗੀ ਮੇਨਟੇਨ ਰੱਖਣ ਲਈ ਜਿਸ ਟਾਈਮ ਤੁਸੀਂ ਕੁਰੈਕਟ ਤਰੀਕੇ ਨਾਲ ਮੁੜਦੇ ਹੋ ਜਾਂ ਕੋਰਵੇ ਤੋਂ ਮੁੜਦੇ ਹੋ ਜਾਂ ਫਿਰ ਚੌਂਕ ਦੇ ਵਿੱਚ ਮੁੜਦੇ ਹੋ ਤਾਂ ਦਰੁਸਤ ਕਰਨ ਪੇ ਫਿਰ ਹੋਇਆ ਇਹ ਵੀ ਕਿਉਂਕਿ ਜੇ ਗੱਡੀ ਲੰਬਾਈ ਵੱਧ ਜਾਏਗੀ ਸਾਰੀ ਗੱਲ ਹੈ ਸਵਾਲ ਤੋਂ ਵਧੇਗਾ ਸਵਾਲ ਤੋਂ ਵਧੇਗਾ ਸਵਾਲ ਤੋਂ ਵਧੇਗਾ ਤਾਂ ਤੁਹਾਨੂੰ ਮੋੜ ਵਗੈਰਾ ਦੇ ਵੀ ਮੁੜਨਾ ਮੁਸ਼ਕਲ ਹੋ ਜਾਏਗਾ। ਕਹਿੰਦਾ ਸੇ ਅਸੀਂ ਅਫਿਤਵਾ ਉਹਨਾਂ ਸਬੋਲਤਾ ਜੇ ਤੁਸੀਂ ਮੁੜਦੇ ਹੋਏ ਇੱਕ ਵਾਰੀ ਕੋਨੂੰ ਵਿਕੋਲੀ ਦੋ ਤਾਂ ਤੋਂ ਸਵਾਲ ਦੇ ਨੋਤੇ ਵਾਲੇ ਜਿਸ ਗੱਡੀ ਦਾ ਸਵਾਲ ਤੋਂ ਨੋਤੇ ਬੋਲੇ ਕਾਫੀ ਜਿੱਦਾਂ ਸਵਾਲ ਜੋ ਹੈ ਠੀਕ ਹੈ ਉਹਦੇ ਨਾਲ ਜੇ ਤੁਸੀਂ ਮੁੜਦੇ ਹੋ ਅਕੂਨੇ ਤਨੇਰੇ ਪ੍ਰੈਜੈਂਟ ਇਸ ਗੱਲ ਦਾ ਧਿਆਨ ਰੱਖੋ ਕਿ ਕੌਣ ਇਸ ਤਰਮੀਤਾ ਅੰਤਰੀਓਰ ਹੈ ਉਹ ਪੋਸਟਰੀਓਰ ਹੈ ਦਿਲ ਵਿਕੋਲੀ ਜਿਹੜੀ ਬਾਹਰਲਾ ਸਾਈਡ ਹੈ ਗੱਡੀ ਦੇ ਟਾਇਰਾਂ ਤੋਂ ਸਵਾਲ ਜੋ ਹੈ ਗੱਡੀ ਦੇ ਅਗਲੀ ਸਾਈਡ ਤੋਂ ਪਿਛਲੀ ਸਾਈਡ 'ਤੇ ਸੀ ਪੋਤਰੇਬੇ ਇਨ ਵਾਧਾਰ ਮਰਚੀ ਪਈ ਦੀ ਕਿੰਨ ਮੁਮਕਿਨ ਹੈ ਉਹ ਮਰਚੀ ਪਈ ਦੀ ਉੱਤੇ ਚੜ੍ਹ ਜਾਏ ਸਵਾਲ ਤੋਂ ਜਿਹੜਾ ਮੁਮਕਿਨ ਹੈ ਗੱਡੀ ਦਾ ਮਰਚੀ ਪਈ ਦੀ ਉੱਤੇ ਚੜ੍ਹ ਜਾਏ ਦਰੁਸਤ ਕਰਨ ਪੇ ਫੇਰ ਹੋਇਆ ਵੀ। 9 ਨੰਬਰ ਕੁਐਸਚਨ ਕਹਿੰਦੇ ਸੇ ਸੀ ਅਫੀਤੂ ਆ ਉਹਨਾਂ ਸਵਾਲ ਤਾਂ ਜੇ ਤੁਸੀਂ ਮੁੜਦੇ ਹੋਏ ਨਾ ਕੋਨ ਵਿਕੋਲੇ ਦੋ ਤਾਂ ਸਵਾਲ ਤੋਂ ਨੋਤੇ ਬੋਲੇ ਜੇ ਗੱਡੀ ਨੂੰ ਸਵਾਲ ਤੋਂ ਨੋਤੇ ਬੋਲੇ ਦਿੱਤਾ ਗਿਆ ਹੋਵੇ ਅਕੂਰੇ ਤਨੇ ਰਿਪ੍ਰੈਜੈਂਟ ਇਸ ਗੱਲ ਦਾ ਧਿਆਨ ਰੱਖੋ ਲਾਜ਼ਮੀ ਹੈ ਕਿ ਕੋਲਾ ਇਸ ਤਰਮੀਤਾ ਅੰਤਰੀ ਹੋਰ ਇਸ ਤਰਮੀਤਾ ਪੁਸਤਰੀ ਹੋ ਵਿਕੋਲੀ ਸੀ ਪੋਤਰੇਬੇ ਔਰ ਤਾਰੇ ਪੈਦੋਨੀ ਮੁਮਕਿਨ ਉਹ ਲੱਗਿਆ ਪੈਦੋਨੀ ਦੇ ਨਾਲ ਇਚਕਲੀ ਸੀ ਸਾਈਕਲ ਦੇ ਨਾਲ ਇਨ ਟ੍ਰਾਂਜੀਟ ਤੋਂ ਨਾਲ ਵਿਚ ਇਹਨਾਂ ਦਾ ਜਿਹੜੇ ਕਿ ਤੁਹਾਡੇ ਨੇੜੇ ਟ੍ਰਾਂਜਿਟ ਕਰਨ ਲੱਗੇ ਨੇ ਦਰੁਸਤ ਕਹਿੰਦੇ ਅਵੇਅਰ ਹੋਇਆ
ਕਿ ਜਿਹੜੇ ਤੁਹਾਡੇ ਨੇੜੇ ਟ੍ਰੰਚ ਕਰ ਲੱਗੇ ਨੇ ਉਹ ਮੁਮਕਿਨ ਹੈ, ਪੋਸੀਬਲ ਹੈ ਉਹਨਾਂ ਦੇ ਨਾਲ ਤੁਹਾਡਾ ਅਟੈਚ ਹੋਵੇ ਆਪਣਾ। ਸ਼ਾਇਦ ਬਾਈ ਵਧੀਆ ਤੁਸੀਂ ਪਿਕਚਰ ਸੈਂਡ ਕੀਤੀ ਹੈ, ਸ਼ਾਬਾਸ਼। ਪਿਕਚਰ ਮੈਂ ਬਾਅਦ ਹੀ ਐਡ ਕਰਨਾ ਉੱਥੇ 'ਚ, ਗਰੁੱਪ ਦੇ ਵਿੱਚ ਆਈਏ ਤੁਸੀਂ ਪਿਕਚਰ ਜੇ ਸਵਾਲ ਵਗੈਰਾ ਦੇਖਣਾ ਚਾਹੋ ਤਾਂ ਤੁਹਾਨੂੰ ਉਮੀਦ ਆਰਾਮ ਨਾਲ ਪਤਾ ਲੱਗ ਜਾਏਗਾ। ਸ਼ਾਬਾਸ਼। ਕਹਿੰਦੇ ਨੇ ਬੇ ਇੱਕ ਉਹਨੂੰ ਕਹਿੰਦੇ ਅਲੱਗ ਵੀ ਦਾ ਜੇ ਡਰਾਈਵਰ ਡਰਾਈਵ ਕਰਦਾ ਪਿਆ ਜੀ ਉਹਨਾਂ ਮੈਜ਼ੋ ਪੈਸਾਂ 'ਤੇ ਭਾਰੀ ਗੱਡੀ ਨੂੰ ਦੇਵੇ ਤਨੇਰੇ ਪ੍ਰੈਜੈਂਟ ਇਸ ਗੱਲ 'ਤੇ ਧਿਆਨ ਰੱਖਿਆ ਕਿ ਜਨਰਲ ਏ ਮਹਿਨਤ ਤਾਲੀ ਵੀ ਕੋਈ ਜੇ ਜਨਰਲ ਜਿਹੜੀ ਗੱਡੀਆਂ ਨੇ ਪ੍ਰੈਜੈਂਟਾਂ ਨੂੰ ਸਵਾਲ ਦੇ ਨੋਤੇ ਬੋਲੇ ਅੰਤਰੀਓਰ ਮਹਿਨਤ ਜਿਹੜੇ ਸਵਾਲ ਦੇ ਨੋਤੇ ਬੋਲੇ ਆਉਂਦੀਆਂ ਕਰਦੀਆਂ ਨੇ ਅਗਲੀ ਸਾਈਡ ਤੋਂ ਮਾਂ ਨੋਨ ਪੋਸਟਰੀਓਰ ਹੈ ਲੇਕਿਨ ਪਿਛਲੀ ਸਾਈਡ ਤੋਂ ਨਹੀਂ ਕਰਦੀਆਂ ਗਲਤ ਕਿਨੇ ਵੀ ਫਾਲਸ ਹੋਇਆ ਅਗਲੀ ਸਾਈਡ ਤੋਂ ਵੀ ਕਰਦੀਆਂ ਨੇ ਔਰ ਪਿਛਲੀ ਸਾਈਡ ਤੋਂ ਵੀ ਕਰਦੀਆਂ ਨੇ ਠੀਕ ਹੈ ਇਸ ਕਰਕੇ ਆਹਿਸਤਾ ਗੱਡੀ ਕਰਕੇ ਆਰਾਮ ਨਾਲ ਇਹਨਾਂ ਜਗ੍ਹਾ ਤੋਂ ਕੱਢਣੀ ਚਾਹੀਦੀ ਗੱਡੀ ਠੀਕ ਹੈ ਫਾਲਸ ਹੋਇਆ ਕਹਿੰਦੇ ਕਹਿੰਦੇ ਕੁਆਂਦੋ ਸੀ ਅਲੱਗ ਵੀਦਾ ਜੇ ਉਹਨਾਂ ਮਜ਼ੋ ਪੈਜ਼ਾਂ 'ਤੇ ਜੇ ਤੁਸੀਂ ਜਿਸ ਟਾਈਮ ਤੁਸੀਂ ਡਰਾਈਵ ਕਰਦੇ ਗੱਡੀ ਭਾਰੀ ਨੂੰ ਸਵਾਲ ਇਹ ਦੋਤਾ ਤੁਸੀਂ ਸਵਾਲ ਜੀ ਇੰਪੋਰਟਾਂ 'ਤੇ ਜਿਹੜੀ ਸਵਾਲ ਜੀ ਇੰਪੋਰਟ ਦਿੱਤੇ ਇੰਪੋਰਟੈਂਟ ਦਿੱਤੀ ਗਈ ਹੁੰਦੀ ਹੈ ਨੋਨ ਸੀ ਪੋਸਟਨ ਪਰਕੋਰ ਰਸਤਾ ਤੋਂ ਸਤਰਾਦਾ ਦੋ ਵੇ ਸੋਨੋ ਪ੍ਰੈਜੈਂਟੀ ਦੋ ਸੀ ਆਰਟੀਫਿਸ਼ਾਲੀ ਕਹਿੰਦੇ ਨੇ ਬੇ ਕਿ ਸਵਾਲ ਜੀ ਨੋਤੇ ਬੋਲੇ ਜਿਹੜਾ ਹੁੰਦਾ ਹੈ ਇਹ ਨੀ ਇੰਪੋਰਟੈਂਟ ਹੁੰਦੀ ਹੈ ਜਿਸ ਟਾਈਮ ਜਿੱਥੇ 200 ਆਰਟੀਫਿਸ਼ਲ ਦਿੱਤਾ ਗਿਆ ਹੋਇਆ ਗਲਤ ਕਹਿੰਦੇ ਫਾਲਸ ਹੋਇਆ ਆਰਟੀਫਿਸ਼ਲ 200 ਵੀ ਗਿਆ ਹੋਇਆ ਦਿੱਤਾ ਗਿਆ ਹੋਇਆ ਫਿਰ ਵੀ ਤੁਸੀਂ ਆਰਾਮ ਨਾਲ ਗੱਡੀ ਕਰਨੀ ਹੈ ਇਸ ਤਰ੍ਹਾਂ ਕਰਨੀ ਹੈ ਔਰ ਇਤਿਆਦ ਕਰਨੀ ਹੈ ਠੀਕ ਹੈ ਇਸ ਕਰਕੇ ਫਾਲਸ ਹੋਇਆ ਇੱਥੇ ਤਾਂ ਆਰਟੀਫਿਸ਼ਲ ਦੇ 200 ਸਪੀਡ ਬ੍ਰੇਕਰ ਦਿੱਤੇ ਕਿਉਂ ਨਹੀਂ ਏਡੇ ਵੱਡੇ ਗਏ ਹੁੰਦੇ ਅਤੇ ਸਾਡੇ ਮੁਲਕਾਂ ਵਿੱਚ ਜਿਹੜੇ ਨਾ ਸਪੀਡ ਬ੍ਰੇਕਰ ਉਹ ਚੰਗੇ ਪਹਿਲੇ ਜੰਪ ਬਣਾ ਦਿੰਦੇ ਨੇ ਮੋਟਰਸਾਈਕਲ ਫਿਰ ਵੀ ਉੱਠਦੇ ਨਿਕਲਦੇ ਨੇ ਉੱਥੋਂ ਮੁੰਡੇ ਫਿਰ ਵੀ ਇਸ ਤਰ੍ਹਾਂ ਜੀ ਬਿਲਕੁਲ ਬਿਲਕੁਲ ਅੰਦਰੋਂ ਹਿੱਲ ਜਾਂਦੀ ਹੈ ਇੱਦਾਂ ਤਾਂ ਫਿਰ 200 ਆਰਟੀਫਿਸ਼ਲ ਜਿਹੜੇ ਦਿੱਤੇ ਉਹ ਛੋਟੇ ਛੋਟੇ ਹੁੰਦੇ ਨੇ ਬਿਲਕੁਲ ਬਿਲਕੁਲ ਟੁੱਟ ਭੱਜ ਹੋ ਸਕਦੀ ਹੈ ਆਪਣੇ ਛੋਕਰਾਂ ਵਗੈਰਾ ਨੁਕਸਾਨ ਖਾਸ ਤੌਰ 'ਤੇ ਹੋ ਸਕਦਾ ਹੈ ਇੱਦਾਂ ਤਾਂ ਫਿਰ ਛੋਟੇ ਦਿੱਤੇ ਹੋਏ ਸਾਡੇ ਮੁਲਕਾਂ 'ਚ ਜਿਹੜੇ ਸਪੀਡ ਬ੍ਰੇਕਰ ਬਣਾਏ ਗਏ ਹੁੰਦੇ ਨੇ ਉਹ ਬਿਲਕੁਲ ਹੀ ਬਹੁਤ ਜ਼ਿਆਦਾ ਦਿੱਤੇ ਗਏ ਹੁੰਦੇ ਨੇ ਠੀਕ ਹੈ ਉੱਥੇ ਨੋਰਮਲੀ ਗੱਡੀਆਂ ਥੱਲੇ ਲੱਗ ਜਾਂਦੀਆਂ ਨੇ ਇੰਨੇ ਕੁ ਉੱਚੇ ਦਿੱਤੇ ਗਏ ਹੁੰਦੇ ਨੇ ਉੱਥੇ ਜਿਹੜੇ ਸਪੀਡ ਬ੍ਰੇਕਰ ਨੇ ਕਿਉਂਕਿ ਮਾੜਾ ਮੋਟਾ ਸਪੀਡ ਬ੍ਰੇਕਰ ਹੋਇਆ ਸਾਡੇ ਮੁਲਕਾਂ 'ਚ ਮੰਨਦੇ ਨਹੀਂ ਆਇਆ ਉਹਨੂੰ ਸਪੀਡ ਬ੍ਰੇਕਰ ਕਹਿੰਦੇ ਹਾਂਜੀ ਕਹਿੰਦੇ ਨੇ ਸਵਾਲ ਜੀ ਸਵਾਲ ਇਹ ਲਈ ਸਵਾਲ ਜੀ ਬਾਰਾਂ ਕੁਸ਼ਚਨ ਦੀ ਕੀ ਸੋਨੋ ਦਤਾਤੀ ਵੀ ਕੋਹਲੀ ਬਿਜ਼ਾਂਤੀ ਸਵਾਲ ਜੀ ਜਿਹੜੇ ਦਿੱਤੇ ਗਏ ਵੱਡੀ ਗੱਡੀਆਂ ਨੂੰ ਸੋਨੋ ਤਰਾ ਅਲਤਰੋ ਪਰਵੀਸ਼ ਦੀ ਪਰਫਾਚਿਲਿਤਾ ਰੇ ਮਨੋਵਰ ਬ੍ਰਕੇ ਜੀਓ ਕਹਿੰਦੇ ਆਸਾਨੀ ਪਤਾ ਕਰਨਾ ਪਾਰਕਿੰਗ ਲਾਉਣ ਲਈ ਦੇਖੋ ਇਹ ਨਾ ਪਾਰਕਿੰਗ ਲਾਉਣ ਲਈ ਨਾ ਮੁੜਨ ਲਈ ਕਿਸੇ ਵੀ ਸੂਰਤ ਵਿੱਚ ਨਾ ਉੱਚੀ ਨੀਵੀਂ ਥਾਂ 'ਤੇ ਆਸਾਨੀ ਪੈਦਾ ਕਰਦੇ ਮੁਸ਼ਕਲ ਹੀ ਪੈਦਾ ਕਰਦੇ ਇਸ ਕਰਕੇ ਫਾਲਸ ਹੋਇਆ ਕਹਿੰਦੇ ਅਤਬੋਸ ਰਬਾਨ ਜੀ ਸ਼ਹਿਰ ਹੋਏ ਅਤਬੋਸ ਹੈ ਨੋਮ ਪੋਸਨ ਅਵੇਅਰ ਸਵਾਲ ਦੀ ਸਪਰੀਓਰ ਦੀ ਇੱਚੀ ਚਿੰਤੀ ਮੈਤਰੀ ਕਹਿੰਦੇ 10 ਸੈਂਟੀਮੀਟਰ ਤੋਂ ਵਧਣੀ ਚਾਹੀਦੀ ਗੱਲ ਕਹਿੰਦੇ ਫਾਲਸ ਹੋਇਆ 10 ਸੈਂਟੀਮੀਟਰ ਤਾਂ ਮੇਰੇ ਖਿਆਲ ਕਿਸੇ ਦੀ ਨਹੀਂ ਹੋਣੀ ਹੈ ਵੀ 10 ਸੈਂਟੀਮੀਟਰ ਸਵਾਲ ਜੀ ਹੋਵੇ ਤਾਂ ਫਿਰ ਤਾਂ ਟੈਨਸ਼ਨ ਹੀ ਕੋਈ ਠੀਕ ਹੈ ਫਿਰ ਤਾਂ ਜਿਸ ਟਾਈਮ ਗੱਡੀ ਨੇ ਮੋੜਨਾ ਹੁੰਦਾ ਤਾਂ ਟਾਇਰ ਬਾਹਰ ਨਿਕਲੇ ਟਾਇਰਾਂ ਦੇ ਕੋਨੇ ਬਾਹਰ ਨਿਕਲੇ ਹੋਣ ਕਹਿੰਦੇ ਕਹਿੰਦੇ ਰਿਸ਼ਕਿਆਰ ਦੀ ਦੌਰਾਨ ਤਾਂ ਪੈਦੋਨੀ ਇਹ ਮਰਚੀ ਪੈਦੀ ਜਿਹੜੀ ਕਿ ਰਿਸ਼ਕ ਰਹਿੰਦੀ ਹੈ ਬਟ ਬਣੀ ਮਰਚੀ ਪੈਦੀ ਪੈਦਨ ਲਈ 10 ਸੈਂਟੀਮੀਟਰ ਬਹੁਤ ਜ਼ਿਆਦਾ ਥੋੜ੍ਹਾ ਹੁੰਦਾ 10 ਸੈਂਟੀਮੀਟਰ ਜਿਹੜਾ ਹੁੰਦਾ ਨਾ ਇਹ 1 ਫੁੱਟ ਦਾ 3 ਹਿੱਸਾ ਹੁੰਦਾ ਠੀਕ ਹੈ ਕਰ ਲਓ ਕਿ 4 ਇੰਚ ਤਕਰੀਬਨ ਹੁੰਦਾ ਇਹ 10 ਸੈਂਟੀਮੀਟਰ ਅਤੇ ਇਤਨਾ ਸਵਾਲ ਜੋ ਥੋੜ੍ਹਾ ਨਹੀਂ ਹੋ ਸਕਦਾ ਇਹ ਵੀ ਫਾਲਸ ਹੋਇਆ ਕਿਹਨੇ ਵੀ ਕੋਹਲੀ ਪਸੰਦ ਜਿਹੜੀ ਭਾਰੀ ਗੱਡੀਆਂ ਨੇ ਹਾਂ ਨਾ ਸਵਾਲ ਦੀ ਸੁਪਰੀਓਰ ਕੁਰਾਂਤਾ 34 ਮੈਤਰੀ ਕਹਿੰਦੇ 45 ਸੈਂਟੀਮੀਟਰ ਤੋਂ ਹੁੰਦਾ ਦੇਖੋ ਸਵਾਲ ਜਿਹਦਾ ਅਸੀਂ ਕੁਛ ਸਾਈਜ਼ ਨਹੀਂ ਕਿਤੇ ਪੜਿਆ ਹੋਇਆ ਵੀ ਠੀਕ ਹੈ ਵੀ ਕਿਤਨਾ ਹੁੰਦਾ ਕਿਤਨਾ ਨਹੀਂ ਹੁੰਦਾ ਗੱਡੀਆਂ 'ਤੇ ਡਿਪੈਂਡ ਕਰਦਾ ਕਿਹੜੀ ਗੱਡੀ 'ਤੇ ਜੇ ਵੱਡੀਆਂ ਗੱਡੀਆਂ ਥੋੜ੍ਹਾ ਜ਼ਿਆਦਾ ਹੁੰਦਾ ਛੋਟੀਆਂ ਘੱਟ ਹੁੰਦਾ ਠੀਕ ਹੈ ਅਸੀਂ ਇਤਿਆਤ ਕਰਨੀ ਹੁੰਦੀ ਹੈ ਸਪੀਡ ਆਸਤਾ ਕਰਨੀ ਹੁੰਦੀ ਹੈ ਠੀਕ ਹੈ ਇਸ ਵਿੱਚ ਕੋਈ ਲਿਮਿਟ ਨਹੀਂ ਅਸੀਂ ਕਿਤੇ ਵੀ ਪੜੀ ਹੈ ਵੀ ਥਿਊਰੀ ਦੇ ਵਿੱਚ ਠੀਕ ਹੈ ਇਸ ਕਰਕੇ ਲਿਮਿਟ ਜਦ ਵੀ ਦੱਸਣਗੇ 10 ਸੈਂਟੀਮੀਟਰ ਹੋਏ ਕੁਰਾਂਤਾ ਤੋਂ ਵੱਧ ਹੋਵੇਗਾ ਗਲਤ ਹੋਣਗੀਆਂ ਠੀਕ ਹੈ ਦੇਵਨ ਇਸ ਤਰ੍ਹਾਂ ਦੀ ਨੋਰਮਲ ਤੋਂ ਤਾਂ ਸਪੈਕਰੀ ਸਪਲੇਮੈਂਟਾਰ ਹੈ ਕਹਿੰਦੇ ਸਪੀਕਰ ਸਪਲੀਮੈਂਟਾਰ ਉਹਨੂੰ ਦਿੱਤਾ ਗਿਆ ਹੋਣਾ ਜੀ ਗਲਤ ਕਹਿੰਦੇ ਵੀ ਫਾਲਸ ਹੋਇਆ ਇੱਦਾਂ ਦੀ ਕੋਈ ਇੱਦਾਂ ਦਾ ਕੋਈ ਸਪੈਸ਼ਲ ਇਹਦੇ ਲਈ ਸਪੀਕਰ ਨਹੀਂ ਦਿੱਤਾ ਗਿਆ ਹੁੰਦਾ ਸਪੀਕਰ ਸਪਲੀਮੈਂਟਾਰ ਔਰ ਨਾ ਹੀ ਇਹਦਾ ਕੋਈ ਕੁਆਂਟਿਟੀ ਦਿੱਤੀ ਦੱਸੀ ਗਈ ਹੁੰਦੀ ਵੀ ਕਿ 45 ਸੈਂਟੀਮੀਟਰ ਤੋਂ ਉੱਤੇ ਹੋਵੇ ਜਾਂ ਨਾ ਹੋਵੇ ਠੀਕ ਹੈ ਇਸ ਕਰਕੇ ਫਾਲਸ ਹੋ ਕਹਿੰਦੇ ਵੀ ਕੋਈ ਪਸੰਦ ਨੋ ਪੋਸਟਨ ਅਵੇਅਰ ਦੀ ਨੋਰਮਲ ਸਵਾਲ ਜੀ ਲੁੰਗੇਜ਼ਾ ਸੁਪਰੀਓਰ ਕੁਰਾਂਤਾ 34 ਮੈਤਰੀ ਕਹਿੰਦੇ 40 ਸੈਂਟੀਮੀਟਰ ਤੋਂ ਦੇਖੋ 1 ਫੁੱਟ ਤੋਂ ਥੋੜ੍ਹਾ ਜਿੰਨਾ ਜਾ ਇੱਕ ਫੁੱਟ ਹੁੰਦਾ 1 ਫੁੱਟ 4-5 ਇੰਚ ਹੁੰਦਾ ਇਹ 5 ਇੰਚ ਇਹ ਵੀ ਗਲਤ ਕਹਿੰਦੇ ਪਏ ਫਾਲਸ ਹੋਇਆ ਇੱਥੇ ਵੀ
ਗਲਤ ਕਹਿੰਦੇ ਪਏ ਕਿਉਂਕਿ ਇਹ ਵੀ ਬਹੁਤ ਥੋੜ੍ਹਾ ਬਣਦਾ ਔਰ ਅਸੀਂ ਵੈਸੇ ਵੀ ਲਿਮਿਟ ਕਿਤੇ ਕੋਈ ਪੜ੍ਹੀ ਹੋਈ ਨਹੀਂ ਹੈ ਵੀ ਕਿ ਪੜ੍ਹੀ ਵਿਹਲੋ ਵਿਹਲੋ ਕੁਐਸਚਨਾਂ ਵਿੱਚ ਤੁਸੀਂ ਜਾਂ ਥਿਊਰੀ ਵਿੱਚ ਕੁਛ ਕੋਈ ਲਿਮਿਟ ਪੜ੍ਹੀ ਸੀ ਵੀ ਸਵਾਲ ਦੋ ਇੰਨੇ ਸੈਂਟੀਮੀਟਰ ਹੋਵੇ ਇੰਨਾ ਹੋਵੇ ਬਿਲਕੁਲ ਕਿਉਂਕਿ ਗੱਡੀਆਂ ਡਿਪੈਂਡ ਕਰਦਾ ਠੀਕ ਹੈ ਇਸ ਕਰਕੇ ਫਾਲਸ ਹੋਇਆ ਕਿਹੜਾ ਸਵਾਲ ਸੀ ਸੋਨਾ ਵਿਤਾ ਤੀ ਸਵਾਲ ਜੀ ਮਨਾਈ ਹੁੰਦੀ ਹੈ ਕਿਉਂਕਿ ਸਵਾਲ ਜੋ ਤੁਹਾਡਾ ਉਸ ਟਾਈਮ ਵੀ ਵੱਧ ਜਾਂਦਾ ਜਿਸ ਟਾਈਮ ਕਾਰੀ ਕੁਛ ਪੁਰਜਨ 'ਤੇ ਹੋਵੇ ਜਿੰਨਾ ਕਾਰੀ ਕੁਛ ਪੁਰਜਨ 'ਤੇ ਹੋਵੇ ਸਵਾਲ ਤੋਂ ਹੀ ਵੱਧ ਗਿਆ ਨਾ ਗੱਡੀ ਦਾ ਕੀ ਖਿਆਲ ਹੈ ਕਿ ਨਹੀਂ ਇਸ ਕਰਕੇ ਕੋਈ ਲਿਮਿਟ ਨਹੀਂ ਹੁੰਦੀ ਹੈ ਵੀ ਇਸ ਤਰ੍ਹਾਂ ਦੱਸੀ ਗਈ ਸਪੈਸ਼ਲ ਕਿਹੜਾ ਸਵਾਲ ਸੀ ਸੋਨਾ ਵਿਤਾ ਤੀ ਸੁਲੈਬ ਤੋਂ ਬਹੁਤ ਅਕਸਰ ਬਾਨੀ ਪਿਰਕੇ ਨੇ ਕੋਂਪਰੋਮੈਜ਼ ਤੁਹਾਨੂੰ ਲਾ ਤੈਨੂੰ ਦੱਸਰਾ ਦਾ ਕਹਿੰਦੇ ਕੰਪਰੋਮਾਈਜ਼ ਤੋਂ ਰਿਸਕ ਵੀ ਪਾਉਂਦੇ ਤੈਨੂੰ ਦੱਸ ਰਿਹਾ ਦਾ ਤੁਹਾਡੀ ਪਕੜ ਜਿਹੜੀ ਰੋਡ ਦੀ ਨਾਲ ਉਹ ਰਿਸਕ ਵੀ ਪਾਉਂਦੇ ਗਲਤ ਕਿਉਂਕਿ ਫਾਲਸ ਹੋਇਆ ਇਹ ਪਕੜ ਦੇ ਰੋਡ ਦੀ ਰਿਸਕ ਵਿੱਚ ਨਹੀਂ ਪਾਉਂਦੇ ਆ ਵੀ ਇਹਨਾਂ ਦਾ ਇਹਦੇ ਨਾਲ ਤਲਕ ਨਹੀਂ ਹੈ ਵੀ ਠੀਕ ਹੈ ਪਕੜ ਜਿਹੜੀ ਟਾਇਰਾਂ ਦੇ ਨਾਲ ਹੁੰਦੀ ਹੈ ਇਹ ਜਿਹੜੇ ਆਉਂਦੇ ਨੇ ਅੱਗੇ ਪਿੱਛੇ ਆਉਂਦੀਆਂ ਜਾਂਦੀਆਂ ਚੀਜ਼ਾਂ ਨੂੰ ਯਾਨੀ ਕਿ ਮਰਚ ਏਬੇ ਦੇ ਉੱਤੇ ਚੜ ਜਾਣਾ ਜਾਂ ਫਿਰ ਟੱਚ ਹੋ ਜਾਣਾ ਜ਼ਮੀਨ ਦੇ ਨਾਲ ਇਹ ਪ੍ਰੋਬਲਮਾਂ ਕ੍ਰੀਏਟ ਕਰਦੀਆਂ ਠੀਕ ਹੈ ਸਵਾਲ ਦੀ ਮਨਾਹੀ ਥੋੜ੍ਹੀ ਹੋ ਸਕਦੀ ਹੈ ਯਾਨੀ ਕਿ ਇਹ ਇੱਦਾਂ ਦੀ ਇੱਕ ਚੀਜ਼ ਤਾਂ ਨਾ ਵੀ ਇਹ ਬਟਨ ਥੋੜ੍ਹੀ ਲੱਗੇ ਬਟਨ ਦਬਾਓਗੇ ਸਵਾਲ ਜੀ ਆ ਜਾਏਗੀ ਬਟਨ ਦਬਾਓਗੇ ਤਾਂ ਸਵਾਲ ਜੀ ਖਤਮ ਹੋ ਜਾਏਗੀ ਇੱਦਾਂ ਦੀ ਕੋਈ ਚੀਜ਼ ਨਹੀਂ ਹੈ ਠੀਕ ਹੈ ਜੇ ਬੰਦਾ ਆਖਣ ਵੀ ਹਾਂ ਸ਼ਹਿਰ ਤੋਂ ਬਾਹਰ ਰੋਡ 'ਤੇ ਬਣਾਈ ਹੈ ਸਵਾਲ ਜੀ ਤਾਂ ਗੱਡੀ ਦਾ ਸਵਾਲ ਜੋ ਹੁੰਦਾ ਉਹ ਤਾਂ ਹਮੇਸ਼ਾ ਨਾਲ ਰਹਿਣਾ ਹੁੰਦਾ ਠੀਕ ਹੈ ਇਸ ਕਰਕੇ ਫਾਲਸ ਹੋ ਅੱਗੇ ਜਿਹੜਾ ਰਗਾਸੀ ਪੜਾਂਗੇ ਇਨਗੋਮਬਰੋ ਦਾ ਕਰਜਾ ਤਾਂ ਇਨਗੋਮਬਰੋ ਜਿਹੜਾ ਗੱਡੀ ਦਾ ਹੁੰਦਾ ਠੀਕ ਹੈ ਦੇਖੋ ਇਨਗੋਮਬਰੋ ਵਿੱਚ ਨਾ ਟੋਟਲ ਜਿਹੜਾ ਹੁੰਦਾ ਨਾ ਫਾਸ਼ਾ ਇੰਤੇਰਨੋ ਫਾਸ਼ਾ ਇਸਤੇਰਨੋ ਟੋਟਲ ਨਾ 12:50 ਜਿਹਦੇ ਵਿੱਚ ਰਿਜੋ ਅੰਤੋਰਨੋ ਹੁੰਦਾ 5:30 ਅਤੇ ਕੋਰੋਨਾ ਚਿਰਕੁਲਾਰ ਹੁੰਦਾ ਕੋਰੋਨਾ ਚਿਰਕੁਲਾਰ ਜਿੱਥੇ ਗੱਡੀ ਨੇ ਘੁੰਮਣਾ ਚੱਲ ਕੇ ਉਹ ਹੁੰਦਾ 7:20 ਇਸ ਗੱਲ ਨੂੰ ਜ਼ਹਿਨ ਵੀ ਤੁਸੀਂ ਜਦ ਤੱਕ ਬਿਠਾਓਗੇ ਅਸੀਂ ਫਿਰ ਤਦ ਤੱਕ ਪਹੁੰਚਾਵਾਂਗੇ ਮੰਗਲ ਤੱਕ ਕੀ ਖਿਆਲ ਹੈ ਮੰਗਲਵਾਰੀ ਅੱਗੋਂ ਪੜ੍ਹਾਂਗੇ ਅੱਜ ਲਈ ਕਾਫੀ ਹੈ ਠੀਕ ਹੈ ਠੀਕ ਹੈ ਕਿਉਂਕਿ ਤੁਸੀਂ ਸਵਾਲ ਜੋ ਵਗੈਰਾ ਨੂੰ ਮੀਟਰਾਂ ਨੂੰ ਯਾਦ ਕਰ ਲਓ ਉਹਨਾਂ ਚੀਜ਼ਾਂ ਨੂੰ ਫਿਰ ਅਸੀਂ ਇਹ ਕਰੋਨਾ ਚਿਰਕਲਾ ਰਹੀ ਹੈ ਉਹ ਉਹਨਾਂ ਇਹਦੇ ਬਾਰੇ ਪੜਾਂਗੇ ਕਰੋਨਾ ਚਿਰਕਲਾ ਜਿਹੜਾ ਹੁੰਦਾ ਨਾ ਇਹ ਪਿਕਚਰ ਤੋਂ ਇਹ ਵੀ ਵਧੀਆ ਚੀਜ਼ ਤਰੀਕੇ ਨਾਲ ਸਮਝਾਉਣ ਹੋਵੇਗੀ ਨਾ ਅਤੇ ਇਹ ਹੁੰਦਾ ਟੋਟਲ ਅੰਦਰੋਂ ਬਾਹਰ ਨਾਪ ਕੇ ਇਹ ਹੁੰਦਾ 12:30 ਰਿਜੋ ਅੰਦੇਰਨੋ ਜਿਹੜਾ ਹੁੰਦਾ ਇਹ ਹੁੰਦਾ 5:30 ਔਰ ਕਰੋਨਾ ਚਿਰਕਲਾਰ ਇਹ ਹੁੰਦਾ 7:20 ਠੀਕ ਹੈ ਅਤੇ ਇਹਦੇ ਬਾਰੇ ਮਜ਼ੀਦ ਅਸੀਂ ਡਿਟੇਲ ਨਾਲ ਗੱਲਬਾਤ ਕਰਾਂਗੇ ਮੰਗਲ ਨੂੰ ਕੀ ਖਿਆਲ ਹੈ ਸਹਿਮਤ ਹੋ ਮੇਰੀ ਇਸ ਗੱਲ ਨਾਲ ਰਾਜ਼ੀ ਹੋ ਜ਼ਬਰ ਹੈ ਸਬਰ ਕਿਉਂਕਿ ਕੋਈ ਛੋਟੇ ਛੋਟੇ ਚੀਫ ਰਹਿਣ ਹਾਂਜੀ ਅਤੇ ਲਿਮਿਟ ਦੇ ਬਾਰੇ ਕੀ ਅਸੀਂ ਇੱਕ ਨਜ਼ਰ ਮਾਰ ਲੈਂਦੇ ਹਾਂ ਜਿਵੇਂ ਕਿ ਦੇਖ ਸਕਦੇ ਤੁਸੀਂ ਲੁੰਗੇਜ਼ ਅਨਨੋਨ ਸੁਪਰੀਅਰ 2:25 ਆਪਣਾ 2:55 ਆਲਤੇ ਦਾ 4 ਮੀਟਰ ਅਤੇ 12 ਮੀਟਰ ਸੋਰੀ ਲੁੰਗੇ ਦਾ 12 ਮੀਟਰ ਲਰਗੇ ਦਾ 2:55 ਆਤੀਪੀ ਦਾ 2:60 ਹੁੰਦਾ 4 ਮੀਟਰ ਉੱਚਾਈ ਠੀਕ ਹੈ ਅੱਗੇ ਕੁਛ ਖਾਸ ਕਿਸਮ ਦੀ ਲਿਮਟਾਂ ਨੇ ਤੁਸੀਂ ਵੀਡੀਓ ਦੇਖ ਕੇ ਬੰਦਾ ਰੋਕਣਾ ਚਾਹੇ ਤਾਂ ਕੋਈ ਦੇਖ ਸਕਦਾ ਠੀਕ ਹੈ ਆਰਾਮ ਨਾਲ ਦੇਖ ਸਕਦੇ ਹੋ ਤੁਸੀਂ ਵੀ ਕਿਹੜੀ ਗੱਡੀ ਦੀ ਕਿੰਨੀ ਲਿਮਟ ਹੈ ਠੀਕ ਹੈ ਜਿਵੇਂ ਕਾਰੋਬਾਰ ਵਗੈਰਾ ਦੇ ਬਾਰੇ ਪੁੱਛ ਨਹੀਂ ਹੁੰਦੀ ਹੈ ਵੀ ਠੀਕ ਹੈ ਅਤੇ 4:30 ਵਾਲੀ ਗੱਡੀਆਂ ਦੀ ਪੁੱਛ ਹੁੰਦੀ ਹੈ ਕੋਈ 2-3 ਸਵਾਲ ਹੈ ਤਾਂ ਚਲੋ 2:55 ਅਸੀਂ ਪੜ੍ਹ ਚੁੱਕੇ ਹਾਂ 2:60 RTP ਅਤੇ 2 ਥੱਲੇ ਮੋਟਰਸਾਈਕਲ ਦਾ ਔਰ ਕਾਰਵਾ ਵਗੈਰਾ ਦਾ ਇਹਦੇ ਬਾਰੇ ਵੀ ਪੁੱਛ ਲੈਣੀ ਹੈ ਵੀ ਔਰ ਇਹਦੇ ਬਾਰੇ ਕੋਈ ਕੁਐਸਚਨ ਹੈ ਨੇ ਜਿਹੜਾ ਅੱਤ ਉੱਤਰੇ ਨਹੀਂ ਹੁੰਦੀ ਹੈ 12 ਔਰ ਅੱਤ ਸੁਣਾਉਦਾ ਤੋਂ ਇਹਦੀ ਲੰਬਾਈ ਇਹ 18:75 ਹੁੰਦੀ ਹੈ ਠੀਕ ਹੈ ਅਲੋਰਾ ਅੱਗੇ ਬਜ਼ਾਰ ਕੇ ਜਿਹੜੇ ਨੇ ਇਹਨਾਂ ਦੀ ਲੰਬਾਈ ਇਹਨਾਂ ਦੋਵਾਂ ਤੋਂ ਵੱਖਰੀ ਹੁੰਦੀ ਹੈ ਠੀਕ ਹੈ ਬਜ਼ਾਰ ਕੇ ਥੱਲੇ ਵਾਲੀ ਗੱਡੀ ਜਿਹੜੀ ਟਰਾਂਸਪੋਰਟ ਕਰਦੀ ਹੈ ਗੱਡੀਆਂ ਨੂੰ ਇਹਦੇ ਵਿੱਚ ਵੀ ਬੱਸਾਂ ਦਾ ਪੁੱਛ ਨਹੀਂ ਹੋਣਾ ਵੀ 2-83 ਦੀ ਲੰਬਾਈ ਪੁੱਛ ਨਹੀਂ ਹੋਣੀ ਹੈ ਵੀ ਠੀਕ ਹੈ ਲੇਕਿਨ 12 ਮੀਟਰ ਨਹੀਂ ਹੁੰਦੀ 13:50-15 ਮੀਟਰ ਦੇਖ ਸਕਦੇ ਹਾਂ ਲੇਕਿਨ ਇਹਦੀ ਪੁੱਛ ਨਹੀਂ ਹੋਣੀ ਹੈ ਕੁਐਸਚਨ ਨਹੀਂ ਆਉਣਾ ਹੈ ਵੀ ਅੱਗੇ ਇੱਥੇ ਸਿਰਫ 12 ਮੀਟਰ ਪੁੱਛਣਾ ਜਿਹੜਾ ਅੱਤ ਉਸ ਤੋਂ ਡਿਫਰੈਂਟ ਜਿਹੜੀ ਗੱਡੀਆਂ ਨੇ ਮੋਰਖੀ ਦੇ ਨਾਲ ਅਤੇ ਅੱਗੇ ਇਹ ਡਿਫਰੈਂਸ ਹੈ ਇੱਥੇ ਫਰਕ ਪੈਂਦਾ ਹੈ ਜਿਹੜਾ ਰਿਮੋਰ ਕਿਉ ਅਤੇ ਤਿਗਲਾਤ ਜਿਹੜੀ ਹੈ ਜਿਹੜਾ ਅਸੀਂ ਪੜ੍ਹਿਆ ਸੀ 2 ਕੁਐਸਚਨ ਨੇ ਕਨਫਿਊਜ਼ ਕਰਨ ਵਾਸਤੇ ਠੀਕ ਹੈ ਕਿ ਇਸ ਵਿੱਚ ਅਵੰਜਾਮੈਂਟ ਦੀ ਲਾਲ ਦੀ ਵਜ੍ਹਾ ਨਾਲ ਫਰਕ ਪੈਦਾ ਹੁੰਦਾ ਠੀਕ ਹੈ ਕਹਿੰਦਾ ਉਤਲਾ ਜਿਹੜਾ ਹੈ ਕਹਿੰਦੇ ਨੇ ਵੀ ਇਹ 16:50 ਦੂਸਰੇ ਨੰਬਰ ਵਾਲੀ ਲੈਣ ਜਿਹੜੀ ਹੈ ਇਹਦੇ ਇਹਨਾਂ ਦੋਵਾਂ ਦੇ ਬਾਰੇ 2 ਕੁਐਸਚਨ ਨੇ 16:50 ਜਿਹੜਾ ਹੈ ਅਤੁਰਤੀ ਗੁਲਾ ਦੀ ਫਿਰ ਕਿਆ ਵਾਂਜਾ ਮੈਂ ਤੋਂ ਜ਼ਰਾ ਆਪ ਵੀ ਆ ਪ੍ਰਤੀਕੁਲਰ ਕਰਦੀ ਸੀ ਕਿਉਂਕਿ ਵਾਂਜਾ ਮੈਂ ਤੋਂ ਦੀਦੀ ਹੈ ਪ੍ਰਤੀਕੁਲਰ ਕੁਝ ਖਾਸ ਕਿਸਮ ਦੀ ਖੂਬੀਆਂ ਨੇ ਇਸ ਕਰਕੇ 16:50 ਹੋ ਸਕਦਾ ਹੈ
ਔਰ ਦੂਜੇ ਨੰਬਰ 'ਤੇ ਆ ਗਿਆ 1550 ਵੀ ਅਤੋ ਕ੍ਰਤਿਕਲਾਤੀ ਕੌਣ ਆਵਾਜ਼ਾ ਮੈਂ ਤੋਂ ਰਾਲਾ ਤ੍ਰੈ ਮੈਤ੍ਰਿਕ ਆਵਾਜ਼ਾ ਮੈਂ ਤੋਂ ਰਾਲਾ 3 ਮੀਟਰ ਹੈ ਰਿਸਪੈਕਟ ਤੋਂ ਅਪਾਰਤ ਅੰਤਰੀਓ ਦਲ ਮੋਰ ਕੇ ਸ਼ਹਿਰ 'ਤੇ ਇਸ ਕਰਕੇ ਇਹਦਾ ਟੋਟਲ 1550 ਠੀਕ ਹੈ ਇਹ ਦੋ ਚੀਫਰੇ ਨੇ ਦੋ ਹੀ ਕੁਐਸਚਨ ਨੇ ਜੇ ਇਹਦੋ ਵੀ ਕੁਐਸਚਨ ਆਵਣ ਆਹ ਤੁਰਤੀ ਗੁਲਾਤੀ ਵਾਲੇ 1650 ਆਵੇ ਜਾਂ 1550 ਆਵੇ ਤੁਸੀਂ ਵੇਰੋ ਕਰ ਦਿਓ ਦੋ ਹੀ ਕੁਐਸਚਨ ਨੇ ਗੱਲ ਬਣੇ ਠੀਕ ਹੈ ਅਤੇ ਵੇਰੋ ਨੇ ਜੇ ਇਹਦੇ ਤੋਂ ਇਲਾਵਾ ਕੋਈ ਹੋਰ ਜਿਸ ਚੀਫਰਾ ਪੁੱਛਣਗੇ ਸਾਰੀ ਗੱਲ ਉਹ ਫਿਰ ਗਲਤ ਹੋ ਜਾਏਗਾ ਉਹਦੇ ਤੋਂ ਇਲਾਵਾ ਇਹ ਹੈਗਾ ਤੁਹਾਨੂੰ ਦੱਸਿਆ ਸੀ ਮੈਂ ਫਸ਼ ਇਨਗੋਮਰੋ ਜਿਹੜਾ ਇਹ ਇਹਦੇ ਵਿੱਚ ਦੇਖੋ ਸਭ ਤੋਂ ਪਹਿਲੇ ਚੀਫਰਾ ਅਸੀਂ ਪੜ੍ਹਾਂਗੇ 1250 ਚੀਫਰਾ 1250 ਜਿਹੜਾ ਚੀਫਰਾ ਨਾ ਇਹ ਹੈਗਾ ਹੈ ਰਿਜੀਓ ਇਸ਼ਤੇਰਨਾ ਦੇ 1250 ਮੈਤਰੀ ਠੀਕ ਹੈ ਰਿਜੀਓ ਇਸ਼ਤੇਰਨਾ 1230 ਔਰ ਰਿਜੀਓ ਇਸ਼ਤੇਰਨਾ 530 ਔਰ ਕਰੋਨਾ ਚਿਰਕੁਲਾਰ ਜਿੱਥੇ ਗੱਡੀ ਘੁੰਮਣ ਲੱਗੀ ਹੈ ਘੁੰਮਣਾ ਕਿਹੜੇ ਕਿੰਨੇ ਏਰੀਏ ਵਿੱਚ ਹੈ 7 ਵੀ ਹੁੰਦਾ ਹੈ ਠੀਕ ਹੈ ਜਿਹੜਾ ਕਿ ਤੁਹਾਨੂੰ ਅਗਲੀ ਕਲਾਸ ਦੇ ਵਿੱਚ ਕੰਮ ਆਉਣਾ ਹੈ ਅਲੋਰਾ ਜ਼ਿਆਦਾ ਆਸਾਨੀ ਨਾਲ ਗੱਡੀ ਘੁੰਮ ਸਕਦੀ ਹੈ ਜੇ ਅਗਲੇ ਪਿਛਲੇ ਆਸੇ ਵੀ ਇਸਤੇਰਜ਼ਾਮ 'ਤੇ ਹੋਣ 'ਤੇ ਪਿਛਲੇ ਆਸੇ ਵੀ ਘੁੰਮਦੇ ਹੋਣ 'ਤੇ ਹੁਣ ਅੱਗੇ ਸਵਾਲਜ਼ੋ 500 ਇੰਤਰਾਸੇ ਜਿਹੜਾ ਸੀ ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ ਸੀ ਸਵਾਲਜ਼ੋ 500 ਇੰਤਰਾਸੇ ਅਸੀਂ ਇੱਥੇ ਆਰਾਮ ਨਾਲ ਦੇ ਸਕਦੇ ਹਾਂ ਠੀਕ ਹੈ ਅਦਰਾ ਇਹ ਹੈਗਾ ਸਵਾਲਜ਼ੋ ਟਾਇਰ ਤੋਂ ਪਿੱਛੇ ਸਵਾਲਜ਼ੋ ਟਾਇਰ ਤੋਂ ਗਿਆ ਠੀਕ ਹੈ ਸਵਾਲਜ਼ੋ ਅੰਤਰੀ ਹੋ ਰਹੇ ਸਵਾਲਜ਼ੋ ਪਸਤਰੀ ਹੋ ਰਹੇ ਸਵਾਲਜ਼ੋ ਅੰਤਰੀ ਹੋ ਰਹੇ ਇੱਥੇ ਅੰਦਰ ਘੱਟ ਹੈ ਇੰਤਰਾਸੇ 500 ਜਿਹੜਾ ਇਹ ਸੈਂਟਰ ਵਾਲੇ ਜਗ੍ਹਾ ਜਿਹੜੀ ਸਾਰੀ ਇੰਤਰਾਸੇ ਜਿੱਥੇ 500 ਲਿਖਿਆ ਹੋਇਆ ਹੈ ਇਹ ਤੁਸੀਂ 30 ਨਿਸ਼ਾਨ ਪੇਨ ਆਸਾਨੀ ਨਾਲ ਬੰਦਾ ਦੇਖ ਸਮਝਦਾ ਸਮਝ ਸਕਦਾ ਹੈ ਠੀਕ ਹੈ ਕਰਜ਼ਾ ਤਾਂ ਕਿੱਥੇ ਆਉਂਦਾ ਗੱਡੀ ਦਾ ਕਰਜ਼ਾ ਤਾਂ ਵੀ ਇੱਥੇ ਦੱਸਣਗੇ ਇਹ ਹੁਣ ਦੇਖੋ ਸਵਾਲਜ਼ੋ ਵੱਧ ਗਿਆ ਜੇ ਗੱਡੀ ਦੇ ਪਿੱਛੇ ਇਹ ਨੀਚੇ ਅਸੀਂ ਦੇਖਦੇ ਹਾਂ ਕਾਰੀ ਕੋ ਪਿੱਛੇ ਲਟਕਿਆ ਹੋਇਆ ਜ਼ਿਆਦਾ ਠੀਕ ਹੈ ਅਲੋਰਾ ਸਵਾਲਜ਼ੋ ਦੀ ਪ੍ਰੋਬਲਮ ਕੀ ਹੁੰਦੀ ਹੈ ਆਂਗਲੋ ਆਤਾ ਕੋ ਆਂਗਲੋ ਟੱਚ ਹੁੰਦਾ ਅਗਲਾ ਆਂਗਲੋ ਉਤਲੀ ਉਤਲੀ ਟਰੱਕਾਂ ਦਾ ਵਿੱਚ ਅਗਲਾ ਆਂਗਲੋ ਟੱਕ ਟੱਚ ਹੁੰਦਾ ਹੈ ਪਿੱਛੇ ਥੱਲੇ ਲੈਣ ਵਿੱਚ ਟਲਦਿਆਂ ਜਾਂ ਚੜ੍ਹਦਿਆਂ ਦੇਖੋ ਆਂਗਲੋ ਸ਼ੀਤਾ ਆਂਗਲੋ ਜਿਸ ਟਾਈਮ ਤੁਸੀਂ ਇੰਟਰ ਹੋ ਰਹੇ ਚੜ੍ਹਾਈ ਦੇ ਵਿੱਚ ਚੜ੍ਹ ਰਹੇ ਹੋ ਅਤੇ ਆਂਗਲੋ ਦੀ ਰਾਮਪੇ ਜਿਹੜਾ ਆਂਗਲੋ ਕਿਨਾਰਾ ਹੈ ਪਹਿਲੇ ਤਾਂ ਗੱਡੀ ਦਾ ਆਂਗਲੋ ਟੱਚ ਹੋ ਰਿਹਾ ਸੀ ਨਾ ਅਗਲਾ ਕਿਨਾਰਾ ਪਿਛਲਾ ਕਿਨਾਰਾ ਕੋਨਾ ਅਤੇ ਹੁਣ ਆਂਗਲੋ ਜਿਹੜਾ ਥੱਲੇ ਦੀ ਪਿਕਚਰ ਵਿੱਚ ਆਂਗਲੋ ਦੀ ਰਾਮਪੇ ਉਹ ਟੱਚ ਹੋ ਰਿਹਾ ਗੱਡੀ ਦੇ ਸੈਂਟਰ ਵਿੱਚ ਠੀਕ ਹੈ ਅਗਲਾ ਡਿਫੀਕਲਟ ਹੁੰਦੀਆਂ ਮੰਨਦਾ ਰਿਹਾ ਜੇ ਆਸਾਨੀ ਪੈਦਾ ਹੁੰਦੀ ਹੈ ਜੇ ਗੱਡੀ ਦੇ ਆਤੋਂ ਸਥਿਰ ਜਾਂਦੇ ਹੋ ਸਟੇਅਰ ਜਿਹੜੇ ਨਾ ਪਿਛਲੇ ਟਾਇਰ ਵੀ ਸਟੇਅਰ ਘੁੰਮਦੇ ਹੋਣ ਨਾ ਸਟੇਅਰਿੰਗ ਦੇ ਨਾਲ ਤਾਂ ਉਹਦੇ ਵਿੱਚ ਆਸਾਨੀ ਪੈਦਾ ਹੁੰਦੀ ਹੈ ਅਲੋਰਾ ਕਰਜ਼ਾਤੇ ਦੀ ਪਿਕਚਰ ਇਹ ਹੈਗੀ ਸਾਡੇ ਕੋਲ ਕਰਜ਼ਾਤੇ ਹੁੰਦੇ ਨੇ ਦੇਖੋ ਕਰਜ਼ਾਤਾ ਉਹ 500 ਇੰਤਰਾਸਿਸ ਬਾਲਜੋ ਉਹ ਦੂਜੀ ਸਾਈਡ ਇੱਧਰ ਵਧੀਆ ਨਜ਼ਰ ਨਹੀਂ ਆ ਰਿਹਾ ਇਪਰੋਂ ਇਮਪਰੋਂ 'ਤੇ ਜਿੱਥੇ ਨਿਸ਼ਾਨ ਲੱਗੇ ਨਾ ਟਾਇਰਾਂ ਦੇ ਇਹਨਾਂ ਸੈਂਟਰ ਵਾਲੀ ਜਿਹੜੀ ਜਗ੍ਹਾ ਹੋਵੇ ਇਹ ਕਰਜ਼ਾਤਾ ਹੁੰਦਾ ਗੱਡੀ ਦਾ ਠੀਕ ਹੈ ਉਮੀਦ ਹੈ ਵੀਡੀਓ ਸ਼ੀਡੀਓ ਸਾਰੀ ਹੈਲਪ ਵੀ ਹੋਵੇਗੀ ਤਾਂ ਮਿਲਦੇ ਹਾਂ ਅਗਲੀ ਵੀਡੀਓ 'ਚ ਰੱਬ ਰੱਖਾ ਚੈਪਟਰ ਨੰਬਰ 7 'ਤੇ 151 ਨੰਬਰ ਪੇਜ ਹੈ ਕਹਿੰਦੇ ਨੇ ਵੇ ਪਹਿਲੇ ਕੁਐਸਚਨ ਦਾ ਆ ਜਾਓ ਤਾਂ ਫਾਸ਼ੇ ਦੀ ਗੋਮਰੋ ਜਿਹੜਾ ਹੁੰਦਾ ਹੈ ਠੀਕ ਹੈ ਜਦ ਗੱਡੀ ਮੁੜਦੀ ਹੈ ਨਾ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਸੀ ਇਹ ਤਾਂ ਦੂਸਰਾ ਪੇਜ ਆ ਗਿਆ 150 ਤਾਂ ਨਹੀਂ ਪੜ੍ਹਨਾ ਸੀ ਪਹਿਲੇ ਅਜੇ 150 ਪੜ੍ਹਨਾ ਰਿਹਾ ਸੀ ਅਸੀਂ ਹੈ ਨਾ ਲੈਟਾਂ ਪਾਣੀ ਥੋੜ੍ਹਾ ਪਹਿਲੇ ਚਾਹ 150 ਨੰਬਰ ਪੇਜ ਤਾਂ ਆ ਜਾਓ ਰਿਹਾ ਸੀ 150 ਪੜ੍ਹਨਾ ਨਾ ਜੇ ਫਾਸ਼ਾ ਹੀ ਗੋਮਰੋ ਤੁਹਾਨੂੰ ਦੱਸ ਰਿਹਾ ਸੀ ਮੈਂ ਸਿਰਫ ਦੱਸਿਆ ਸੀ ਪੜ੍ਹਾਇਆ ਨਹੀਂ ਸੀ ਅਭੀ 150 ਨੰਬਰ ਪੇਜ ਹੈ ਯਾਦ ਰੱਖਿਆ ਕਰੋ ਅਤੇ ਚੈਪਟਰ ਨੰਬਰ ਹੈਗਾ 7 ਫਾਸ਼ਾ ਇਨ ਗੋਮਰੋ ਜਿਹੜਾ ਨਾ ਇਹਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਰਿਜੀਓ ਇੰਤੇਰਨਾ ਹੁੰਦਾ 5.30 ਅਤੇ ਕਰੋਨਾ ਚਿਰਕੁਲਾਰ ਇਹ ਹੁੰਦਾ 7.20 ਅਤੇ ਰਿਜੀਓ ਇਸ਼ਤੇਰਨਾ ਕਿੰਨਾ ਹੋਇਆ ਫਿਰ ਬਾਰਾਂ ਪੰਜਾਹ ਸ਼ਾਬਾਸ਼ ਬਹੁਤ ਲੇਟ ਦੱਸਿਆ ਤੁਸੀਂ ਸਭ ਨੇ ਬਰਾਬਰ ਤੁਹਾਡਾ ਤੁਸੀਂ ਤੁਸੀਂ ਪੜ੍ਹਨਾ ਹੈ ਜੇ ਤੁਹਾਨੂੰ ਪਤਾ ਨਾ ਲੱਗਿਆ ਤਾਂ ਮੈਨੂੰ ਕੀ ਕਿਵੇਂ ਮੈਂ ਦੱਸਾਂ ਯਾਨੀ ਕਿ ਤੁਸੀਂ ਤੁਰੰਤ ਮੈਨੂੰ ਜਵਾਬ ਦਿਆ ਕਰੋ ਜਿਹਨੂੰ ਪਤਾ ਹੁੰਦਾ ਸ਼ਾਬਾਸ਼ 1250 ਰਿਜੀਓ ਸਤੇਰਨਾ ਹੋ ਗਿਆ ਇੰਤੇਰਨਾ 5:30 ਅਤੇ ਕਰੋਨਾ ਚਿਰਕੁਲਾ ਰਿਹਾ 7:20 ਕਹਿੰਦੇ ਨੇ ਬੇ ਇਸ ਨਿਆਰੇ
La fascia ingombro della, di una vicolo. La fascia ingombro è gaddida. Ok? Fascia della ingombro è gaddida. Di una vicolo. E la corona circolare. Oggi la corona circolare è fascia ingombro. Gira felao on the gaddi da mod modne duran theek hai ya mod du te modne duran ya chong vich modne duran sir ji madra channa main thoda 1 minute mobile rakh ke bahar gaya se kam hai kede page 195 page te chapter number 7 100 150 fashion gombro jona vigolo jira fashion gombro on the gombro felao on the jira gaddi da Corona circolare, corona circolare, di tu bar gridi di comune road di tutta la. Accupata la della vicoli di accupata di gridi. Stessa quando percorre curva, una curva. Il rigio, minimo rigio di possibile di sterzante. Cane cartu cartigere ta, una cover carnione, una canne. Fascia in gombro, dimmi. Fascia in gombro, gridi da. ਜਿਹੜਾ ਕਰੋਨਾ ਚਿਰਕੁਲਾਰੇ ਕਰਦਾ ਹੈ ਨਾ ਜਿਹੜਾ ਚੱਲਦਾ ਹੈ ਰੋਡ ਦੇ ਉੱਤੇ ਜਿਹੜਾ ਘੱਟ ਤੋਂ ਘੱਟ ਉਹ ਕੋਸ਼ਿਸ਼ ਹੁੰਦੀ ਨਾ ਜਿਹੜਾ ਸਟੇਅਰਿੰਗ ਘੁਮਾਉਂਦੇ ਆ ਉਹ ਜਗ੍ਹਾ ਥਾਂ ਕਵਰ ਕਰਿਆ ਉਹਨੂੰ ਕਹਿੰਦੇ ਫਾਸ਼ਨ ਗੋਮਰਾ ਜਿਵੇਂ ਕਹਿੰਦੇ ਦਿਮੰਸ਼ੀ ਉਹਨੇ ਜਿਹੜਾ ਸਾਇਦ ਹੁੰਦਾ ਹੈ ਫਾਸ਼ਨ ਦੀ ਗੋਮਰਾ ਜਿਹੜਾ ਸਾਇਦ ਹੁੰਦਾ ਹੈ ਜਿਹਨਾਂ ਵੀ ਗੋਲੀ ਨੋਨ ਸੋਨੋ ਇੰਡੀਗਾਤੇ ਨੇ ਲਗਾਤ ਚਿਕਰਸ਼ੀ ਉਹਨੇ ਕਹਿੰਦੇ ਕਾਰਤਾ ਚਿਕਰਸ਼ੀ ਉਹਨੇ ਤੇ ਇੰਡੀਕੇਟ ਨਹੀਂ ਕੀਤਾ ਗਿਆ ਹੁੰਦਾ ਦਰੁਸਤ ਕਹਿੰਦੇ ਵੇਰ ਹੋਇਆ ਵੀ ਫਲਾਓ ਜੋ ਗੱਡੀ ਦਾ ਮੋੜਨ ਦੇ ਦੌਰਾਨ ਕਿੰਨਾ ਹੋਵੇਗਾ ਇਹ ਕਾਲਾ ਜਿਕਾਸ਼ਮੀਨ ਤੇ ਲਿਖਿਆ ਨਹੀਂ ਹੁੰਦਾ ਵੇਰ ਹੋਇਆ ਫਾਚਾ ਇਨ ਗੋਮਰੋ ਦੀ ਉਹਨਾਂ ਵੀ ਗੋਲੋ ਜਿਹੜਾ ਇਨ ਗੋਮਰੋ ਹੈ ਗੱਡੀ ਦਾ ਦੇਵੇ ਰਿਸਪੈਤਾਰੇ ਡਿਟਰਮੀਨਾਤੀ ਲਿਮਿਟੀ ਰੇਜੀਓ ਫਿਸਾਤੀ ਦਾ ਉਹ ਰਹੇ ਕਹਿੰਦੇ ਇਹ ਇੱਕ ਜੇ ਲਿਮਟ ਕਾਨੂੰਨ ਦੇ ਤਹਿਤ ਇਹਦੀ ਫਿਕਸ ਕੀਤੀ ਜਾਂਦੀ ਹੈ ਉਹਦੇ ਅੰਦਰ 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 ਰਹਿਣਾ ਚਾਹੀਦਾ ਇਹਨੂੰ ਦੂਸਰੇ ਕਹਿੰਦੇ ਪੇਪਰ ਹੋਇਆ ਜਿਹੜਾ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀ ਰੇਜੀਓ ਇੰਤੇਰਨਾ 5-3 ਕਰੋਨਾ ਚਿਕਲਾਰੇ 7-7 ਰੇਜੀਓ ਸਤਰਨਾ 12.5 ਮੀਟਰ ਕਹਿੰਦੇ ਫਾਸ਼ਨ ਗੋਮਰ ਚਾਰ ਨੰਬਰ ਕੁਸ਼ਚਨ ਹੈ ਦਿਨ ਗੋਲੀ ਗੱਡੀ ਦਾ ਦਬਿਆ ਵੇਰ ਹੈ ਇਹ ਰਿਜੀਓ ਐਸਟੇਰਨੋ 900 ਪ੍ਰੀਓਰ ਹੈ 12.5 ਮੀਟਰ ਰਿਜੀਓ ਸਤਰਨ 12.5 ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਦਰੁਸਤ ਕਹਿੰਦੇ ਵੇਰ ਹੋਇਆ ਰਿਜੀਓ ਸਤਰਨੋ 12.5 ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਵੇਰ ਹੋਇਆ ਲਾ ਫਾਸ਼ਨ ਗੋਮਰ ਜਿਹੜਾ ਹੈ ਦਿਨ ਗੋਲੀ ਗੱਡੀ ਦਾ deve avere rigio interno superiore a panceria T rigio interno che grande ne e hona chahiye 5T vero ya e rigio interno rigio esterno jada vadhiya tarike naal tonu main theoretically video jehde bhejanga ode vich group vich samay lagegi fir kane unni vi gola motor je har jehdi motor wali gaddi hundi hai ਕੰਪਲੈਕਸ ਦੀ ਗੋਲੀ ਕੰਪਲੀਟ ਗੱਡੀ ਦਾ ਮੋਟਰ ਰਿਮੋਰਕ ਦੋਵਾਂ ਨੇ ਠੀਕ ਹੈ ਕੰਪਰੈਸਰ ਰਲਤੀ ਵਰ ਕਾਰਿਕੋ ਉਹਦੇ ਕਾਰਿਕੋ ਸਮੇਤ ਦੇਵੇ ਪੋਤੇਰ ਸੀ ਇਨ ਸਰੀਰੇ ਉਹਨਾਂ ਕਾਰੋਨਾ ਚਿਰਕੁਲਾਰੇ ਰੇਜੀਓ ਇੰਤੇਰਨਾ 12.5 ਮੀਟਰ ਔਰ ਰੇਜੀਓ ਇੰਤੇਰਨਾ ਕਾਰੋਨਾ ਚਿਰਕੁਲਾਰੇ ਜਿਹੜਾ ਰੇਜੀਓ ਇੰਤੇਰਨਾ ਬਣਦਾ ਹੈ 12.5 ਮੀਟਰ ਔਰ ਰੇਜੀਓ ਇੰਤੇਰਨਾ 5.3 ਮੀਟਰ ਵੇਰ ਹੋਇਆ ਜੀ ਮੇਰਾ ਪੁੱਤਰ ਹੈ ਬਾਈ ਲਾ ਕੇ ਦਿਓ ਉਹ ਮਿਊਟ ਹੋਣ ਵਾਲਾ ਬੰਦਾ ਨਹੀਂ ਹੈ ਉਹ ਜੀ ਗੱਲਾਂ ਨਹੀਂ ਸਮਝਦਾ ਉਹ ਆਪਣੀ ਦਮਾਂਦਾ ਜੇ ਮਿਊਟ ਕਰ ਲਾ ਮੋਬਾਈਲ ਦਿੱਤਾ ਛੋਟਾ ਝੱਟ ਕੱਢ ਜਾਏਗਾ ਉੱਧਰ ਉਹਨੇ ਵੀ ਕੋਲਿਆ ਮਤਲਬ ਹਰ ਜੀ ਮੋਟਰ ਵਾਲੀ ਗੱਡੀ ਹੈ ਉਹ ਕੰਪਲੈਕਸ ਵਿਗੋਲੋ ਦੇਵੇ ਪੋਤਾਰਸੀ ਇਨ ਸਕਰੀਵ ਹੈ ਦੀ ਉਹਨਾਂ ਕਰੋਨਾ ਚਿਰਕੁਲਾਰੇ ਅਲਾਰਗਾ 5-3 ਕਹਿੰਦੇ ਕਰੋਨਾ ਚਿਰਕੁਲਾਰੇ ਜਿਹੜਾ 5-3 ਹੋਣਾ ਚਾਹੀਦਾ ਕਰੋਨਾ ਚਿਰਕੁਲਾਰੇ 5-3 ਹੋਣਾ ਚਾਹੀਦਾ
7वीं हां रिजी अंतरना कहने पारी 7वीं ए गलत कहने पे ए 5 दी होना चाहिए ठीक है जिसर चीफ रे उत्तर थला की तिन फाल्स होया फासी ने गोमरा 8वां क्वेश्चन दी उन्होंने बोलो फिगूरा इस फोटो विच कहने सैंपरे खाते च क्वेश्चन सैंपरे होंगे सैंपरे खाते च क्वेश्चन कभी भी नहीं होंगे फालस होया कहने बे फाशे इन गोमरो जन विकोल दी मनीष है फाशे इन गोमरो जरा गड्डी का घट जाएगा कौन ओमेन ओमेन तारे दल आंगलो दी सिरजाते जब आंगलो सिरजाते बढ़ेगा ना कहने फाशे इन गोमरो ਉਹ ਵਧੇਗਾ ਜਦ ਸਟੇਰਿੰਗ ਜ਼ਿਆਦਾ ਵਧੀਆ ਸਹੀ ਘੁੰਮੇਗਾ ਆਂਗਲੂ ਜਿਹੜੇ ਹੁੰਦੇ ਨੇ ਜ਼ਿਆਦਾ ਜਿਵੇਂ ਕਿ ਫੋਰ ਐਗਜ਼ਾਮਪਲ ਟਾਇਰ ਜ਼ਿਆਦਾ ਘੁੰਮਦੇ ਨੇ ਘੁੰਮਣ ਵਾਲੇ ਪਿਛਲੇ ਟਾਇਰ ਵੀ ਘੁੰਮਣ ਵਾਲੇ ਨੇ ਤਾਂ ਰੋਜੀ ਇਹ ਵਧੇਗਾ ਇਨਗੋਮਰੋ ਕੇ ਘਟੇਗਾ ਡਿਮਿਨਿਸ਼ ਹੋਵੇਗਾ ਵਧੇਗਾ ਨਹੀਂ ਹੈ ਫਾਲਸ ਹੋ ਇਸ ਕਰੇ ਬਰਾਵੋ ਦਸ ਨੰਬਰ ਫਾਸ਼ੇ ਇਨਗੋਮਰੋ ਦੀ ਵਿਗੋਲ ਜਿਹੜਾ ਫਾਸ਼ੇ ਇਨਗੋਮਰੋ ਗੱਡੀ ਦਾ ਡਿਮਿਨਿਸ਼ ਘਟੇਗਾ ਕੌਣ ਉਹ ਮੰਤਰ ਦਾ ਲੂੰਗੇ ਜਲ ਲੰਬਾਈ ਵੱਡੀ ਕਹਿੰਦੇ ਘੱਟ ਜਾਏਗਾ ਇੰਗੋਮਰੋ ਵੱਧ ਜਾਏਗਾ ਘੱਟੇਗਾ ਨਹੀਂ ਆਏ ਫਾਲਸ ਹੋਇਆ ਠੀਕ ਹੈ ਕਿਉਂਕਿ ਲੰਬਾਈ ਗੱਡੀ ਦੀ ਵੱਧ ਜਾਂਦੀ ਹੈ ਇੰਗੋਮਰੋ ਗੱਡੀ ਦਾ ਵੱਧ ਜਾਂਦਾ ਹੈ ਔਰ ਇਤਿਆਤ ਕਰਨੀ ਹੁੰਦੀ ਫਾਲਸ ਹੋਇਆ ਫਾਸ਼ੀ ਰੋ ਇੰਗੋਮਰੋ ਦੀ ਉਹਨਾਂ ਵੀ ਕੋਲੋ ਉਹ ਮਹਿਨਤਾ ਫਾਸ਼ੀ ਇੰਗੋਮਰੋ ਵਧੇਗਾ ਗੱਡੀ ਦਾ ਕੌਣ ਲਾ ਮੰਤਾਰੇ ਦਲਾ ਸੂਏ ਮਾਸਾ ਜਿਸ ਟਾਈਮ ਵੱਧ ਜਾਂਦਾ ਉਹਦਾ ਵਜ਼ਨ ਕਹਿੰਦਾ ਫਾਸ਼ੀ ਨੂੰ ਗੋਮਰੋ ਦੇ ਕੋਲ ਬਰਾਵੋ ਮਾਸੇ ਨਾਲ ਨਹੀਂ ਵਧੇਗਾ ਲੂੰਗੇ ਦੇ ਨਾਲ ਵਧੇਗਾ ਗਲਤ ਕਹਿੰਦੇ ਫਾਲਸ ਹੋਇਆ ਠੀਕ ਹੈ ਔਰ ਇਹਨਾਂ ਨੂੰ ਇਫੈਕਟ ਕਰਦੀ ਜੇ ਪਿਛਲੇ ਟਾਇਰ ਵੀ ਸਟੇਰਿੰਗ ਨਾਲ ਘੁੰਮਣ ਵਾਲੇ ਹੋਣ ਦੇ ਉਹਦੇ ਨਾਲ ਘੱਟਦੇ ਆ ਇਹ ਉਹਨੀ ਵੀ ਕੋਲ ਜਾਂ ਮੋਟੋਰ ਹੈ ਜਾਂ ਜਿਹੜੀ ਮੋਟਰ ਵਾਲੀ ਗੱਡੀ ਹੈ ਕੰਪਲੈਕਸ ਵੀ ਕੋਲ ਆ ਰਹੇ ਪੁਰਤਾਰ ਸੀ ਇਨਸਕ੍ਰੀਵ ਰਿਹਾ ਉਹਨਾਂ ਕੋਲ ਉਹਨਾਂ ਚਿਰ ਕੋਲ ਆ ਰਹੇ ਆ 5ਵੀਂ ਇੱਥੇ ਫਾਲਸ ਹੋ ਗਿਆ ਇਹ ਰਜੋ ਇਹ ਸੇਰਨਾ ਪਾਰੀ 16.5 ਇਹ ਵੀ ਗਲਤ ਹੋ ਗਿਆ ਕਿਉਂਕਿ ਇਹ ਵੀ ਫਾਲਸ ਹੋ ਗਿਆ ਠੀਕ ਹੈ ਕਰੋਨਾ ਚਿਰ ਕੋਲ ਆ ਰਹੇ 7ਵੀਂ ਇਹ 5ਵੀਂ ਦੱਸਿਆ ਨੇ ਰਿਜੀ ਅਸਤੇ ਉਹਨਾਂ ਹੁੰਦਾ 12.5 ਮੀਟਰ ਇਹ 16.5 ਦੱਸ ਰਹੇ ਨੇ ਫਾਲਸ ਹੋ ਲੈ ਅੱਤ ਬਹੁਤ ਸਤੋਕਾਰੀ ਡਿਫਰੈਂਟ ਹੈ ਅਲਦੀ ਵੀ ਗੋਲੀ ਡਿਫਰੈਂਟ ਹੁੰਦੀ ਦੂਜੀਆਂ ਗੱਡੀਆਂ ਨੂੰ ਅੱਤ ਬਹੁਤ ਸਤੋਕਾਰੀ ਜਵਾਨ ਪੋਤੇਰ ਸੀ ਇਨਸ ਕਰੀਬ ਹੈ ਉਹਨਾਂ ਕੋਰੋਨਾ ਚਿਰ ਕੁਲਾ ਰਿਹਾ ਲਾਗਾ 8ਵੀਂ ਕੋਰੋਨਾ ਚਿਰ ਕੁਲਾ ਰਿਹਾ 8ਵੀਂ ਨਹੀਂ ਹੁੰਦਾ ਫਾਲਸ ਹੋ ਗਿਆ ਇੱਥੇ ਮੈਤਰੀ ਔਰ ਰਿਜੀਓ ਅੰਤੇਰਨਾ 6.3 ਰਿਜੀਓ ਅੰਤੇਰਨਾ 5.3 ਹੁੰਦਾ ਇਸ ਕਰਕੇ ਵੀ ਗਲਤ ਹੋ ਗਿਆ ਫਾਲਸ ਹੋ ਅੱਗੇ ਆ ਜਾਓ ਫਾਸ਼ੀ ਨੂੰ ਗੋਮਰੋ ਜਿਹੜਾ ਹੈ ਇਹ ਕਰੋਨਾ ਚਿਰਕੁਲ ਆ ਰਹੇ ਪਰ ਵੀ ਗੋਲੀ ਜਾਂ ਕਰੋਨਾ ਚਿਰਕੁਲ ਆ ਜਿਹੜੇ ਗੱਡੀ ਦੇ ਅਕੂਪਾ ਅਕੂਪਾਈਡ ਕਰਦਾ ਹੈ ਸੁਲ ਪਿਆਨੋ ਸਰਦਾਲੇ ਪਿਆਨੋ ਸਰਦਾਲੇ ਨੂੰ ਲੜਾ ਫਿਤਵਾਰਿਆਂ ਨੂੰ ਕਰੋਨਾ ਉਹ ਉਹਨਾਂ ਸਵਾਲਤਾ ਸੋਰੀ ਕਵਤ ਫਿਤਵਾਰਿਆਂ ਨੂੰ ਪੂਰਵਾ ਉਹ ਉਹਨਾਂ ਸਵਾਲਤਾ ਜਾਂ ਫਿਰ ਜਿਸ ਤਰ੍ਹਾਂ ਤੁਸੀਂ ਮੁੜਦੇ ਹੋ ਫੈਸ਼ਨ ਗੋਮਰੋ ਕਰੋਨਾ ਜਿਹੜਾ ਚਿਰਕੁਲ ਆ ਰਿਹਾ ਹੁੰਦਾ ਹੈ ਇਹ ਅਕੂਪਾਈਡ ਕਰਦਾ ਜਿਹੜਾ ਏਰੀਆ ਕੂਰਵਾ 'ਚ ਮੁੜਦੇ ਹਾਂ ਜਾਂ ਫਿਰ ਇਨਗੋਮਰ ਯਾਨੀ ਕਿ ਜਾਂ ਫਿਰ ਚੁੱਕ ਚੂ ਸਵਾਲਤਾਰੇ ਕਰਦੇ ਹਾਂ ਦਰੁਸਤ ਕੰਮ ਫੇਰ ਹੋਇਆ ਸਵਲਤਾ ਰਿਹਾ ਚੌਂਕ 'ਚ ਮੋੜਨਾ ਫਾਸ਼ੀਨ ਗੋਮਰੋ ਸੀ ਦੂਰ ਹੈ ਇੱਕ ਫਾਸ਼ੀਨ ਗੋਮਰੋ ਘੱਟ ਕਰਦਾ ਸੇਲ ਵੀ ਕੋਲ ਦਿੱਤਾ ਤੋ ਆਸੇ ਆਤੋਸ ਤਿਰਜ਼ਾਨ ਦੇ ਪੋਸਤਰੀਓਰ ਹੈ ਜੇ ਪਿਛਲੇ ਟਾਇਰ ਆਤੋਸ ਤਿਰਜ਼ਾਨ 'ਤੇ ਹੋਣਾ ਤਾਂ ਇਹ ਘੱਟੇਗਾ ਦਰੁਸਤ ਕੰਮ ਫੇਰ ਹੋਇਆ ਵੀ ਫਾਸ਼ੀਨ ਗੋਮਰੋ ਮਿਹਨਤ ਵੱਜੇਗਾ ਅਲਾ ਮਿਹਨਤਾ ਦੇ ਲਈ ਸਪੈਲਜੀ ਦਿਲ ਵੀ ਗੋਲੀ ਕਹਿੰਦੇ ਸਵਾਲ ਤੋਂ ਵਧੇਗਾ ਗੱਡੀ ਦਾ ਅਤੇ ਫਾਸ਼ੀਨ ਗੋਮਰੋ ਵੱਧ ਜਾਏਗਾ ਦਰੁਸਤ ਕੰਮ ਫੇਰ ਹੋਇਆ ਵੀ ਫਾਸ਼ੀ ਮੰਗਰੋ ਇਨ ਗੋਮਰੋ ਈ ਲੋ ਸਪੇਜੀਓ ਲਾਰਗੇਜ਼ਾ ਜਾਂ ਸਪੇਜ ਜਿਹੜਾ ਚੁੜਾਈ ਦਾ ਕਿਲ ਵਿਗੋਲੀ ਉਕੂਬਾ ਸੁਸਤਰਾ ਦਾ ਲੜਤੀ ਲਈ ਨਾ ਕਹਿੰਦੇ ਜਿਹੜੀ ਗੱਡੀ ਉਕੂਬਾਈਡ ਕਰਦੀ ਹੈ ਸਿੱਧੀ ਰੋਡ 'ਤੇ ਕਹਿੰਦਾ ਉਹਨੂੰ ਕਹਿੰਦੇ ਫਾਸ਼ੀ ਇਨ ਗੋਮਰੋ ਸਿੱਧੀ ਰੋਡ 'ਤੇ ਉਕੂਬਾਈਡ ਜਿਹੜਾ ਕਰਦੀ ਹੈ ਕੁਰ ਵਿੱਚ ਮੁੜਦੀ ਹੈ ਬਰਾਵੋ ਸਵਲਤਾਰੇ ਕਰਦੀ ਜਾਂ ਕੁਰ ਵਿੱਚ ਮੁੜਦੀ ਇਸ ਕਰਕੇ ਫਾਲਸ ਹੋ ਕਹਿੰਦੇ ਫਾਸ਼ੀਨ ਗੋਮਰੋ ਮਿਹਨਤ ਵੱਧ ਜਾਏਗਾ ਸੇਲ ਵੀ ਕੋਲ ਜੋ ਤਾਂ ਤੋਂ ਪਿਊ ਆਤੋ ਸਥਿਰ ਆਸਿਸ ਤੁਰ ਜਾਂਦੀ
ਕਹਿੰਦੇ ਉਮਰ ਵੱਧ ਜਾਏਗਾ ਜ਼ਿਆਦਾ ਆਤੋ ਸਿਰਜਾਂਤੀ ਹੋਵਣ ਨਾ ਜਿਹੜੇ ਜ਼ਿਆਦਾ ਆਸੇ ਅਤੇ ਵੱਧ ਜਾਏਗਾ ਨਹੀਂ ਘਟੇਗਾ ਫਾਲਸ ਹੋਇਆ ਫਾਸ਼ਨ ਉਮਰੋ ਨੋਨ ਦੇਵੇ ਸਰੇ ਸੁਪਰੀਓਰ ਲੜਕੇ ਦਿਲ ਵੀ ਗੋਲੀ ਕੌਣ ਇਲਸੂ ਕਾਰੀ ਕੋ ਕਹਿੰਦਾ ਲੂੰਗੇ ਦਾ ਕਹਿੰਦੇ ਫਾਸ਼ਨ ਉਮਰੋ ਨੀ ਵਧਣਾ ਚਾਹੀਦਾ ਗੱਡੀ ਦੀ ਲੰਬਾਈ ਵਿੱਚ ਐਲਸੂ ਕਾਰੀ ਕੋ ਗਲਤ ਕਹਿਣ ਪੇ ਫਾਲਸ ਹੋਇਆ ਲੰਬਾਈ ਦੇ ਵਿੱਚ ਹੀ ਵੱਧਦਾ ਹੋਇਆ ਠੀਕ ਹੈ ਇਸ ਕਰਕੇ ਫਾਲਸ ਹੋਇਆ ਅੱਗੇ ਆ ਜਾਓ ਮਾਸਾ ਦੀ ਉਹਨਾਂ ਵੀ ਕੋਲ ਮਾਸਾ ਜਿਹੜਾ ਵਧਣਾ ਹੋਇਆ ਗੱਡੀ ਦਾ ਜਿਹੜਾ ਵਧਣਾ ਹੁੰਦਾ ਗੱਡੀ ਦਾ ਹਾਲੀ ਦਾ ਤਾਰਾ ਇਹਨੂੰ ਕਹਿੰਦੇ ਨੇ ਤਾਰਾ ਤਾਰਾ ਕਹਿੰਦੇ ਹਾਲੀ ਗੱਡੀ ਨੂੰ ਜਿਹਦੇ ਡਰਾਈਵਰ ਵਗੈਰਾ ਹੁੰਦਾ ਅਤੇ ਗੱਡੀ ਪਲੱਸ ਉਹਦਾ 90% ਕਾਰਗੋ ਰਹਿਣ 'ਤੇ ਪੈਟਰੋਲ ਗੈਸ ਡੀਜ਼ਲ ਜੋ ਵੀ ਗੱਡੀ 'ਤੇ ਖਾਣਾ 90% ਹੋਵੇ ਟੈਂਕੀ ਭਰੀ ਹੋਈ ਇਹ ਖਾਲੀ ਗੱਡੀ ਦਾ ਵਧਣਾ ਪਿਓ ਪਿਓ ਕਾਰੀ ਕੋ ਉਤਲੇ ਹੁੰਦਾ ਕਾਰੀ ਕੋ ਉਤਲੇ ਜਿਹੜਾ ਨਾ ਇਹ ਗੱਡੀ ਦੇ ਕਾਤਾ ਚਿਕਰਸ਼ਨ ਲਿਖਿਆ ਹੁੰਦਾ ਔਰ ਗੱਡੀ ਦੇ ਜਿਹੜੇ ਟਾਇਰ ਲੱਗੇ ਹੁੰਦੇ ਉਹ ਗੱਡੀ ਦੇ ਕਾਤਾ ਚਿਕਰਸ਼ਨ ਦੇ ਮੁਤਾਬਕ ਹੋਣੇ ਚਾਹੀਦੇ ਨੇ ਇਹਨੇ ਉਹ ਵੀ ਉਤਨੇ ਵਜ਼ਨ ਚੱਕਦੇ ਹੋਣੇ ਚਾਹੀਦੇ ਨੇ ਕਿੱਥੇ ਹੋਵੇਗਾ ਗੱਡੀ ਦੇ ਡਾਕੂਮੈਂਟਾਂ ਲਿਖਿਆ ਹੋਵੇਗਾ ਮੋਬਾਈਲ ਦੇ ਯਾਰ ਉਹ ਫੋਨ 'ਤੇ ਗੱਲਾਂ ਕਰ ਲਾ ਪਏ ਕਿਸੇ ਨਾਲ ਉਹਨੂੰ ਫੋਨ ਦਿੱਤਾ ਖੇਡਣਾ ਬਸ ਹੀ ਉਹ ਗੱਲਾਂ ਸ਼ੁਰੂ ਹੋ ਗਿਆ ਯਾਰ ਰੋਜ਼ ਕਲਾਸ ਲਵਾਉਂਦਾ ਬੀ ਵਾਲੀ ਪਹੁੰਚਿਆ ਜਿਹੜਾ ਲਾ ਰਹਿੰਦਾ ਨਾ ਫਿਰ ਚਲਾ ਜਾਂਦਾ ਅੱਜ ਜਾਂਦਾ ਨਹੀਂ ਪਿਆ ਹੁਣ ਉਹ ਦੂਜੇ ਪਹਿਲਾਂ 5 ਸੁੱਤਾ ਜੀ ਤੋ ਉੱਧਰ ਮੈਂ ਚਲਾ ਜਾਂਦਾ ਫਿਰ ਵਾਪਸ ਆ ਜਾਂਦਾ ਕਹਿੰਦਾ ਮਾਸਾ ਜੀ ਹਾਂਜੀ ਬਹੁਤ ਸਾਰਾ ਦਿਨ ਸਾਡੇ ਤਾਂ ਮਾਸਟਰ ਲੱਗੇ ਆ ਸਾਰਿਆਂ 'ਤੇ ਹੈਲੋ ਦਾ ਕਹਿੰਦੇ ਨੇ ਲਾ ਮਾਸਾ ਇਹਨੂੰ ਔਰ ਦਿਨ ਦੀ ਮਾਰਚਿਆ ਤਾਰਾ ਜਿਹੜਾ ਮਾਸਾ ਔਰ ਦਿਨ ਮਾਰਚਿਆ ਹੁੰਦਾ ਹਾਲੀ ਗੱਡੀ ਦਾ ਵਜ਼ਨ ਸੀ ਉੱਥੇ ਨਾ ਸਮਾਨ ਦਾ ਅਲਾ ਮਾਸਾ ਆ ਬਹੁਤ ਦਿਲ ਵਿਗੋਲੀ ਜਿਹੜਾ ਹਾਲੀ ਗੱਡੀ ਦਾ ਵਜ਼ਨ ਹੁੰਦਾ ਇਲਾ ਮਾਸਾ ਕੌਨਵੈਨਸ਼ਨਲ ਇਹਦਾ ਲਾ ਕੰਦੂ ਚੈਂਤੇ ਔਰ ਜਿਹੜਾ ਵਜ਼ਨ ਡਰਾਈਵਰ ਦਾ ਇਲਾ ਮਾਸਾ ਕੁਸ਼ਤੀ ਦੀ ਦਾ ਨਵਾਨਤਾ ਪਰ ਚੈਂਤੋ ਦਿਲ ਕਰ ਬਣਨ 'ਤੇ ਔਰ 90% ਜਿਹੜਾ ਕਰ ਬਣਨ 'ਤੇ ਕੰਤਨੂ ਤਾਂ ਥਰਬਤ ਹੋਈ ਆ ਜਿਹੜੇ ਗੱਡੀ ਦੇ ਪੈਟਰੋਲ ਟੈਂਕ ਵਿੱਚ ਪੈਟਰੋਲ ਹੈ ਨਾ ਉਹ 90% ਹੋਵੇ ਇਹ ਚੀਜ਼ਾਂ ਮਿਲਾ ਕੇ ਡਰਾਈਵਰ ਠੀਕ ਹੈ ਗੱਡੀ ਹਾਲੀ ਅਤੇ ਡਰਾਈਵਰ ਔਰ ਕਾਰਬੋਰੈਂਟ 90% ਇਹ ਖਾਲੀ ਗੱਡੀ ਤਾਰਾ ਹੁੰਦੀ ਹੈ ਵੱਡੀ ਗੱਡੀ ਜਿਹੜੀ ਹੈ ਠੀਕ ਹੈ ਖਾਲੀ ਗੱਡੀ ਇਹ ਉਹਦਾ ਆਪਣਾ ਵਜ਼ਨ ਹੁੰਦਾ ਕਹਿੰਦਾ ਮਾਸਾ ਕਮਲ ਸੀ ਬਾਬੇ ਨੂੰ ਕਾਰੀ ਗੁਜਰਿਆ ਲਾਮਾਸਾ ਮਾਸੀ ਮਾਤਰੀਜ਼ਾਦ ਜਿਹੜਾ ਮਾਸਾ ਮਾਸੀ ਮਾਤਰੀਜ਼ ਹੈ ਕੋਰਿਸਪੋਂਡੇ ਦਲਾ ਤਾਰਾ ਪਿਊ ਇਲ ਕਾਰੀ ਕੋ ਉਤਲੇ ਕਹਿੰਦੇ ਤਾਰਾ ਖਾਲੀ ਹੁੰਦੀ ਹੈ ਪਿਊ ਕਾਰੀ ਕੋ ਉਤਲੇ ਔਰ ਪਲੱਸ ਕਾਰੀ ਕੋ ਉਤਲੇ ਹੁੰਦਾ ਹੈ ਯਾਨੀ ਕਿ ਤਾਰਾ ਹੁੰਦੀ ਹੈ ਖਾਲੀ ਔਰ ਮਾਸਾ ਕੰਪਲੈਸੀ ਬਾਬ ਕੀ ਹੁੰਦਾ ਪਲੱਸ ਕਾਰੀ ਕੋ ਉਤਲੇ ਦੋ ਮਿਲਾ ਗਿਆ ਮਾਸਾ ਕੰਪਲੈਸੀ ਬਾਬੇ ਨੂੰ ਕਾਰੀ ਕੋ ਦਰੁਸ ਕਹਿਣ ਪੇ ਫੇਰ ਹੋਇਆ ਐਮ ਸੀ ਪੀ ਸੀ ਕੇ ਮੇਲ ਲਿਖਿਆ ਹੁੰਦਾ ਸ਼ਾਰਟ ਟਰਮ ਵਿੱਚ ਇਹ ਲਾਪੁਰਤਾ ਤਾਂ ਕਾਰੀ ਕੋ ਉਤਲੇ ਜਿਹੜਾ ਤੁਸੀਂ ਕਾਰੀ ਕੋ ਉਤਲੇ ਲੈ ਕੇ ਜਾਣਾ ਰਿਪ੍ਰੈਜੈਂਟਾ ਤਾਂ ਇਲ ਕਾਰੀ ਕੋ ਮਾਸੀ ਮਤਰ ਸਪੁਰਤਾ ਵੀ ਲੇ ਮੈਕਸੀਮਮ ਕਾਰੀ ਕੋ ਜਿਹੜਾ ਤੁਸੀਂ ਟਰਾਂਸਪੋਰਟ ਕਰ ਸਕਦੇ ਹੋ ਦਾਨੋ ਵਿਕੋਲੀ ਐਦ ਇੰਡੀ ਕਾਹ ਤਸਲ ਕਰਦੇ ਜੀ ਕੁਸ਼ਚਨ ਹੈ ਇੱਕ ਗੱਡੀ ਜਿੰਨਾ ਤੁਸੀਂ ਕਾਰੀ ਕੋ ਲੈ ਕੇ ਜਾ ਸਕਦੇ ਕਿੱਥੇ ਇੰਡੀਕੇਟ ਕਰਦੇ ਨੇ ਕਾਹ ਤੱਕ ਜੀ ਕੁਸ਼ਚਨ ਹੈ ਗੱਡੀ ਦੇ ਡਾਕੂਮੈਂਟਾਂ ਦੇ ਦਰੁਸਤ ਕਹਿਣ ਪੇ ਫੇਰ ਹੋਇਆ ਜੀ ਮਾਸਾ ਕੋ ਮਲਸੀ ਪੈਨੋ ਕਾਰੀ ਕੋ ਆ ਨੋਨ ਇੰਡੀ ਕਾਹ ਤਸਲ ਕਰਦੇ ਜੀ ਕੁਸ਼ਚਨ ਹੈ ਕਹਿੰਦੇ ਨਹੀਂ ਇੰਡੀਕੇਟ ਕਰਦਾ ਕਾਹ ਤੱਕ ਜੀ ਕੁਸ਼ਚਨ ਹੈ ਦੱਸਦੇ ਗਲਤ ਕਹਿਣ ਪੇ ਫਾਲਸ ਹੋਇਆ ਕਾਹ ਤੱਕ ਜੀ ਕੁਸ਼ਚਨ ਹੈ ਤਾਂ ਇੰਡੀਕੇਟ ਕਰਦਾ ਉਹਦੇ ਹਿਸਾਬ ਨਾਲ ਰੱਖਣਾ ਹੁੰਦਾ ਫੇਰ ਹੋਇਆ ਇਸ ਕਰਕੇ ਇਹ ਫਾਲਸ ਹੋਇਆ ਲਾ ਮਾਸਾ ਔਰ ਦਿਨ ਦੀ ਮਾਰਚੀਆ ਇਹ ਕਾਂਬਿਆ ਸੇ ਇਲ ਵਿਕੋਲੀ ਪਰ ਕੋਰੇ ਉਹਨਾਂ ਸਰਾਧਾ ਇਨ ਫੋਰਤੇ ਪੈਨੈਂਜ਼ਾ ਕਹਿੰਦਾ ਮਾਸਾ ਇਨ ਔਰ ਦਿਨ ਦੀ ਮਾਰਚੀਆ ਕਹਿੰਦੇ ਪਏ ਇਹ ਔਰ ਦਿਨ ਮਾਰਚ ਸਮਾਨ ਰੱਖਣ ਜਿਹੜਾ ਔਰ ਦਿਨ ਜਿਸ ਔਰ ਦਿਨ ਵਿੱਚ ਤੁਸੀਂ ਸਮਾਨ ਬਾਰ ਰੱਖਣਾ ਹੁੰਦਾ ਜਾਂ ਲੱਦਣਾ ਹੁੰਦਾ ਕਹਿੰਦੇ ਚੇਂਜ ਹੋ ਜਾਏਗਾ ਸੇਲ ਵਿਕੋਲੀ ਪਰ ਕੋਰੇ ਉਹਨਾਂ ਸਰਾਧਾ ਫੋਰਤੇ ਪੈਨੈਂਜ਼ਾ ਕਹਿੰਦਾ ਜੇ ਢਲਾਣ ਵਾਲੀ ਸਲੋਪ ਵਾਲੀ ਰੋਡ 'ਤੇ ਹੋਵੇ ਤਾਂ ਦੇਖੋ ਇਹ ਮਾ ਵਜ਼ਨ ਦਾ ਜਿਹੜੀ ਲਿਮਿਟ ਹੈ ਚੇਂਜ ਨਹੀਂ ਹੋਣ ਲੱਗੀ ਹੈ ਵੀ ਠੀਕ ਹੈ ਜੇ ਤੁਸੀਂ ਲੱਦ ਕੇ ਲੈ ਕੇ ਜਾ ਰਹੇ ਹੋ ਸਮਾਨ ਜਿਹੜੀ ਗੱਡੀ ਨੂੰ ਲਿਮਿਟ ਹੈ ਵੀ ਇਜਾਜ਼ਤ
ਉਹ ਭਾਵੇਂ ਸਿੱਧੀ ਰੋਡ ਹੋਵੇ ਭਾਵੇਂ ਵਿੰਗੀ ਰੋਡ ਹੋਵੇ, ਸਿੱਧੀ ਰੋਡ ਲਈ ਹੋਰ ਨਹੀਂ ਵਧਣ ਹੋਣਾ ਔਰ ਵਿੰਗੀ ਲਈ ਹੋਰ ਨਹੀਂ ਹੋਣਾ ਹੈ ਵੀ, ਠੀਕ ਹੈ? ਇਸ ਕਰਕੇ ਫਾਲਸ ਹੋ ਲਮਾ ਸਕੋ ਵਾਲੇ ਸੀ ਉਹ ਪੈਨੋ ਕਾਰੀ ਕੋ ਇੱਕ ਵਾਲੇ ਇਕੁਅਲ ਹੁੰਦਾ ਅਲ ਬਲੋਰੇ ਦਿਲਾ ਤਾਰਾ, ਕਹਿੰਦੇ ਵੈਲਿਊ ਤਾਰਾ ਦੇ ਬਰਾਬਰ ਹੁੰਦਾ, ਮਲਟੀਪੀਕਲਾ ਮਲਟੀਪੋਲੀਕਾ ਤੋਂ ਇੱਕ ਜਾਂ ਦੋ ਨਾਲ, ਕਹਿੰਦੇ ਇਹ ਮਲਟੀਪਲਾਈ ਹੁੰਦਾ ਇੱਕ ਜਾਂ ਦੋ ਦੇ ਨਾਲ, ਠੀਕ ਹੈ? ਯਾਨੀ ਕਿ ਜਿਤਨਾ ਵਜ਼ਨ ਹੈ ਉਤਨਾ ਹੀ ਤੁਸੀਂ ਕਾਰੀ ਕੋਲ ਲੈ ਕੇ ਜਾ ਸਕਦੇ ਹੋ, ਜਾਂ ਫਿਰ ਮਲਟੀਪਲਾਈ ਜਾਂਦਾ ਇੱਕ ਤੋਂ ਦੋ ਨਾਲ, ਦੋ ਦੇ ਨਾਲ ਵਧੂ, ਯਾਨੀ ਕਿ ਇਹ ਇਹ ਜੇ ਇੱਕ ਹੈ ਤਾਂ ਉਹਦਾ ਡਬਲ ਕਰ ਲਵੋ, ਜੇ ਦੋ ਦੋ ਦੀ ਵੈਲਿਊ ਹੋਵੇ ਤਾਂ, ਗਲਤ ਕਹਿੰਦੇ ਫਾਲਸ ਹੋਇਆ। ਇਹ ਡਿਪੈਂਡ ਕਰਦਾ ਗੱਡੀ ਦੀ ਖੂਬੀਆਂ 'ਤੇ ਔਰ ਗੱਡੀ ਦੇ ਖਾਤਾ 'ਚ ਕ੍ਰਸ਼ ਹੋਣ 'ਤੇ ਲਿਖ ਕੇ ਲਿਖਿਆ, ਠੀਕ ਹੈ? ਜਿਹਦੀ ਜਿੱਥੋਂ ਗੱਡੀ ਕੰਸਟਰਕਟਰ ਹੁੰਦੀ ਹੈ ਨਾ ਉਹ ਖਾਤਾ 'ਚ ਕ੍ਰਸ਼ ਹੋਣ 'ਤੇ ਲਿਖ ਕੇ ਭੇਜ ਦੇਣੇ ਚੀਜ਼ਾਂ। ਇਸ ਕਰਕੇ ਫਾਲਸ ਹੋਇਆ, ਗੱਡੀ ਦੇ ਵਜ਼ਨ ਡਿਪੈਂਡ ਨਹੀਂ ਕਰਦਾ ਵੀ, ਕਿਉਂਕਿ ਗੱਡੀਆਂ ਹੁੰਦੀਆਂ ਮਾਲ ਸਮਾਨ ਟਰਾਂਸਪੋਰਟ ਕਰਨ ਵਾਲੀਆਂ, ਜਿਹੜੀ ਗੱਲ ਉਹ ਸਮਾਨ ਜ਼ਿਆਦਾ ਢੋਂਦੀਆਂ ਨੇ, ਜ਼ਿਆਦਾ ਭਾਰ ਚੱਕਦੀਆਂ ਨੇ ਆਮ ਗੱਡੀਆਂ ਨਾਲੋਂ। ਕਹਿੰਦੇ ਤਾਰਾ ਜੀ ਉਹਨਾਂ ਵਿਕੋ ਜਿਹੜਾ ਹਾਲੀ ਗੱਡੀ ਦਾ ਇੱਕ ਦਾ ਇੱਕ ਵਾਲੇ ਸੁਕਾਰੀ ਕੋ ਉੱਤੀ ਲਏ, ਕਹਿੰਦੇ ਇਹ ਖਾਲੀ ਗੱਡੀ ਦਾ ਵਜ਼ਨ ਉਹਦੇ ਕਾਰੀ ਕੋ ਉੱਤੀ ਲਏ ਦੇ ਬਰਾਬਰ ਹੁੰਦਾ ਹੈ। ਫਿਰ ਉਹੀ ਗਲਤ ਕਹਿੰਦੇ ਪੇ ਫਾਲਸ ਹੋਇਆ, ਕਾਰੀ ਕੋ ਉੱਤੀ ਲਏ ਦੇ ਬਰਾਬਰ ਨਹੀਂ ਹੁੰਦਾ ਹੈ ਵੀ, ਡਿਪੈਂਡ ਕਰਦਾ ਕਾਤਾ ਚਿਕਸ਼ੀ ਨੇ ਕੀ ਲਿਖਿਆ, ਠੀਕ ਹੈ? ਇਸ ਕਰਕੇ ਫਾਲਸ ਹੋ। ਕਹਿੰਦੇ ਪੁਰਤਾਤਾ ਪਾਰੀ ਅਲ ਸੋਮ ਦਲਾ ਮਾਸਾ ਮਾਸੀ ਮੈਂ ਮੇਸ ਸੁਲਾਸੀ ਦਲਾ ਵਿਕੋਲੀ, ਕਹਿੰਦੇ ਪਾਰੀ ਜਿਤਨਾ ਵਜ਼ਨ ਸੋਮ ਦਲਾ ਮਾਸਾ ਮਾਸੀ ਮੈਂ ਮੇਸ ਜਾਜ਼ਤ ਹੈ ਸੁਲੇ ਆਸੇ ਦਲ ਵਿਕੋਲੀ, ਕਹਿੰਦੇ ਗੱਡੀ ਜਿੰਨੀ ਗੱਡੀ ਦੇ ਧੂਰੇ 'ਤੇ ਇਜਾਜ਼ਤ ਹੁੰਦੀ ਹੈ ਨਾ ਉਨਾ ਵਜ਼ਨ ਇਜਾਜ਼ਤ ਹੈ। ਗਲਤ ਕਹਿੰਦੇ ਪਏ ਮੁਮਕਿਨ ਗੱਡੀ ਦੇ ਮੁਮਕਿਨ ਗੱਡੀ ਦੇ ਧੂਰੇ 'ਤੇ ਹੋਰ ਲਿਮਿਟ ਲਿਖੀ ਹੋਵੇ, ਕਿਉਂਕਿ ਗੱਡੀ ਦੇ ਧੂਰੇ 'ਤੇ ਤਾਂ ਇੱਕ ਲਿਮਿਟ ਦੱਸਦੇ ਨੇ ਕਿ ਨੋਰਮਲੀ ਇੱਕ ਧੂਰੇ ਦੇ ਉੱਤੇ 12 ਟਨ ਲੈ ਕੇ ਜਾ ਸਕਦੇ ਹੋ, ਮੁਮਕਿਨ ਕਾਰ ਤਾਂ ਚਿਕਸ਼ਨ 'ਤੇ ਹੋਰ ਲਿਮਿਟ ਲਿਖੀ ਹੋਵੇ, ਠੀਕ ਹੈ? ਇਸ ਕਰਕੇ ਫਾਲਸ ਹੋ। ਫਾਈਨਲ ਹੁੰਦੀ ਹੈ ਚੀਜ਼ ਕਰਤਾ ਚਿਕਸ਼ਨ ਹੈ ਤੂੰ। ਕਹਿੰਦੇ ਪੁਰਤਾ ਤੋਂ ਵਿਗੋਲੀ ਅਕਾਰੀ ਕੋ ਮਾਸੀ ਮੌਕੇ ਪੋਐਸ ਰੇ ਸਪੁਰਤਾ ਤੋਂ ਦਿਲਾ ਪਾਣੀ ਮਾਚੀ, ਕਹਿੰਦੇ ਕਾਰੀ ਕੋ ਮੈਕਸੀਮਮ ਜਿਹੜਾ ਹੈ ਤੁਸੀਂ ਲੈ ਕੇ ਜਾ ਸਕਦੇ, ਜਿਹੜਾ ਕਿ ਸਪੋਰਟ ਕਰਦਾ ਜਿਹਨੂੰ ਪਾਣੀ ਮਾਚੀ, ਇਹ ਵੀ ਉਸ ਤਰ੍ਹਾਂ ਦੀ ਗੱਲ ਕਰ ਰਹੇ ਨੇ। ਪਾਣੀ ਮਾਚੀ 'ਤੇ ਜਿਹੜਾ ਨਾ ਅਸੀਂ ਉਹਨੂੰ ਦੇਖ ਕੇ ਤਾਂ ਪਤਾ ਨਹੀਂ ਲੱਗ ਸਕਦੇ, ਮੁਮਕਿਨ ਟਾਇਰਾਂ ਦੀ ਜਿਹੜੀ ਅਬਿਲਟੀ ਹੋਣੀ ਚਾਹੀਦੀ ਹੈ ਨਾ ਉਹ ਕਰਤਾ ਚਿਕਸ਼ਨ ਦੇ ਬਰਾਬਰ ਹੋਣੀ ਚਾਹੀਦੀ ਜਾਂ ਵੱਧ ਹੋਣੀ ਚਾਹੀਦੀ ਹੈ। ਯਾਨੀ ਕਰਤਾ ਚਿਕਸ਼ਨ ਜਿੰਨਾ ਲਿਖੀ ਹੁੰਦੀ ਨਾ ਵੈਲਿਊ ਭਾਰ ਸ਼ਾਰ ਚੱਕਣ ਦੀ ਜਾਂ ਜਿਹੜੀ ਖੂਬੀਆਂ ਲਿਖੀਆਂ ਹੁੰਦੀਆਂ ਟਾਇਰਾਂ ਦੀਆਂ ਕਰਤਾ ਚਿਕਸ਼ਨ ਦੇ, ਉਹਦੇ ਨਾਲ ਵੱਧ ਟਾਇਰਾਂ ਦੀ ਹੋਣੀ ਚਾਹੀਦੀ ਵੈਲਿਊ, ਘੱਟ ਨਹੀਂ ਹੋ ਸਕਦੀ ਹੈ ਵੀ, ਠੀਕ ਹੈ? ਅਤੇ ਮੁਮਕਿਨ ਹੈ ਟਾਇਰ ਤਾਂ ਵੱਧ ਵਜ਼ਨ ਦਰਸਾਉਂਦੇ ਹੋਵਣ ਅਤੇ ਕਰਤਾ ਚਿਕਸ਼ਨ ਦੇ ਘੱਟ, ਜੇ ਕਰਤਾ ਚਿਕਸ਼ਨ ਦੇ ਘੱਟ ਦਰਸਾਉਂਦੇ ਨੇ ਵਜ਼ਨ ਅਤੇ ਫਿਰ ਕਰਤਾ ਚਿਕਸ਼ਨ ਦੇ ਮੁਤਾਬਕ ਖੜਨਾ, ਟਾਇਰਾਂ ਦੇ ਮੁਤਾਬਕ ਨਹੀਂ ਲੈ ਕੇ ਜਾ ਸਕਦੇ, ਫਾਲਸ ਹੋਇਆ, ਠੀਕ ਹੈ? ਲਿਮਿਤੀ ਦੀ ਮਾਸਾ ਕੰਪਲੈਕਸ ਸੀ ਉਹ ਪੈਨੋ ਕਾਰੀ ਕੋਲ ਵਿਕੋਲੀ ਆ ਮੋਤੋਰੇ ਇਜ਼ਲਾਤੀ ਦੂਏ ਆਸੀ, ਜਿਹੜੀ ਦੋ ਆਸੀ ਗੱਡੀ ਹੈ ਦੀ ਉਹਨਾਂ ਦੀ ਚੌਥ ਤੋਂ ਲੱਤ ਜਿਹੜੀ 18 ਟਨ ਵਾਲੀ ਹੈ, ਐਦ ਚੇਸੀਓ ਨੇ ਦਿਲ ਪਰਟੀਕੁਲਾਰੇ ਆਟੋਬੂਸ ਔਰ ਇਹ ਕਹਿੰਦੇ ਵੀ ਇਹ ਲਿਮਿਤ ਲਿਮਿਟ ਜਿਹੜੀ ਹੈ ਮੈਕਸੀਮਮ ਗੱਡੀ ਦੀ, ਯਾਨੀ ਕਿ ਚੇਸੀਓ ਨੇ ਸਵਾਇ ਆਟੋਬੂਸ ਦੇ, ਨਾਰਮਲੀ ਗੱਡੀ ਦੀ ਜਿਹੜੀ 2 ਟਨ ਧੂਰੇ ਵਾਲੀ ਹੁੰਦੀ ਹੈ ਨਾ ਉਹਦੀ ਕਿੰਨੀ ਲਿਮਿਟ ਹੁੰਦੀ ਹੈ? 18 ਟਨ ਹੀ ਹੁੰਦੀ ਹੈ, ਠੀਕ 18 ਟਨ। ਜੇ ਉਹ ਆਸ ਬੱਸ ਜਿਹੜੀ ਹੁੰਦੀ ਹੈ ਉਹਦੀ 19 ਟਨ ਹੁੰਦੀ ਹੈ, ਠੀਕ ਹੈ? ਦੋ ਧੂਰੇ ਵਾਲੀ ਦੀ, ਕਹਿੰਦੇ ਸਵਾਇ ਆਟੋਬੂਸ ਦੇ ਦਰੁਸਤ ਕਹਿੰਦੇ ਬਿਹੇਵੀਅਰ ਹੋਇਆ। ਕਹਿੰਦੇ ਪੇਨੋ ਕਾਰੀ ਕੋ ਮੋਤੋਰੇ ਜ਼ਿਲਾ ਅਤੇ ਦੂਏ ਆਸ ਸੀ 18 ਟਨ, ਇਹਦੇ 'ਚ ਛੇ ਹੋਣੇ ਪਰਟੀਕੁਲਰ ਆਟੋਬੂਸ ਔਰ ਉਹਦੇ ਇਲਾਵਾ ਕਿ ਖਾਸ ਕੋਈ ਆਟੋਬੂਸ ਨਾ ਹੋਵੇ, ਆਟੋਬੂਸ ਦੀ ਹੁੰਦੀ ਹੈ ਉਹ ਨਾਰਮਲੀ 19 ਟਨ, ਆਟੋਬੂਸ ਤਾਂ ਮੇਰੇ ਖਿਆਲ ਕਿਤੇ ਪੁੱਛਿਆ ਨਹੀਂ ਜਾਂਦਾ ਹੈ ਵੀ ਖਾਸ ਤੌਰ 'ਤੇ। ਇਹ ਕਹਿੰਦੇ ਵੀ ਲਿਮੀ ਦੇ ਮਾਸੀਮੀ ਦੀ ਮੈਕਸੀਮਮ ਲਿਮਿਟ ਜਿਹੜੀ ਹੁੰਦੀ ਵਜ਼ਨ ਦੀ ਪੇਨੋ ਕਾਰੀ ਕੋ ਆ ਮੋਤੋਰੇ ਇਜ਼ਲਾਤ ਆ ਤ੍ਰੇ ਓ ਪੀਓ ਆ ਸੀ, 3 ਜਾਂ 3 ਤੋਂ ਵੱਧ ਜਿਹੜੇ ਆਸੀ ਹੁੰਦੇ ਨੇ 25 ਟਨ। ਹੁਣ 25 ਟਨ ਸਾਨੂੰ ਸਮਝ ਲੱਗ ਗਿਆ ਸਿੰਪਲ ਹੈ, ਉਹ ਪੂਰੇ 26 ਟਨ ਜਾਂ ਫਿਰ 26 ਟਨ। 26 ਟਨ ਕਿਉਂ? 26 ਟਨ ਇਸ ਕੇਸ ਵਿੱਚ ਹੁੰਦੇ ਨੇ ਜੇ ਗੱਡੀ ਦੇ ਇੱਕ ਤੋਂ ਵੱਧ ਆਸੇ ਜਿਹੜੇ ਧੂਰੇ ਨੇ ਜ਼ੋਰ ਲਾਉਣ ਵਾਲੇ ਹੋਣ, ਠੀਕ ਹੈ? ਇਸ ਕਰਕੇ ਉਹਦੇ ਲਿਮਿਟ ਵੱਧ ਸਕਦੀ ਹੈ। ਕਹਿੰਦੇ 25 ਜਾਂ 26 ਜਾਂ ਫਿਰ ਤੁਹਾਨੂੰ ਲਾਤੇ ਸਿਹਤ ਸੋਨੋ ਰਿਸਪਤਾ ਦੀ ਪਰਟੀਕੁਲਰ ਪ੍ਰਿਸਕ੍ਰਿਪਸ਼ਨ, ਜੇ ਕੋਈ ਸਪੈਸ਼ਲ ਪ੍ਰਿਸਕ੍ਰਿਪਸ਼ਨ ਦੀ ਰਿਸਪੈਕਟ ਕੀਤੀ ਜਾਏ ਤਾਂ ਇਹਦੀ 26 ਟਨ ਹੋ ਸਕਦੇ ਨੇ, ਠੀਕ ਹੈ? ਅਲਾ ਅੱਗੇ ਕਹਿੰਦੇ ਨੇ ਬੇ ਇਲਮੀ ਦੀ ਇਹਦੀ ਮਾਸਾ ਕੰਪਲੈਸੀ ਵਾ ਲਿਮਿਟ ਜਿਹੜੀ ਮੈਕਸ ਮਾਸਾ ਕੰਪਲੈਸੀ ਵਾ ਦੀ ਗਰੁੱਪ ਦੇ ਵੀ ਮੈਸੇਜ ਤਾਂ ਨਹੀਂ ਆਇਆ? ਓਕੇ ਅਲੋਰਾ
ਲਿਮਿਟ ਦੀ ਮਾਸੀ ਮੈਕਸੀਮਮ ਜੇ ਲਿਮਿਟ ਹੁੰਦੀ ਹੈ ਠੀਕ ਹੈ ਅਲਾ ਜਿਹੜੀ 25 ਟਨ ਹੈ ਨਾ 25 ਤੋਂ 26 ਟਨ ਜਿਹੜੀ ਹੁੰਦੀ ਹੈ ਇਹ ਸੋਰੀ ਜੇ ਦੋਦਾ ਤੋਂ ਮੋਤੋਰ ਆਸੇ ਮੋਤੋਰ ਜੇ ਮਿਲਾਤੀ ਡਬਲ ਟਾਇਰ ਹੋਣ ਦੇ ਸਸਪੈਂਸ਼ਨ ਨੇ ਪਾਣੀ ਮਾਰ ਜੀ ਉੱਠ ਸਸਪੈਂਸ਼ਨ ਵਗੈਰਾ ਦਿੱਤੇ ਗਏ ਹੋਣ ਦੇ ਖੂਬੀਆਂ ਜਿਹੜੀਆਂ ਉਹ ਨਹੀਂ ਹੈ ਵੀ ਜਿਹੜੀ ਮੈਂ ਦੱਸੀ ਨੇ ਗੱਲ ਦੱਸੇ ਮੈਂ ਤੋ ਖੂਬੀਆਂ ਤੋਂ ਮੁਰਾਦ ਕਿ ਜੇ ਗੱਡੀ ਨੂੰ ਡਬਲ ਟਾਇਰ ਦਿੱਤੇ ਗਏ ਹੋਣ ਠੀਕ ਹੈ ਫਿਰ ਲਿਮਿਟ ਵੱਧ ਸਕਦੀ ਹੈ ਜਿਵੇਂ ਕਿ 83 ਹੁੰਦੇ ਨਾ ਉਹਦੀ ਲਿਮਿਟ ਜਿਹੜੀ ਹੈ 25 ਤੋਂ 26 ਟਨ ਹੋ ਸਕਦੀ ਹੈ ਠੀਕ ਹੈ ਜੇ ਪਾਣੀ ਮਾਚੀ ਜਮੈਰਾਤ ਹੀ ਦਿੱਤੇ ਗਏ ਹੋਣ ਡਬਲ ਟਾਇਰ ਦਿੱਤੇ ਗਏ ਹੋਣ ਉਹ ਸਸਪੈਂਸ਼ਨ ਨੇ ਪਾਣੀ ਮਾਚੀ ਦਿੱਤੇ ਗਏ ਹੋਣ ਤਾਂ ਠੀਕ ਹੈ ਫਿਰ ਜੇ ਕੁਆਤਰੋ ਆਸੀ ਹੋਵੇ ਕੁਆਤਰੋ ਆਸੀ ਦੀ 25 ਟਨ ਹੀ ਹੁੰਦੀ ਹੈ ਜੇ ਡਬਲ ਟਾਇਰ ਦਿੱਤੇ ਗਏ ਹੋਣ ਜਾਂ ਸਸਪੈਂਸ਼ਨ ਨੇ ਪਾਣੀ ਮਾਚੀ ਹੋਣ ਤਾਂ ਉਹਦੀ ਵੀ ਲਿਮਿਟ ਜਿਹੜੀ ਹੋ ਸਕਦੀ ਹੈ 25 ਤੋਂ 32 ਟਨ ਠੀਕ ਹੈ ਕਹਿੰਦੇ ਨੇ ਵੀ Limiti di massa complessiva appena carico e vicoli a motore isolato 4 tane date 4 assi 25 tan 4 assi di kehne 25 tan hundi hai mobile de quattro assi di 25 tan hundi hai o pure 32 tan ya fir 32 tan hundi hai ਜਾਂ ਫਿਰ 32 ਟਨ ਹੁੰਦੀ ਹੈ ਜੇ ਇਨ ਕੇਸ ਸੇਸੋਨੋ ਰਿਸਪੈਤਾ ਅਤੇ ਪ੍ਰਤੀਕੁਲਾਰ ਪ੍ਰਸਕ੍ਰਿਪਸ਼ਨ ਹੈ ਜੇ ਕੋਈ ਸਪੈਸ਼ਲ ਪ੍ਰਸਕ੍ਰਿਪਸ਼ਨ ਵਗੈਰਾ ਹੋਵੇ ਤਾਂ 32 ਟਨ ਹੋ ਸਕਦੀ ਹੈ ਦੁਸ ਕਿਨ ਵੇਅਰ ਹੋਇਆ ਵੀ ਸਪੈਸ਼ਲ ਪ੍ਰਸਕ੍ਰਿਪਸ਼ਨ ਤੋਂ ਮੁਰਾਦ ਜੀ ਕਿ ਜੇ ਡਬਲ ਟਾਇਰ ਦਿੱਤੇ ਗਏ ਹੋਣ ਰੋਤੇ ਜੇ ਮਿਲਾਤੀ ਹੋਣ ਔਰ ਸਸਪੈਂਸ਼ਨ ਜਿਹੜੇ ਮੋਟਰ ਦੇ ਟਾਇਰ ਨੇ ਜੇ ਜਮੈਲੀ ਹੋਣ ਔਰ ਸਸਪੈਂਸ਼ਨ ਦਿੱਤੇ ਗਏ ਹੋਣ ਸਭਾਂ ਵਿੱਚ ਠੀਕ ਹੈ ਦੁਸ ਕਿਨ ਵੇਅਰ ਹੋਇਆ ਵੀ ਕਹਿੰਦਾ ਲਿਮਿਤੀ ਮਾਸਾ ਕੋਮ ਲਸੀਵਾ ਪੈਨੋ ਕਾਰੀਕੋ ਪਰੀ ਵਿਕੋਲੀ ਆ ਮੋਤੋਰੇ ਇਜ਼ੋਲਾਤੀ ਅਤੇ ਪਹਿਨਦੇ ਕਹਿੰਦੇ ਵਿਕੋਲੇ ਮੋਤੋਰੇ ਇਜ਼ੋਲਾਤੀ ਅਤੇ ਡਿਪੈਂਡ ਕਰਦੀ ਹੈ ਡਿਪੈਂਡ ਦਲਾ ਦਲ ਟੋਟਾਲੇ ਦਲ ਆਸੇ ਇਨਕਵੀ ਦੋਤਾ ਤੋ ਵਿਕੋਲੀ ਕਹਿੰਦੇ ਡਿਪੈਂਡ ਕਰਦਾ ਕਿੰਨੇ ਧੂਰੇ ਕਿੰਨੇ ਆਸੇ ਕਿੰਨੇ ਧੂਰੇ ਦਿੱਤੇ ਗਏ ਨੇ ਆਸੇ ਧੂਰੇ ਨੂੰ ਕਹਿੰਦੇ ਨੇ ਹਿੱਸੇ ਨੂੰ ਗੱਡੀ ਦੇ ਹਿੱਸੇ ਨੂੰ ਕਹਿ ਦਿੰਦੇ ਨੇ ਜਾਂ ਧੂਰੇ ਨੂੰ ਠੀਕ ਹੈ ਕਹਿੰਦੇ ਕਿੰਨੇ ਧੂਰੇ ਦਿੱਤੇ ਗਏ ਨੇ ਇਹ ਡਿਪੈਂਡ ਕਰਦੀ ਹੈ ਕਿਉਂਕਿ ਹਰ ਧੂਰੇ ਦੇ ਹਿਸਾਬ ਤਾਬ ਨਾਲ ਵਜ਼ਨ ਵਧੇਗਾ ਠੀਕ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ ਧੂਰੇ 'ਤੇ ਵੀ ਡਿਪੈਂਡ ਕਰਦਾ ਇੱਕ ਧੂਰਾ ਨੋਰਮਲੀ 12 ਟਨ ਚੁੱਕਦਾ ਵਜ਼ਨ ਹੈ ਨਾ ਅਤੇ ਫਿਰ ਜੇ ਇੱਕ ਜੀ ਇੱਕ ਮੀਟਰ ਦੇ ਅੰਦਰ ਅੰਦਰ ਇੱਕ ਮੀਟਰ ਦੇ ਅੰਦਰ ਅੰਦਰ ਦੋ ਧੂਰੇ ਹੋਣ ਉਹ ਵੀ 12 ਟਨ ਹੀ ਚੱਕਣਗੇ ਜੇ ਇੱਕ 1.30 ਮੀਟਰ ਜਿਹੜੇ ਨੇ ਉਹਦੇ ਅੰਦਰ ਅੰਦਰ 1 ਮੀਟਰ ਤੋਂ ਵੱਧ ਇੱਥੇ 1.30 ਮੀਟਰ ਦੇ ਅੰਦਰ ਅੰਦਰ ਜੇ ਦੋ ਧੂਰੇ ਹੋਣ ਉਹ 16 ਟਨ ਚੁੱਕਦੇ ਨੇ ਇਹਨਾਂ ਦੇ ਬਾਰੇ ਪੁੱਛਿਆ ਨਹੀਂ ਬਣਨਾ 16 ਟਨ ਦੇ ਬਾਰੇ ਔਰ ਇੱਕ ਤੋਂ 1:30 ਤੋਂ ਲੈ ਕੇ 2 ਮੀਟਰ ਦੇ ਅੰਦਰ ਅੰਦਰ ਜਿਹੜੇ ਦੋ ਧੂਰੇ ਹੋਣਗੇ ਦੋ ਆਸੇ ਦੋ ਹਿੱਸੇ ਲੱਗੇ ਹੋਣਗੇ ਗੱਡੀ ਦੇ ਤਾਂ ਉਹ 20 ਟਨ ਚੁੱਕਦੇ ਨੇ ਵਜ਼ਨ ਠੀਕ ਹੈ ਕਿੰਨਾ 20 ਟਨ ਅਤੇ ਉਹਦੇ ਤੋਂ ਇਲਾਵਾ ਜਿਹੜੀ ਗੱਡੀ ਹੁੰਦੀ ਹੈ ਨਾ ਮੈਜ਼ ਦੀ ਓਪਰਾ ਜਿਹੜੀ ਹੈ ਉਹ ਉਹਦੇ ਵਜ਼ਨ ਦੀ ਲਿਮਿਟ ਜ਼ਿਆਦਾ ਹੁੰਦੀ ਹੈ ਥੋੜ੍ਹੀ ਉਹ 13 ਟਨ ਚੱਕਦੀ ਹੈ ਇੱਕ ਧੂਰੇ ਦੇ ਉੱਤੇ ਠੀਕ ਹੈ ਕਹਿੰਦੇ ਵੀ ਕਿ ਡਿਪੈਂਡ ਉਹਦੇ ਧੂਰਿਆਂ 'ਤੇ ਵੰਡ ਕਰਦਾ ਦੁਰੁਸਤ ਕਹਿੰਦੇ ਫੇਰ ਹੋਇਆ ਕਹਿੰਦੇ ਲਿਮੀ ਦੀ ਮਾਸੀ ਕੁੰਬਲਸੀਵਾ ਪੈਨੋ ਕਾਰੀਕੋ ਜਿਹੜੇ ਪਰੀ ਵਿਗੋਲੀ ਆ ਮਤੋਰੇ ਇਜ਼ਲਾਤ ਇਤਰੇ ਉਹ ਪਿਓ ਆਸੀ ਜਿਹੜੀ 3 ਜਾਂ 3 ਤੋਂ ਵੱਧ ਆਸੀ ਨੇ ਡਿਪੈਂਡ ਦੇ ਅਨ ਕਿਲਾ ਪ੍ਰੈਜੈਂਸ ਆ ਦੀ ਮੈਨੋ ਦੀ ਸਸਪੈਂਸ਼ਨ ਨੇ ਆਪਾਂ ਨੇ ਮਾਚੀ ਔਰ ਰੋਤੇ ਜਮਲਾਤੀ ਕਹਿੰਦੇ ਇਹ ਡਿਪੈਂਡ ਕਰਦਾ ਹੈ ਉਹਦੇ ਵਿੱਚ ਸਸਪੈਂਸ਼ਨ ਨੇ ਹੈ ਨੇ ਪਾਣੀ ਮਾਚੀ ਔਰ ਰੋਤੇ ਜਮਲਾਤੀ ਜਾਂ ਡਬਲ ਟਾਇਰ ਹੈ ਕਿ ਨਹੀਂ ਇਹ ਉਹ ਲਿਮਿਟ ਹੈ ਸਸਪੈਂਸ਼ਨ ਹੈ ਪਾਣੀ ਮਾਚੀ ਔਰ ਰੋਤੇ ਜਮਲਾ ਤੇ ਇਹ ਹੋਣਗੇ ਅਤੇ ਜਿਵੇਂ ਅਸੀਂ ਉੱਤੇ ਪੜ੍ਹ ਕੇ ਆ ਚੁੱਕੇ ਹਾਂ ਪਹਿਲਾਂ ਕੁਐਸਚਨਾਂ ਵਿੱਚ 2 ਨੰਬਰ 3 ਨੰਬਰ ਕੁਐਸਚਨ ਵਿੱਚ ਲਿਮਿਟ ਵੱਧ ਜਾਂਦੀ ਹੈ 25 ਟਨ 83 ਦੀ 26 ਟਨ ਹੋ ਜਾਂਦੀ ਹੈ 25 ਟਨ ਤੋਂ 84 ਦੀ 32 ਟਨ ਲਿਮਿਟ ਹੋ ਜਾਂਦੀ ਹੈ ਠੀਕ ਹੈ ਇਸ ਕਰਕੇ ਦੁਰੁਸਤ ਕੰਮ ਵੇਅਰ ਹੋਇਆ 5 ਨੰਬਰ ਕਹਿੰਦੇ ਲਿਮਿਤੀ ਦੀ ਮਾਸਾ ਕੋਮ ਲਸੀਵਾ ਪੈਨੋ ਕਾਰੀਕੋ ਲਿਮਿਟ ਜਿਹੜੀ ਮੈਕਸੀਮਮ ਮਾਸਾ ਕੋਮ ਲਸੀਵਾ ਪੈਨੋ ਕਾਰੀਕੋ ਦੀ ਹੈ ਇਹ ਵੀ ਗੋਲੀਆ ਮੋਟਰ ਇਜ਼ੋਲਾਤ ਹੀ ਦੂਏ ਆਸੀ ਜਿਹੜੀ ਗੱਡੀ ਦੂਏ ਆਸੀ ਹੈ ਇਹਦੀ ਉਤੋਂ ਲਾਤੇ 8 ਟਨ ਹੁੰਦੀ ਹੈ ਇਹ ਤਾਂ ਨਹੀਂ ਫਜ਼ੂਲ ਗੱਲ ਹੋ ਗਈ ਇਹ ਤਾਂ ਸਾਨੂੰ ਆਪ ਨੂੰ ਪਤਾ ਕਿ 18 ਟਨ ਹੁੰਦੀ ਹੈ ਠੀਕ ਹੈ ਇਸ ਕਰਕੇ ਫਾਲਸ ਹੋਇਆ ਇਹਦੇ ਚਸ਼ੀਓ ਨੇ ਆਤੋ ਬੋਸ ਪਰਟੀਕੁਲਰ ਆਤੋ
ਇਸ ਕਰਕੇ ਫਾਲਤੂ ਇੱਕ ਘੱਟ ਟਨ ਨਹੀਂ ਹੁੰਦੀ, ਉਹ 18 ਟਨ ਹੁੰਦੀ ਹੈ। ਕਹਿੰਦੇ ਮੀਂਹ ਦੀ ਮਾਸ ਕਮਲੇ ਸੀ ਪਿੰਨੋ ਕਾਰੀ ਕੋਲ ਵੀ ਗੋਲੀ ਮਤੋਰ ਦੂਜੇ ਔਲਾਦ ਤੇ 83 ਜਿਹੜੀ 83 ਗੱਡੀ ਹੈ ਉਹਦੀ ਲਿਮਿਟ ਜਿਹੜੀ ਹੈ ਕਵਿੰਦੀ ਚ ਤੋਂ ਲਾਤੇ 15 ਟਨ ਹੁੰਦੀ ਹੈ। ਪੰਜੀ ਤੋਂ 83 26 ਹੋ ਸਕਦੀ ਹੈ, ਬਰਾਵੋ ਸ਼ਾਬਾਸ਼। ਇਸ ਕਰਕੇ ਫਾਲਸ ਹੋਇਆ, ਇਹ 15-16 ਕਰ ਰਹੇ ਨੇ। ਕਹਿੰਦੇ ਨੇ ਇਹ ਲਿਮਿਤ ਦੀ ਮਾਸਾ ਕਮਲੇ ਸੀ ਪਿੰਨੋ ਕਾਰੀ ਕੋ ਆ ਵਿਕੋਲੀਆ ਮਤੋਰ ਔਲਾਦ 84 40 ਜਾਂ 44 84 ਦੀ ਕਿੰਨੀ ਹੋਣੀ ਚਾਹੀਦੀ ਹੈ ਵਿਕੋਲੀ ਜ਼ਰਾ? 25-32 40-44 ਨਹੀਂ, ਇਹ ਮੌਜੂਦ ਦੀ ਉੱਪਰ ਦੀ ਲਿਮਿਟ ਦੱਸ ਰਹੇ 40-44। ਇਸ ਕਰਕੇ ਫਾਲਸ ਹੋਇਆ। ਡਬਲ ਹੋਣ ਜਾਂ ਸਸਪੈਂਸ਼ਨ ਪੰਜ ਮਾਰਚ ਹੀ ਹੋਣ ਤੇ, ਬਰਾਵੋ ਸ਼ੋਕਰ ਜਿਹੜੇ ਵਗੈਰਾ ਹੁੰਦੇ ਨੇ, ਸ਼ਾਬਾਸ਼। ਜਿਹੜੇ 40-44 ਦੱਸ ਰਹੇ ਮੇਜ਼ੋ ਦੇ ਉੱਪਰ ਹੈ ਗੱਲ, ਇਸ ਕਰਕੇ ਫਾਲਸ ਹੋ। ਕਹਿੰਦੇ ਲਿਮੀ ਮੇਜ਼ੋ ਦੇ ਉੱਪਰ ਉਹ ਗੱਡੀਆਂ ਹੁੰਦੀਆਂ ਨੇ ਜਿਹੜੀਆਂ ਕਿ ਭਾਰੇ ਮਵਾਦ ਲੈ ਕੇ ਜਾਂਦੇ, ਬਿਜਰੀ ਸਰੀ ਰੇਤ ਸਰੀਆ ਇੱਦਾਂ ਦੀ ਭਾਰਾ ਮਟੀਰੀਅਲ ਲੈ ਕੇ ਜਾਂਦੀਆਂ ਨੇ, ਠੀਕ ਹੈ। ਕਹਿੰਦੇ ਲਿਮੀ ਦੀ ਮਾਸਾ ਕੰਪਲੈਕਸ ਸੀ ਪੈਨੋ ਕਾਰੀ ਕੋ ਅਸ ਵਿਕੋਲੀਆ ਮਤੋਰੇ ਜ਼ੁਲਾਤੀ ਡਿਪੈਂਡ ਦੇ ਤੀਪੋ ਦੀ ਬਾਨੀ ਮਾਚੀ। ਕਹਿੰਦੇ ਡਿਪੈਂਡ ਕਰਦਾ ਜਿਹੜੇ ਟਾਈਪ ਦੇ ਟਾਇਰ ਨੇ, ਇਨਕ ਵੀ ਦੋ ਤੱਤ ਵਿਕੋਲੀ ਗੱਡੀ ਨੂੰ ਟਾਇਰ ਦਿੱਤੇ ਗਏ ਨੇ। ਗਲਤ ਕਹਿੰਦੇ ਵੀ ਟਾਇਰ 'ਤੇ ਨਹੀਂ ਡਿਪੈਂਡ ਕਰਦਾ, ਟਾਇਰਾਂ 'ਤੇ ਡਿਪੈਂਡ ਕਰਦਾ ਨਹੀਂ, ਧੂਰੇ 'ਤੇ ਡਿਪੈਂਡ ਕਰਦਾ, ਆਸੇ 'ਤੇ ਡਿਪੈਂਡ ਕਰਦਾ, ਠੀਕ ਹੈ, ਵੀ ਕਿੰਨੇ ਧੂਰੇ ਵਾਲੀ ਗੱਡੀ, ਠੀਕ ਹੈ। ਇਸ ਕਰਕੇ ਫਾਲਸ ਹੋਇਆ। ਕਹਿੰਦੇ ਲਿਮਿਤ ਦੀ ਮਾਸਾ ਕੰਪਲੈਕਸ ਸੀ ਪਿੰਨੋ ਕਾਰੀ ਕੋ ਵਿਕੋਲੀ ਆ ਮਤੋਰੇ ਦੂ ਜ਼ੁਲਾਤ ਆ ਕੁਿੰਦੀ 'ਚ ਦੋਨੋਂ ਲਾਤੇ, ਇੱਥੇ ਫਾਲਸ ਹੋ ਗਿਆ। ਕਹਿੰਦੇ 15 ਟਨ ਹੁੰਦਾ ਹੈ ਸਾਲਵਾ ਕੇ ਅਸੀਂ ਟਰਾਂਸਪੋਰਟ ਤੋਂ ਲੀਕ ਵੀ ਦੇ, ਇਹਦੇ ਇਲਾਵਾ ਕਿ ਜੇ ਤੁਸੀਂ ਟਰਾਂਸਪੋਰਟ ਕਰਦੇ ਲੀਕਵਡ ਲੀਕਵਡ ਵਗੈਰਾ ਦੀ ਕੋਈ ਗੱਲ ਨਹੀਂ ਹੋਇਆ ਵੀ 15 ਟਨ ਨਹੀਂ ਹੁੰਦਾ ਹੈ ਵੀ, ਠੀਕ ਹੈ। ਅੱਗੇ ਆ ਜਾਓ, ਨੈਕਸਟ ਪੇਜ ਹੈ। ਕਹਿੰਦੇ ਨੇ ਵੇ ਸੁਲਕਾਰੀ ਆਸ ਕਾਰੀ ਕੋ ਸੁਲਾਸ ਹੈ ਇੱਕ ਧੂਰੇ ਦੇ ਉੱਤੇ ਵਧਣ, ਧੂਰੇ ਦੇ ਉੱਤੇ ਵਧਣ ਕਿੰਨਾ ਦੱਸਿਆ ਸੀ ਮੈਂ, ਇੱਕ ਧੂਰੇ ਦੇ ਉੱਤੇ ਵਧਣ ਆਉਂਦਾ 12 ਟਨ, ਜੇ ਮੇਜ਼ੇ ਦੀ ਉੱਪਰ ਹੈ ਤੇ 13 ਟਨ ਹੋ ਜਾਣਾ, ਬਰਾਵੋ ਸ਼ਾਬਾਸ਼। ਜੇ ਇੱਕ ਮੀਟਰ ਤੋਂ ਜੇ ਦੋ ਧੂਰੇ ਲੱਗੇ ਨੇ ਇੱਕ ਮੀਟਰ ਦੇ ਵਿੱਚ ਵਿੱਚ, ਫਿਰ ਫਿਰ ਵੀ 12 ਟਨ, ਬਰਾਵੋ ਸ਼ਾਬਾਸ਼। ਜੇ ਇੱਕ ਇੱਕ 30 ਤੋਂ ਲੈ ਇੱਕ ਮੀਟਰ ਤੋਂ ਲੈ ਕੇ 1-30 ਤੱਕ ਹੋਣ ਤੇ 16 ਟਨ, ਇਹ ਪੁੱਛਿਆ ਨਹੀਂ ਜਾਣਾ ਕੁਸ਼ਚਨ ਹੈ ਵਾਸਤੇ। ਜੇ 1-30 ਤੋਂ ਲੈ ਕੇ 2 ਮੀਟਰ ਤੱਕ ਹੋਵੇ ਤੇ 20 ਟਨ, ਬਰਾਵੋ ਸ਼ਾਬਾਸ਼, ਲੇਕਿਨ ਇਹ ਪੁੱਛਿਆ ਨਹੀਂ ਜਾਣਾ, ਠੀਕ ਹੈ। ਕਹਿੰਦੇ ਲਾਮਾਸਾ ਮਾਸੀ ਮਾਮੇ ਸਸੁਲਾਤ ਸੇ ਪਿਓ ਕਾਰੀ ਕੋ ਨੋਨ ਪੋ ਸੁਪਰਾਰੇ 12 ਦੀ ਦੂਜੀ ਤੁਹਾਨੂੰ ਲਾਤੇ। ਕਹਿੰਦੇ 12 ਟਨ ਤੋਂ ਵਧਣਾ ਨਹੀਂ ਚਾਹੀਦਾ ਹੈ ਵੀ। ਕਹਿੰਦੇ ਮਾਸੀ ਮਾਸੀ ਮਾਮੇ ਸਜਾਜ਼ਤ ਹੈ ਸੁਲਾਤ ਸੇ ਇੱਕ ਧੂਰੇ ਦੇ ਉੱਤੇ ਜਿਹੜਾ 12 ਟਨ ਦਿਨ ਵਧਣਾ ਚਾਹੀਦਾ, ਫਿਰ ਹੋਇਆ। ਕਹਿੰਦੇ ਲਾਮਾਸਾ ਮਾਸੀ ਮਾਮੇ ਸੋਜਾਜ਼ਤ ਹੈ ਸੂਏ ਦੂਏ ਆਸੀ ਕੌਂਚੀਗੀ ਕੌਂਚੀਗੀ ਜੁੜੇ ਹੋਏ ਜੋ ਦੋ ਧੂਰੇ ਨੇ ਜਿਹਨੇ ਕਿ ਨੇੜੇ ਨੇ ਇੱਕ ਦੂਜੇ ਆ ਉਹਨਾਂ ਡਿਸਟੈਂਸ ਦਾ ਫਰਾ ਨੋਨ ਸੁਪਰੀਅਰ ਹੈ ਉਹਨਾਂ ਮੈਥਰੋ 1 ਮੀਟਰ ਤੋਂ ਬਾਅਦ ਜਿਹੜਾ ਡਿਸਟੈਂਸ ਫਾਸਲਾ ਨਹੀਂ ਹੈ ਵੀ ਨੋਨ ਪੋ ਸੁਪਰਾਰ ਹੈ 2 ਦੀ ਚਿਤੋਂ ਲਾਤੇ 12 ਟਨ ਤੋਂ ਵੱਧ ਨਹੀਂ ਸਕਦਾ ਹੈ ਵੀ 1 ਮੀਟਰ ਤੋਂ ਵੱਧ ਨਾ ਹੋਵੇ ਤਾਂ ਉਹ ਵੀ 12 ਟਨ ਤੋਂ ਵੱਧ ਨਹੀਂ ਸਕਦਾ। ਦੁਰੁਸ ਕਹਿੰਦੇ ਫਿਰ ਹੋਇਆ ਸੀ ਇਹੀ ਪੜ ਕੇ ਆਏ ਹਾਂ। ਕਹਿੰਦਾ ਮਾਸਾ ਮਾਸੀ ਮਾਮੇ ਸਾ ਲੇਜੇ ਸੁਲ ਆਸ ਪਿਊ ਕਾਰੀਕਾ ਤੋਂ ਡਿਪੈਂਡ ਦਲ ਨੰਬਰੋ ਦਲ ਰੋਤੇ ਦਲਾਸੇ। ਕਹਿੰਦੇ ਨੰਬਰ ਦਾ ਰੋਤੇ ਕਹਿੰਦੇ ਟਾਇਰਾਂ 'ਤੇ ਡਿਪੈਂਡ ਕਰਦਾ ਹੈ ਜਿਹੜੇ ਧੂਰੇ ਦੇ ਟਾਇਰ ਨੇ। ਗਲਤ ਕਹਿੰਦੇ ਵੀ ਫਾਲਸ ਹੋਇਆ, ਧੂਰੇ ਦੇ ਟਾਇਰ ਦੀ ਗੱਲ ਨਹੀਂ ਹੈ ਵੀ ਇੱਥੇ, ਇਸ ਕਰਕੇ ਫਾਲਸ। ਇਹ ਧੂਰੇ ਕਿੰਨੇ ਨੇ ਉਹਦੇ ਡਿਪੈਂਡ ਕਰਦਾ, ਧੂਰੇ ਦੇ ਟਾਇਰਾਂ 'ਤੇ ਡਿਪੈਂਡ ਨਹੀਂ ਕਰਦਾ, ਫਾਲਸ ਹੋਇਆ। ਕਹਿੰਦੇ ਮਾਸਾ ਮਾਸੀ ਮਾਮੇ ਸਸੁਲਾਸੇ ਪਿਊਕਾਰੀ ਕਾ ਤੋਂ ਨੋਨ ਪੋ ਸੁਪਰਾਰੇ ਨਹੀਂ ਵੱਧ ਸਕਦਾ ਹੈ ਵੀ ਇਹ ਕੋਤੋਂ ਦੀ ਜਿੱਤਣ ਲੱਗਦੇ 14 ਟਨ ਤੋਂ। ਗਲਤ ਕਹਿੰਦੇ ਵੀ ਫਾਲਸ ਹੋਇਆ, ਅਸੀਂ 12 ਟਨ ਪੜ ਚੁੱਕੇ ਹੋਏ ਹਾਂ, ਠੀਕ, ਇਸ ਕਰਕੇ ਫਾਲਸ ਹੋਇਆ। ਅੱਗੇ ਕਹਿੰਦੇ ਨੇ ਬੇ ਮਾਸਾ ਮਾਸੀਮਾ ਜਿਹੜਾ ਮੈਕਸੀਮਮ ਵਜ਼ਨ ਹੈਗਾ ਮੇਜ਼ੀ ਦੀ ਉੱਪਰ, ਠੀਕ ਹੈ, ਮੈਕਸੀਮਮ ਵਜ਼ਨ ਕਿਤਨਾ ਇੱਕ ਧੂਰੇ ਦਾ 13 ਟਨ, ਅਤੇ ਇਹਦਾ ਜਿਹੜਾ ਹੁੰਦਾ ਨਾ ਦੂਵੇ ਆਸੀ ਉਹ 18 ਟਨ ਨਹੀਂ ਹੁੰਦਾ, 20 ਟਨ ਹੁੰਦਾ, ਠੀਕ ਹੈ, ਔਰ ਤ੍ਰੇ ਆਸੀ ਜਿਹੜਾ ਨਾ ਉਹ 25 ਟਨ ਨਹੀਂ ਹੁੰਦਾ, ਉਹ 33 ਟਨ ਹੁੰਦਾ, ਕੁਆਤਰੋ ਆਸੀ ਉਹ 40 ਆਪਣਾ 25 ਟਨ ਨਹੀਂ ਹੁੰਦਾ ਹੈ ਵੀ, ਉਹ ਮੇਜ਼ੀ ਦੇ ਉੱਪਰ ਦਾ 40 ਟਨ ਹੁੰਦਾ, ਠੀਕ ਹੈ। ਸਮਝ ਆ ਗਈ ਰਿਹਾ ਸੀ ਜ਼ਬਰਦਸਤ ਜੀ, ਰੇਤਾ ਸ਼ੇਤਾ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨਾ ਗੱਡੀ ਬਿਜਲੀ ਲੈ ਜਾਣ ਵਾਲੀ ਗੱਡੀਆਂ ਉੱਦਾਂ ਦੀਆਂ ਗੱਡੀਆਂ।
Canada è il caso di un mezzo di opera, di un mezzo di opera, onde la massa massima messo già a te sull'asse più caricato non può superare 13 tonnellate. Terra tanto va bene, vedi? Drusken più vero è terra tanto va bene, ni c'è da heavy. Canada è il caso di un mezzo di opera, in che c'è di mezzo di opera, onde la massa. Massa complessiva pieno carico a vicoli isolati, due assi di gradi, due assi, due turni vali, non può superare 20 tonnellate, che ne vi tanto vada ni sakda hai. Drus kan vero hai vi tanto vadna ni chahida hai vi, theek hai, mezo di upar due assi da. Kehne ve ma in caso la mezo di upar jada hai la massa complessiva pieno carico, ja massa complessiva pieno carico hai giorno vicoli isolati a tre assi gaddi è non può superare superiore a 33 tonnellate tetti tanto vad ni hona chahida hai vidrus kan bevero assi me hone ton dakhaya dasya tetti tanto vad ni hona chahida 3 assi da agne pe la massa in nel caso di caso di una mezzo di opera jeli ki mezzo di opera onde massa complessiva pe no carico a di una vicolo jela massa complessiva pe no carico onde gaddi da isolati a 4 o più assi, 4 o 4 tu vado di retture onde ne. Direi se onde ne credite. 2 assi a anteriori direzionali, o agli 2 direzioni da salvare di retterne. In che agli 2 tire di recommon vale ne. Non può superare Cortalitan, o Cortalitan tu. Sorry. Bilgo, o Cortalitan tu vado ni sakda, vedrus che non vi vero è. Perché normally Charlie onde ne. J. Due assi di direzionali umana te 44 tan ho sakda theek hai 4 più assi de druskan pe vero hai abhi usi 4 number padha ve 4 number padde ve number padde ha te 5 da tarjuma kar gaya ha bilkul bilkul mainu bhi zara confuse lagi kehna 40 tan to vadni chahiye druskan pe vero hai kyunki je normally hundi hai na ode 40 tan to vadna nahi chahida abhi theek hai ਜਿਵੇਂ ਕਿ 4 ਨੰਬਰ ਹੈ ਕਹਿੰਦੇ ਕੌਣ ਕੌਣ ਦੂਏ ਆਸੀ ਅੰਤਰੀਓਰੇ ਦ੍ਰਿਸ਼ਨਾਲੀ ਨੋਨ ਪੋ ਸੁਪਰਾਰੇ 40 ਟਨ ਕਹਿੰਦੇ 40 ਟਨ ਤੋਂ ਵਧਣਾ ਚਾਹੀਦਾ ਵੀ ਕਹਿੰਦੇ ਨਾਲ ਕਾਜ਼ ਹੋਈ ਦੀ ਮੈਜ਼ ਦੀ ਉਪਰਾ ਜਿਹੜੀ ਮੈਜ਼ ਦੀ ਉਪਰਾ ਹੈ ਮਾਸਾ ਕੰਪਲੈਸਿਵ ਪੈਨੋ ਕਾਰਿਕੋ ਕੰਪਲੈਸੋ ਵਿਕੋਲੋ ਆ 4 ਆਸੀ ਜਿਹੜੀ 4 ਆਸੀ ਨੋਨ ਪੋ ਸੁਪਰਾਰੇ ਆ 44 ਟਨ ਜਿਹੜੀ ਕਹਿੰਦੇ 4 ਆਸੀ ਜਿਹੜੀ 44 ਟਨ ਤੋਂ ਵਧਣੀ ਚਾਹੀਦੀ ਹੈ ਵੀ ਜਿਹਦੇ ਦੂਏ ਆਸੇ ਸਰਜ਼ਾਂਤੇ ਹੋਣਗੇ ਨਾ ਉਹ 40 ਟਨ ਤੋਂ ਨਹੀਂ ਵਧਣੀ ਚਾਹੀਦੀ ਠੀਕ ਹੈ ਦੂਏ ਆਸੇ ਸਰਜ਼ਾਂਤੇ ਜਿੱਥੇ ਗੱਲ ਨਾ ਹੋਵੇਗੀ ਉਹ ਉਹਦੀ ਲਿਮਟ ਵੱਧ ਜਾਏਗੀ ਉਹ 44 ਟਨ ਲਿਮਟ ਹੋ ਜਾਏਗੀ ਠੀਕ ਹੈ ਦਰੁਸ ਕਹਿੰਦੇ ਪੇ ਵੇਰ ਹੋਇਆ ਜੀ ਅੱਗੇ ਕਹਿੰਦੇ ਨੇ ਪੇ ਨੈਲ ਕਾਜ਼ ਦੀ ਮੇਜ਼ਾ ਦੇ ਉੱਪਰ ਜਿਹੜੀ ਮੈਜ਼ੋ ਦੀ ਉਪਰ ਹੁੰਦਾ ਹੈ ਲਾ ਮਾਸਾ ਕੰਪਲੈਸਿਵ ਪੈਨੋ ਕਾਰਿਕੋ ਆ ਕੰਪਲੈਸ ਵਿਕੋਲੋ ਆ 4 ਆਸੀ ਪੋ ਸੁਪਰਾ ਰਿਆ 44 ਟਨ ਕਹਿੰਦੇ 44 ਟਨ ਤੂੰ ਵੱਧ ਸਕਦੀ ਹੈ ਕਹਿੰਦੇ ਮੈਜ਼ੋ ਦੀ ਉਪਰ ਜਿਹੜੀ ਹੈ ਮਾਸਾ ਕੰਪਲੈਸਿਵ ਪੈਨੋ ਕਾਰਿਕੋ ਕੰਪਲੈਸੋ ਦੀ ਵਿਕੋਲੀ ਕੰਪਲੈਸ ਵਿਕੋਲੀ ਜਿਵੇਂ ਕਿ ਰਮੋਰਕੀ ਦੇ ਸਮੇਤ ਜਿਵੇਂ ਜਾਂ ਸਮੀ ਰਮੋਰਕੀ ਦੇ ਸਮੇਤ ਜਿਹੜੀ ਇਹ ਕਹਿੰਦੇ ਪਏ ਉਹ ਕੰਪਲੈਸ ਵਿਕੋਲੀ ਨੋਨ ਪੋ ਸੁਪਰਾਰੇ ਨਹੀਂ ਵੱਧ ਸਕਦੀ ਹੈ ਵੀ 44 ਟਨ ਤੋਂ ਮੈਦੋ ਦੀ ਉਪਰਾ ਜਿਹੜੀ ਜਿਹਦੇ ਵਿੱਚ ਸਰੋਤ ਸਰਜ਼ਾਂ 'ਤੇ ਦਰਜ ਕਰਨਾ ਹੋਵੇਗੀ ਉਹ 44 ਟਨ ਤੋਂ ਨੋਨ ਪੋ ਸੁਪਰਾਰੇ ਨਹੀਂ ਵੱਧ ਸਕਦੀ ਹੈ ਦਰੁਸ ਕਰਨ ਪੇਵੇਰ ਹੋਇਆ ਕਹਿੰਦਾ ਨਲਕਾਜ਼ੋ ਦੀ ਉਹਨਾਂ ਮੈਜ਼ੋ ਦੀ ਉਪਰਾ ਇਨ ਕੇ ਜੇ ਮੈਜ਼ੋ ਦੀ ਉਪਰਾ ਜਿਹੜੀ ਹੁੰਦੀ ਹੈ ਲਮਾਸਾ ਕੰਪਲੈਸਿਵ ਪੈਨੋ ਕਾਰਿਕੋ ਕੰਪਲੈਸ ਵਿਕੋਲੀ ਚੀਕਵੇ ਪਿਓ ਆਸੀ 5 ਤੋਂ ਵੱਧ ਆਸੀ ਜਿਹੜੀ ਹੁੰਦੀ ਹੈ ਨੋਨ ਪੋ ਸੁਪਰਾਰੇ 56 ਟਨ 56 ਟਨ ਤੋਂ ਵੱਧ ਨਹੀਂ ਸਕਦੀ ਸਾਲਵਾ ਕਾਜ਼ੀ ਪ੍ਰਤੀਗੁਲਾਰੀ ਜੇ ਕੋਈ ਸਪੈਸ਼ਲ ਕਿਸਮ ਦਾ ਕੇਸ ਨਾ ਹੋਵੇ ਤਾਂ ਠੀਕ ਹੈ ਨਾਰਮਲ 56 ਟਨ ਜੇ ਉਹ ਬੈਤਨੇਰੀ ਵਗੈਰਾ ਹੋਵੇ ਨਾ ਤਾਂ ਉਹਦੇ 54 ਹੁੰਦੇ ਗੱਲ ਬਣ ਟਨ ਠੀਕ ਹੈ ਉਹ ਜਿਹੜਾ ਸਿਮਟ ਘੋੜਨੇ ਵਾਲੀ ਹੁੰਦੀ ਹੈ ਕਹਿੰਦੇ ਵੀ ਇਹਨਾਂ ਦਾ ਕਾਜ਼ੋ ਮੇਜ਼ੋ ਦੀ ਉਪਰਾ ਲਾ ਮਾਸਾ ਕੰਪਲੈਸਿਵ ਪੈਨੋ ਕਾਰਿਕੋ ਕੰਪਲੈਸ ਵਿਕੋਲਾਰੇ ਚੀਕੋ ਪਿਆਸ ਜਿਹੜੇ 5 ਤੋਂ ਵੱਧ ਜਿਹਦੇ ਧੂਰੇ ਨੇ ਆਸੀ ਤੁਰ ਸਪਾਰਤਾ ਸਪੋਰਤਾ ਦੀ ਕਲਚੇਸਤਰੂਜ਼ਾ ਇਨ ਬੋਤੇਨ ਉਹ ਇਨ ਬੇਤੋਨੇਰਾ ਨੋਨ ਪੋ ਸੁਪਰਾਰ 54 ਟਨ ਜਿਹੜਾ ਬੇਤੋਨੇਰੀ ਹੁੰਦਾ ਕਰਚ ਸਤਰੂਜ਼ਾ ਜਿਹੜਾ ਘੁੰਮਦਾ ਰਹਿੰਦਾ ਉਹ ਤਾਂ ਸੀਮਟ ਜਿਹਾ ਘੋਲਣ ਵਾਲਾ ਉਹ ਉਹਦੇ 54 ਟਨ ਤੋਂ ਵਧਣਾ ਚਾਹੀਦਾ ਹੈ ਵੀ ਦੁਸ ਕਹਿੰਦੇ ਵੇਅਰ ਹੋਇਆ ਚੀਕੋ ਪਿਆਸ ਇਹ ਨਾਰਮਲੀ ਮੇਜ਼ੋ ਦੇ ਉੱਪਰ ਆਉਂਦੇ ਨੇ 56 ਟਨ ਜੇ ਇਹ ਹੋਵੇਗੀ ਜਿਹਦਾ ਉਹ ਉੱਤੇ ਘੁੰਮਦਾ ਰਹਿੰਦਾ ਉਹਦੇ 54 ਟਨ ਠੀਕ ਹੈ ਉਹ ਸਿਮਰ ਘੋਲਣ ਵਾਲਾ
ਦਰੁਸ ਕੈਂਪ ਵੇਅਰ ਹੋਇਆ ਵੀ ਨਰਕਾਜ਼ ਮਜ਼ਦ ਦੀ ਓਪਰਾ ਜਿਹੜਾ ਹੈ ਇਨਕੇਜ ਮਜ਼ਦ ਦੀ ਓਪਰਾ ਜਿਹੜਾ ਮਾਸਾ ਮਾਸੀਮਾ ਮੇਸਾ ਸੁਲ ਆਸੇ ਪਿਓ ਕਾਰਿਕਾ ਤੋਂ ਮੈਕਸੀਮਮ ਜਿਹੜਾ ਵਜ਼ਨ ਹੈ ਇੱਕ ਧੂਰੇ ਦੀ ਜਿਹੜੀ ਇਜਾਜ਼ਤ ਹੈ ਨੋਨ ਪੋਸੂ ਪਰਾ ਦੇ 18 ਟਨ ਕਹਿੰਦੇ 18 ਟਨ ਤੋਂ ਵਧਣਾ ਚਾਹੀਦਾ 18 ਟਨ ਤੋਂ ਵਧਣਾ ਚਾਹੀਦਾ ਨਹੀਂ 13 ਜੀ 20 ਟਨ 20 ਟਨ ਕਹਿੰਦੇ ਨੇ ਕਾਜ਼ੋ ਕੀ ਮੇਜ਼ ਦੀ ਓਪਰਾ ਲਮਾਸਾ ਮਾਸੀਮਾ ਮੇਸੋ ਸੁਲ ਆਸੇ ਪਿਓ ਕਾਰਿਕਾ ਤੋਂ ਨੋਨ ਪੋ ਸੁਪਰੀਓਰ 18 ਟਨ ਇੱਕ ਧੂਰੇ ਦੇ ਉੱਤੇ 13 ਹੁੰਦਾ ਤੇ ਦੋ ਦੇ ਉੱਤੇ 20 ਹੁੰਦਾ ਇਸ ਕਰਕੇ ਫਾਲਸ ਹੋਇਆ ਕਹਿੰਦੇ ਵੀ ਨਿਲਾਕਾਜ਼ੋ ਇਹਦੀ ਉਹਨਾਂ ਮੇਜ਼ੋ ਦੀ ਓਪਰਾ ਜਿਹੜੀ ਇਨਕੇਜ ਮੇਜ਼ੋ ਦੀ ਓਪਰਾ ਹੁੰਦੇ ਮਾਸਾ ਕੰਪਲੈਸਿਵ ਆਪੇ ਨੂੰ ਕਾਰੀ ਕੋ ਜਿਹੜਾ ਹੈ ਜਿਹਨਾਂ ਵਿਕੋਲੀ ਜ਼ਲਾ ਅਤੇ ਦੂਏ ਆਸੀ ਦੋ ਆਸੀ ਗੱਡੀ ਨੋਨ ਪੋਸੂ ਪਰਾ ਰਹੇ 24 ਤੋਂ ਲਾਤੇ 24 ਤੋਂ ਲਾਤੇ 24 ਟਨ ਤੋਂ ਵਧਣਾ ਚਾਹੀਦਾ ਵੀ ਜਿਹੜੀ ਦੂਏ ਆਸੀ ਹੋਵੇਗੀ ਉਹ 20 ਟਨ ਤੋਂ ਹੀ ਵਧਣਾ ਚਾਹੀਦਾ ਇਸ ਕਰਕੇ ਗਲਤ ਕਰਨੀ ਫਾਲਸ ਹੋਇਆ ਹੁਣ ਤੁਹਾਨੂੰ ਦੱਸ ਰਹੇ ਸੀ ਨਿਲਾਕਾਜ਼ੋ ਦੀ ਮੇਜ਼ੋ ਦੀ ਓਪਰਾ ਮਾਸਾ ਕੰਪਲੈਸਿਵ ਆਪੇ ਨੂੰ ਕਾਰੀ ਕੋ ਆ ਜਿਹਨਾਂ ਵਿਕੋਲੀ ਜ਼ਲਾ ਅਤੇ 83 ਜਿਹੜੀ 83 ਗੱਡੀ ਹੈ ਨੋਨ ਪੋਸੂ ਪਰਾ ਰਿਹਾ 40 ਟਨ ਕਹਿੰਦੇ 40 ਟਨ ਤੋਂ ਵਧਣਾ ਚਾਹੀਦਾ ਗਲਤ ਕਰਨ ਵੀ ਫਾਲਸ ਹੋਇਆ 40 ਟਨ ਦੇ ਵਿੱਚ ਕੋਈ ਚੱਕਰ ਨਹੀਂ ਹੈ ਵੀ ਨਿਲਾਕਾਜ਼ੋ ਦੀ ਮੇਜ਼ੋ ਦੀ ਓਪਰਾ ਇਨਕੇਜ ਮੇਜ਼ੋ ਦੀ ਓਪਰਾ ਜਿਹੜੀ ਹੁੰਦੀ ਹੈ ਮਾਸਾ ਕੰਪਲੈਸਿਵ ਆਪੇ ਨੂੰ ਕਾਰੀ ਕੋ ਹੈ ਜਿਹਨਾਂ ਵਿਕੋਲੀ ਜ਼ਲਾ ਅਤੇ 4 ਪਿਓ ਆਸੀ ਜਿਹੜੀ 4 ਜਾਂ 4 ਤੋਂ ਵੱਧ ਆਸੀ ਹੁੰਦੇ ਨੇ ਕੌਣ ਦੂਏ ਆਸੇ ਅੰਤਰੀਓ ਦ੍ਰਿਸ਼ ਨਾਲ ਜਾਂ ਫਿਰ ਔਰ ਜਿਹੜੇ ਅਗਲੇ ਦੋ ਆਸੇ ਹੁੰਦੇ ਨੇ ਡਾਇਰੈਕਸ਼ਨ ਦੱਸਣ ਵਾਲੇ ਨੋਨ ਪੋਸੂ ਪਰਾ ਰਹੇ ਚਿਕੁਆਂ ਤਾਂ ਉਹਨੇ ਲਾ ਦੇ 50 ਟਨ ਤੋਂ ਵਧਣਾ ਚਾਹੀਦਾ ਹੈ ਵੀ ਗਲਤ ਕਹਿੰਦੇ ਵੀ 50 ਟਨ ਦੀ ਲਿਮਿਟ ਨਹੀਂ ਹੁੰਦੀ ਹੈ ਵੀ ਦੀ ਠੀਕ ਹੈ ਕਹਿੰਦੇ ਮਾਸਾ ਕੰਪਲੈਸ ਵੀ ਆਪਣੇ ਕਾਰੀ ਕੋ ਵਿਕੋਲੀ ਇਜ਼ੋਲਾਤ ਵਿਕੋਲੀ ਇਜ਼ੋਲਾਤ ਜਿਹੜੀ ਹੋਵੇਗੀ ਨਾ ਉਹਦੇ ਹੋਣਗੇ 40 ਟਨ ਮੈਕਸੀਮਮ ਠੀਕ ਹੈ ਇਹ 50 ਕਹਿੰਦੇ ਨੇ ਵੀ ਠੀਕ ਹੈ ਕਹਿੰਦੇ ਪਿਓ ਪਿਓ ਆਸੀ ਕੌਣ ਦੂਏ ਆਸੀ ਅੰਤਰੀਓ ਦਰਸ਼ਨ ਵਾਲੇ ਅਗਲੇ ਦੋ ਡਾਇਰੈਕਸ਼ਨ ਦੱਸਣ ਵਾਲੇ ਬਿਲਕੁਲ ਇਜ਼ਲਾਤ ਜਿਹੜੀ ਹੋਵੇਗੀ ਉਹਦੇ ਕਿੰਨੇ ਹੋਣਗੇ 40 ਉਹਦੇ 50 ਨਹੀਂ ਹੋਣਗੇ ਵੀ ਠੀਕ ਹੈ ਅਦਰਾ ਮਾਸਾ ਕੰਪਲੈਸਿਵ ਅਲੋਰਾ ਇਨ ਕਨਾਡਾ ਕਾਜ਼ ਉਹਦੀ ਮੈਂ ਤੁਸੀਂ ਅਪਰਾਧ ਆ ਮਾਸਾ ਕੰਪਲੈਸਿਵ ਆਪਣੇ ਨੂੰ ਕਾਰੀ ਕੋ ਆ ਕੰਪਲੈਸਿਵ ਕੋਲ ਆ ਰਿਹਾ 84 ਨੋਨ ਪੋਸੂ ਪਰ ਆ ਰਹੇ 54 ਟਨ ਕਹਿੰਦੇ 84 ਦੇ 54 ਟਨ ਨਹੀਂ ਵਧਣੇ ਚਾਹੀਦੇ ਦੇਖੋ ਇਹਦੇ 44 ਟਨ ਹੁੰਦੇ ਨੇ 54 ਟਨ ਨਹੀਂ ਹੁੰਦੇ ਹੈ ਵੀ ਇਸ ਕਰਕੇ ਗਲਤ ਕਹਿੰਦੇ ਫਾਲਸ ਹੋਇਆ ਇਹ ਵਿਕੋਲੀ ਜ਼ਲਾਤ ਹੀ ਨਹੀਂ ਹੈ ਨਾ ਇਹਦੇ 40 ਟਨ ਜਿਹੜੇ ਕਿ ਉਹ ਜ਼ਕਰ ਹੁੰਦਾ ਨਾ ਆ ਦੂਏ ਆਸੇ ਅੰਤਰੀਓ ਰਿਸ਼ਤੇ ਤਰਜਾਨ ਅਤੇ ਇਹ ਉਹ ਨਹੀਂ ਹੈ ਇਸ ਕਰਕੇ ਇਹਦੇ 44 ਟਨ 54 ਨਹੀਂ ਫਾਲਸ ਹੋਇਆ ਕਹਿੰਦੇ ਨਿਲਾਕਾਜ਼ੋ ਦੀ ਮੈਜ਼ੋ ਦੀ ਉਪਰ ਇਨਕੇਜ ਮੈਜ਼ੋ ਦੀ ਉਪਰ ਹੁੰਦਾ ਹੈ ਲਮਾਸਾ ਕੰਪਲੈਸਿਵ ਆਪੇ ਨੂੰ ਕਾਰੀ ਕੋ ਆ ਕੰਪਲੈਸ ਵਿਕੋਲ ਹੋ ਅਚੀਕ ਉਹ ਪਿਊ ਆਸੀ ਜਿਹਦੇ 5 ਤੋਂ ਵੱਧ ਦੂਰ ਰਹਿੰਦੇ ਸੁਪਰਾਰੇ ਅਤੇ ਲੇ 66 ਤੋਂ ਲਾ ਅਤੇ ਸਾਲਵਾ ਕਾਜ਼ੀ ਪ੍ਰਤੀਗਲਾਰੀ ਔਰ ਸਪੈਸ਼ਲ ਜੇ ਕੋਈ ਸਿਗਨਲ ਨਾ 66 ਦਾ ਕਿਸੇ ਦਾ ਵੀ ਨਹੀਂ ਅਸੀਂ ਪੜ੍ਹਿਆ ਗਲਤ ਕਰਨ ਪੇ ਫਾਲਸ ਹੋਇਆ ਠੀਕ ਹੈ ਫਿਫਟੀ ਸਿਕਸ ਤੋਂ ਉੱਤੇ ਨਹੀਂ ਹੋਣੀ ਚਾਹੀਦਾ ਜਿਹੜੀ 54 ਹੁੰਦੀ ਹੈ ਨਾ ਉਹ ਜਿਹੜਾ ਹੁੰਦਾ ਬੱਚੇ ਨੇਰਾ ਜਿਹੜਾ ਉੱਤੇ ਘੁੰਮਣ ਵਾਲਾ ਸੀਮਿੰਟ ਘੋਲਣ ਵਾਲਾ ਹੁੰਦਾ ਉਹਦੇ ਲਈ 54 ਠੀਕ ਹੈ ਕਹਿੰਦੇ ਨਿਲਾਕਾਜ਼ੋ ਦੀ ਮੇਜ਼ੋ ਦੀ ਓਪਰਾ ਲਮਾਸਾ ਕੰਪਲੈਸਿਵ ਆਪੇ ਨੂੰ ਕਾਰੀ ਕੋ ਕੰਪਲੈਸਿਵ ਵਿਕੋਲ ਆ ਵਿਕੋਲ ਅੱਚੀ ਕਿਉਂ ਪਿਓ ਆਸੀ ਜਿਹੜਾ 5 ਤੋਂ ਵੱਧ ਆਸੀ ਹੋਣ ਟਰਾਂਸਪੋਰਟ ਤੋਂ ਕਲਚੇਸ ਤਰੂਜ਼ੋ ਇਨ ਬਚੀਨੇਰਾ ਕਲ ਜਿਹੜਾ ਕਿ ਉੱਥੇ ਘੁੰਮਣ ਵਾਲਾ ਸਿਮਰ ਘੋਲਣ ਵਾਲਾ ਲੈ ਕੇ ਜਾਂਦੇ ਨੇ ਨੋਨ ਪੋਸੂ ਪਰ ਆ ਰਹੇ 64 ਟਨ ਫਾਲਸ ਹੋ ਗਿਆ 54 ਟਨ ਹੁੰਦੇ ਨੇ 64 ਨਹੀਂ ਹੁੰਦੇ ਆ ਵੀ ਠੀਕ ਹੈ ਅੱਗੇ ਕਹਿੰਦੇ ਨੇ ਪੇ ਟਰਾਂਸਪੋਰਟ ਦੇ ਚਸ਼ਨ ਵਾਲੇ ਜੇ ਤੁਸੀਂ ਟਰਾਂਸਪੋਰਟ ਕਰਦੇ ਹੋ ਚਸ਼ਨ ਵਾਲੇ ਬਿਲਕੁਲ ਹੀ ਚਸ਼ਨ ਵਾਲੇ ਹੁੰਦੀਆਂ ਜੇ ਤੁਸੀਂ ਹੋਰ ਟਰਾਂਸਪੋਰਟ ਕਰਦੇ ਹੋ ਉਹਨਾਂ ਟਰਾਂਸਪੋਰਟ ਤਾਂ ਵਿਆਹ ਨਹੀਂ ਤਾਂ ਫਿਨੀ ਤਾਂ ਕੰਡੀਸ਼ਨ ਦੀ ਚਸ਼ਨ ਵਾਲੇ ਇਹ ਟਰਾਂਸਪੋਰਟ ਕਰਨਾ ਚਸ਼ਨ ਵਾਲੇ ਕਲਾਏਗਾ ਕੁਆਂਦੋ ਇਲ ਸੂਏ ਕਾਰੀ ਕੋ ਜਿਸ ਟਾਈਮ ਉਹਦਾ ਕਾਰੀ ਕੋ ਜਿਹੜਾ ਹੈ ਚਸ਼ਨ ਵਾਲੇ ਦੀ ਤਾਰੀਫ ਪਤਾ ਨਾ ਤੁਹਾਨੂੰ ਜਿਵੇਂ ਕਿ ਜਿਹੜੀ ਗੱਡੀ ਆਪਣੀ ਲਿਮਿਟ ਤੋਂ ਵੱਧ ਜਾਂਦੀ ਹੈ ਉਚਾਈ ਵਿੱਚ ਲਿਮਿਟ ਜਿਹੜੀ ਹੈ 4 ਮੀਟਰ ਤੋਂ ਵੱਧ ਜਾਏ ਪਿੱਛੇ ਲਟਕੇ 30% ਹੁੰਦਾ ਹੈ 43% ਤੋਂ 30% ਤੋਂ ਪਿੱਛੇ ਲਟਕ ਜਾਏ ਜ਼ਿਆਦਾ ਸਮਾਨ ਸੱਜੇ ਖੱਬੇ 30 ਸੈਂਟੀਮੀਟਰ ਹੁੰਦਾ ਲੂਚੇ ਪੋਜੀਸ਼ਨ ਲਾ ਕੇ ਲੈ ਕੇ ਸੱਜੇ ਖੱਬੇ 30 ਸੈਂਟੀਮੀਟਰ ਤੋਂ ਵੱਧ ਹੋ ਜਾਏ ਅਗਲੀ ਸਾਈਡ ਤਾਂ ਜਮ੍ਹਾਂ ਹੀ ਵਧਾ ਨਹੀਂ ਸਕਦੇ ਅਗਲੀ ਸਾਈਡ ਤਾਂ ਜੇ ਥੋੜ੍ਹਾ ਜਿਹਾ ਨਵੇਂ ਵੱਧ ਜਾਏ ਰਵਿਕਲੀ ਚਸ਼ਨ ਵਾਲੇ ਹੋ ਜਾਏਗੀ ਔਰ ਗੱਡੀ ਨੂੰ ਇੱਕ ਹੋਰ ਹਿਸਾਬ ਤਾਂ ਬਣਦਾ ਜੇ ਗੱਡੀ ਦੀ ਲਿਮਿਟ ਹੋਵੇ 2 ਟਨ ਦੀ ਵਜ਼ਨ ਚੱਕਣ ਦੀ ਉਹਦੇ 3 ਟਨ ਲਾ ਦੋਗੇ ਤਾਂ ਵਿਕੋਲੀ ਚਸ਼ਨ ਵਾਲੇ ਕਲਾਏਗੀ ਠੀਕ ਹੈ ਔਰ ਇਹਦੇ ਲਈ ਜੇ ਵਿਕੋਲੀ ਚਸ਼ਨ ਵਾਲੇ ਟਰਾਂਸਪੋਰਟ ਕਰਦੇ ਹੋ ਇਹਦੇ ਲਈ ਕਈ ਵਾਰੀ ਉਹ ਸਕੋਰ ਤਾਂ ਹੁੰਦਾ ਇੱਕ ਮੱਧ ਵਾਲੀ ਗੱਡੀ ਹੁੰਦੀ ਉਹਦੇ ਨਾਲ ਰੱਖਣਾ ਹੁੰਦਾ ਲਾਈਟਾਂ ਲੂਟਾਂ ਲਾ ਕੇ ਕਰਕੇ ਸਪੁਰਜੈਂਤੇ ਵਾਲੀ ਗਰਬਿੰਨਲ ਹੁੰਦੀ ਹੈ ਨਾਲ ਠੀਕ ਹੈ ਅਤੇ ਉਹ ਯੈਲੋ ਲਾਈਟ ਜਿਹੜੀ ਬਲਦੀ ਹੋਈ ਨਾਲ ਲਾਉਣੀ ਚਾਹੀਦੀ ਹੈ ਠੀਕ ਹੈ ਆਤਰਾਸ਼ੀਓ ਨੇ ਲੈਣੀ ਹੁੰਦੀ ਹੈ ਇਹਦੀ ਬਕਾਇਦਾ ਬਰਾਵੋ
ਠੀਕ ਹੈ, ਔਰ ਅਲਟਰੇਸ਼ਨ ਇਹਦੀ ਡਿਪੈਂਡ ਕਰਦਾ ਵੀ ਤੁਸੀਂ ਇੱਕ ਚੱਕਰ ਲਾਉਣਾ, ਇੱਕ ਇਕੱਲੇ ਸਿੰਗਲ ਚੱਕਰ ਦੀ ਵੀ ਮਿਲੇਗੀ, ਤੁਹਾਨੂੰ ਇੱਕ ਮਹੀਨੇ ਦੀ ਮਿਲ ਸਕਦੀ ਹੈ, ਇੱਕ ਸਾਲ ਦੀ ਮਿਲ ਸਕਦੀ ਹੈ, ਜਿੰਨੇ ਤੁਹਾਨੂੰ ਚੱਕਰ, ਇੱਕ ਟਾਈਮ ਪੀਰੀਅਡ ਦੀ ਮਿਲ ਸਕਦੀ ਹੈ, ਇੱਕ ਆਖੋ ਕਿ ਮੈਂ 10 ਚੱਕਰ ਲਾਉਣੇ, 10 ਚੱਕਰਾਂ ਦੀ ਵੀ ਅਲਟਰੇਸ਼ਨ ਮਿਲ ਸਕਦੀ ਹੈ, ਠੀਕ ਹੈ, ਉਹਦੇ ਹਿਸਾਬ ਨਾਲ ਤੁਸੀਂ ਲੈਣੀ ਹੋਵੇਗੀ। ਵਿਕੋਲੀਜੇਸ਼ਨ ਨਾਲ ਜਿਹੜੇ ਹੁੰਦੇ ਨਾ ਐਮਐਸਓ ਦੀ ਉੱਪਰ ਵਗੈਰਾ ਜਿਹੜੀਆਂ ਨਾਲੇ, ਇਹਨਾਂ ਦੇ ਟੈਕਸ ਵਗੈਰਾ ਜ਼ਿਆਦਾ ਹੁੰਦੇ ਨੇ, 800 ਦੇ ਵਗੈਰਾ ਜੇਟਰਨ ਅਤੇ ਟੂਲ ਪੈਕਸ ਵੀ ਜ਼ਿਆਦਾ ਹੁੰਦਾ ਹੈ ਗੱਲਬਾਤ। ਕਹਿੰਦੇ ਉਹਨਾਂ ਟਰਾਂਸਪੋਰਟ ਤਾਂ ਦਿਵੇ ਨਹੀਂ ਦਫੀ ਨੇ ਤੇ ਇਨ ਕੰਡੀਸ਼ਨ ਚਸ਼ਨ ਵਾਲੇ, ਇਹ ਟਰਾਂਸਪੋਰਟ ਜਿਹੜਾ ਕਰਨਾ ਹੈ ਚਸ਼ਨ ਵਾਲੇ ਹੋਵੇਗਾ, ਕੁਆਂਦਲ ਸੂਏ ਕਾਰਿਕੋ ਜਿਸਟਮ ਦਾ ਕਾਰਿਕੋ ਹੈ ਮਨੋਨ ਇਲ ਸੂਏ ਸੇ ਇਲ ਵਿਕੋਲੀ ਇਨ ਸੇ, ਲੇਕਿਨ ਗੱਡੀ ਨਹੀਂ ਜੇ ਉਹਦਾ ਕਾਰਿਕੋ ਸਿਰਫ ਸੁਪਰਾ ਲਿਮਿਟਿਡ ਸਗੋਮਾ ਔਰ ਦਿਨਾਰ ਮਿਹਨਤ ਪ੍ਰਵੇਸ਼ ਦਰਗੋ ਜਿਸ ਤਰ੍ਹਾਂ ਦਾ, ਕਹਿੰਦਾ ਆਰਡਨਰੀ ਜਿਹੜੇ ਲਾਗੂ ਹੁੰਦਾ ਰੋਡ ਦੇ ਕਾਨੂੰਨ ਦੇ ਤਹਿਤ ਉਹਦੇ ਤੋਂ ਜੇ ਤੁਸੀਂ ਲਿਮਿਟ ਤੋਂ ਵਧਾਉਂਦੇ ਹੋ ਚੀਜ਼ ਤਾਂ ਉਹ ਗੱਡੀ ਹੋਵੇਗੀ ਚਸ਼ਨ ਵਾਲੀ ਕਲਾਇਜਗੀ ਫਿਰ ਹੋਇਆ। ਕਹਿੰਦਾ ਟਰਾਂਸਪੋਰਟ ਵੀ ਨਹੀਂ ਦਿਫੀ ਨਹੀਂ ਤਾਂ ਉਹਨਾਂ ਕੰਡੀਸ਼ਨ ਦੀ ਚਸ਼ਨ ਵਾਲੀ ਤਾਂ ਟਰਾਂਸਪੋਰਟ ਜਿਹੜਾ ਤੁਸੀਂ ਕਰਦੇ ਹੋ ਚਸ਼ਨ ਵਾਲੇ ਕਲਾਏਗਾ ਕੁਆਂਦੋ ਇਲ ਸੂਏ ਕਾਰਿਕੋ ਜਿਸਟਮ ਤੁਹਾਡਾ ਉਹਦਾ ਕਾਰਿਕੋ ਜਿਹੜਾ ਹੈ ਲਿਮਿਤੀ ਦੀ ਸਗੋਮਾ ਜਿਹੜਾ ਲਿਮਿਟ ਹੈ ਉਹਦੇ ਸਗੋਮੇ ਦੀ ਯਾਨੀ ਕਿ ਉਹਦਾ ਫੈਲਾਓ ਵਗੈਰਾ ਜੋ ਵੀ ਹੈ ਉਹਦਾ ਉਹਦੀ ਮਾਸਾ ਔਰ ਦਿਨਾਰੀ ਉਹ ਪ੍ਰਵੇਸ਼ ਦੀ ਦਰਕੋ ਜਿਸ ਤਰ੍ਹਾਂ ਦਾ, ਕਹਿੰਦੇ ਜੇ ਸੁਪਰ ਉੱਪਰ ਕਰਦਾ ਲਿਮਿਟ ਜਿਹੜਾ ਆਰਡਨਰੀ ਲਿਮਿਟ ਹੁੰਦੀ ਹੈ ਨਾ ਰੋਡ ਦੇ ਕਾਨੂੰਨ ਦੇ ਤਹਿਤ ਉਹਦੇ ਤੋਂ ਵੱਧ ਜਦ ਤੁਸੀਂ ਕਰੋਗੇ ਤਾਂ ਵਿਕੋਲੀ ਚਸ਼ਨ ਵਾਲੇ ਕਲਾਏਗੀ ਦੁਰਸਖ ਬਿਵੇਰ ਹੋਇਆ ਵੀ। ਟਰਾਂਸਪੋਰਟ ਵੀ ਨਹੀਂ ਨੋਰਮਾ ਡਿਫੀਨੇਟਿਵ ਕੰਡੀਸ਼ਨ ਹੈ ਚਸ਼ਨ ਵਾਲੇ, ਕਹਿੰਦੇ ਕਾਨੂੰਨ ਦੇ ਤਹਿਤ ਟਰਾਂਸਪੋਰਟ ਕਰਨਾ ਚਸ਼ਨ ਵਾਲੇ ਹੋ ਜਾਏਗਾ ਕੁਆਂਦ ਜਿਸ ਟਾਈਮ ਇਲ ਕਾਰਿਕੋ ਇਨਡਿਵੀਜੀਵਲ ਹੈ ਜਿਸ ਟਾਈਮ ਕਾਰਿਕੋ ਜਿਹੜਾ ਤਕਸੀਮ ਨਹੀਂ ਹੋ ਸਕਦਾ ਹੈ ਵੀ ਸਪੋਰਗੇ ਅੰਤਰੀਓਰੇ ਆਲਤਰਿਆ ਸਗੋਮਾ, ਜਿਹੜਾ ਅਗਲੀ ਸਾਈਡ 'ਤੇ ਵੱਧਦਾ ਨਾ ਸਮਾਨ ਗੱਡੀ ਦੇ ਢਾਂਚੇ ਤੋਂ ਬਾਹਰ ਤਾਂ ਫਿਰ ਗੱਡੀ ਚਸ਼ਨ ਵਾਲੇ ਹੋ ਜਾਏਗੀ ਦੁਰਸਖ ਬਿਵੇਰ ਹੋਇਆ ਵੀ। ਕਹਿੰਦੇ ਟਰਾਂਸਪੋਰਟ ਵੀ ਦਫੀਨੀ ਤੋਂ ਕੰਡੀਸ਼ਨ ਚਸ਼ਨ ਵਾਲੀ, 94 ਕੁਸ਼ਚਨ ਟਰਾਂਸਪੋਰਟ ਕਰਨਾ ਚਸ਼ਨ ਵਾਲੇ ਹੋ ਜਾਏਗਾ ਕੁਆਂਦ ਅਧਿਕਾਰੀ ਕੋਲ ਇਨਡਿਵੀਜੀਬਲ ਹੈ ਜਿਸ ਟਾਈਮ ਕਾਰਿਕੋ ਡਿਵਾਈਡ ਤਕਸੀਮ ਨਹੀਂ ਹੋ ਸਕਦਾ ਹੈ ਵੀ ਸਪੋਰਟ ਜੇ ਪੋਸਟੀਰੀਅਰ ਮਿਹਨਤ ਆ 3/10 ਦਾ ਲੂੰਗੇ ਦਲ ਵਿਕੋਲੀ, ਗੱਡੀ ਦੀ ਲੰਬਾਈ ਦੇ ਹਿਸਾਬ ਨਾਲ ਜੇ 3/10 ਪਿੱਛੇ ਲਟਕਿਆ ਹੋਇਆ ਦੁਰਸਖ ਬਿਵੇਰ ਹੋਇਆ, 3/10 ਤੋਂ ਸੁਪਰੀਅਰ ਸੁਪਰ ਉੱਪਰ ਯਾਨੀ ਕਿ ਸਪੁਰਜੇ ਹੋਇਆ ਹੋਇਆ ਹੈ ਤਾਂ ਕਾਰਿਕੋ ਚਸ਼ਨ ਵਾਲੇ ਹੋ ਜਾਏਗਾ, ਠੀਕ ਹੈ, ਅਲਤਰੇ ਹੋ ਜਾਏਗਾ ਨਾ 3/10 ਅਲਤਰੇ ਵੱਧ ਹੁੰਦਾ ਹੈ, ਠੀਕ ਹੈ 3/10 ਤਾਂ ਅਲਾਓ ਹੁੰਦਾ ਕਾਨੂੰਨ ਦੇ ਪਿੱਛੇ ਲਟਕਾ ਸਕਦੇ ਹੋ, 3/10 ਤੋਂ ਵੱਧ ਹੋ ਜਾਏ ਚਸ਼ਨ ਵਾਲੇ ਹੋ ਜਾਏਗੀ ਵੇਰੋ। ਕਹਿੰਦੇ ਉਹਨਾਂ ਟਰਾਂਸਪੋਰਟ ਵੀ ਨਹੀਂ ਦੇਫੀਨੀ ਤੋਂ ਇਨ ਕੰਡੀਸ਼ਨ ਦੀ ਚਸ਼ਨ ਵਾਲੀ ਤਾਂ ਕਹਿੰਦੇ ਕਾਰਿਕੋ ਚਸ਼ਨ ਵਾਲੇ ਕਿਹਾ ਜਾਏਗਾ ਨੂੰ ਸੇ ਇਲ ਮੇਜ਼ੋ ਦੀ ਓਪਰਾ ਕਿ ਲੋ ਐਫੀਤੂਆ ਅਚੇ ਦੇ ਇਲਮੀਤੀ ਦੀ ਮਾਸਾ ਰਲੀਤੀਵੋ ਅਰਸੂਏ ਕੈਟੇਗਰੀਆ, ਕਹਿੰਦੇ ਜੇ ਉਹ ਆਪਣੀ ਕੈਟੇਗਰੀ ਦੀ ਲਿਮਿਟ ਤੋਂ ਅਚੇਦਰੇ ਕਰਦੀ ਨਾ ਵੱਧਦੀ ਹੈ ਲਿਮਿਟ ਤੋਂ ਉਹ ਗੱਡੀ ਮਿਦ ਦੀ ਉਪਰਾ ਚਸ਼ਨਾ ਲਈ ਤਾਂ ਕਲਾਏਗੀ ਦੁਰਸਖ ਬਿਵੇਰ ਹੋਇਆ ਵੀ। ਕਹਿੰਦੇ ਉਹ ਟਰਾਂਸਪੋਰਟ ਤੋਂ ਵਿਆਹ ਨਹੀਂ ਦਫੀਨੀ ਤੋਂ ਚਸ਼ਨਾ ਲਈ ਕੰਡੀਸ਼ਨ ਦੀ ਚਸ਼ਨਾ ਲਈ ਤਾਂ ਕਹਿੰਦੇ ਨੇ ਕੰਡੀਸ਼ਨ ਦੇ ਵਿਕੋਲੀ ਕੰਡੀਸ਼ਨ ਚਸ਼ਨਾ ਲਈ ਤਾਂ ਵਿੱਚ ਆਏਗੀ ਗੱਡੀ ਕਲਾਏਗੀ ਡੈਫੀਨੇਸ਼ਨ ਵੀਵਿਊ ਦੀ ਕੁਆਂਦੋ ਵਾਲੀ ਵਿਕੋਲੀ ਟਰਾਂਸਪੋਰਟ ਆ ਮੈਰਚੀ ਪੈਰੀਕਲੋਜ਼ੋ ਰਾਦੀਓਤੀ ਵੀ, ਕਹਿੰਦੇ ਜਿਸ ਤਰ੍ਹਾਂ ਤੁਸੀਂ ਖਤਰਨਾਕ ਅੱਗ ਲੱਗਣ ਵਾਲਾ ਮਟੀਰੀਅਲ ਲੈ ਕੇ ਜਾਂਦੇ ਹੋ ਪਏ ਅਤੇ ਕਹਿੰਦੇ ਪਏ ਇਹ ਚਸ਼ਨ ਵਾਲੇ ਕਲਾਏਗਾ, ਗਲਤ ਕਹਿੰਦੇ ਪਏ ਫਾਲਸ ਹੋਇਆ ਚਸ਼ਨ ਵਾਲੇ ਇਸ ਤਰ੍ਹਾਂ ਨਹੀਂ ਕਲਾਉਂਦਾ ਹੈ ਵੀ ਉਹ ਮਿਤਰੀਆ ਦੇ ਪੈਰੀਕਲੋਜ਼ੋ ਕਲਾਏਗਾ ਚਸ਼ਨ ਵਾਲੇ ਨਹੀਂ ਕਲਾਏਗਾ, ਠੀਕ ਹੈ ਇਸ ਕਰਕੇ ਫਾਲਸੋ। ਕਹਿੰਦੇ ਟਰਾਂਸਪੋਰਟ ਦੀ ਕੰਡੀਸ਼ਨ ਚਸ਼ਨ ਵਾਲੀ ਤਾਂ ਟਰਾਂਸਪੋਰਟ ਕਰਨਾ ਕੰਡੀਸ਼ਨ ਚਸ਼ਨ ਵਾਲੀ ਤਾਂ ਦੇਵਾਂ ਨੂੰ ਐਸਰ ਸਹੂਲਤ ਦੀ 16 ਨਾਲ ਦੀ ਉਰ ਨੇ ਸਿਰਫ ਦਿਨ ਦੇ ਟਾਈਮ 'ਤੇ ਕਰ ਸਕਦੇ ਤੁਸੀਂ, ਗਲਤ ਕਹਿੰਦੇ ਵੀ ਫਾਲਸ ਹੋਇਆ ਇਹਦੀ ਕੋਈ ਦਿਨ ਰਾਤ ਦੀ ਲਿਮਿਟ ਅਸੀਂ ਕਿਤੇ ਵੀ ਨਹੀਂ ਪੜ੍ਹੀ ਹੋਈ ਪਹਿਲੇ ਵੀ, ਠੀਕ ਹੈ ਇਸ ਕਰਕੇ ਫਾਲਸ ਹੋਇਆ। ਰਾਤ ਨੂੰ ਕਿਉਂਕਿ ਟ੍ਰੈਫਿਕ ਘੱਟ ਹੁੰਦੀ ਹੈ ਨਾ ਇਸ ਕਰਕੇ ਰਾਤ ਨੂੰ ਕਰਦੇ ਨੇ, ਇਸ ਕਰਕੇ ਇਹ ਗਲਤ ਕਹਿੰਦੇ ਨੇ ਫਾਲਸ ਹੋਇਆ, ਨਹੀਂ ਦਿਨੇ ਵੀ ਹੁੰਦੀ ਹੈ ਰਾਤ ਨੂੰ ਵੀ ਹੋ ਸਕਦੀ ਹੈ ਲੇਕਿਨ ਇਸ ਕਰਕੇ ਫਾਲਸ ਹੋਇਆ, ਇਹਨਾਂ ਦਾ ਮਤਲਬ ਹੈ ਦਿਨਾਂ ਹੁੰਦੀ ਨਹੀਂ ਹੈ ਯਾਨੀ ਕਿ ਰਾਤ ਨੂੰ ਹੁੰਦੀ ਨਹੀਂ ਕਿ ਦਿਨਾਂ ਨੂੰ ਕੀ ਕਹਿੰਦੇ ਨੇ, ਕਹਿੰਦੇ ਸਿਰਫ ਦਿਨਾਂ ਹੋ ਯਾਨੀ ਕਿ ਰਾਤ ਨੂੰ ਹੁੰਦੀ ਨਹੀਂ ਹੈ, ਗਲਤ ਕਹਿੰਦੇ ਵੀ ਰਾਤ ਨੂੰ ਵੀ ਹੋ ਸਕਦੀ ਹੈ, ਠੀਕ ਹੈ ਇਸ ਕਰਕੇ ਫਾਲਸ ਹੋ। ਕਹਿੰਦੇ ਉਹ ਟਰਾਂਸਪੋਰਟ ਵੀ ਨਹੀਂ ਦੇਫੀਨੀ ਤੋ ਕੰਡੀਸ਼ਨ ਹੈ ਚਸ਼ਨ ਵਾਲੀ ਤਾਂ ਕਹਿੰਦੇ ਕਹਿੰਦੇ ਇਹ ਡੈਫੀਨੇਸ਼ਨ ਹੋਵੇਗੀ ਚਸ਼ਨ ਵਾਲੀ ਤਾਂ ਕਰਾਏਗੀ ਕੁਆਂਦੋ ਲਈ ਤਿਪ ਦੀ ਮਾਰਚਿਆ ਟਰਾਂਸਪੋਰਟ ਦਾ ਜਿਸ ਟਾਈਮ ਜਿਸ ਟਾਈਪ ਦਾ ਤੁਸੀਂ ਸਮਾਨ ਟਰਾਂਸਪੋਰਟ ਕਰਦੇ ਪਏ ਦੀ ਵਰਸਾ ਅਕਵਾਲ ਇੰਡੀਕਾ ਤਾਂ ਸੁਰ ਕਰਦਾ ਚੁਕਸ਼ਨ ਹੈ, ਕਹਿੰਦੇ ਡਿਫਰੈਂਟ ਹੋਵੇ ਜਿਹੜਾ ਕਰਦਾ ਚੁਕਸ਼ਨ ਇੰਡੀਕੇਟ ਕੀਤਾ ਜਾਂਦਾ
ਦੇਖੋ ਕਾਰਨਰ ਦੇ ਚਿਰਕਸ਼ ਨੂੰ ਤਾਂ ਇੰਡੀਕੇਟ ਨਹੀਂ ਕੀਤਾ ਜਾਂਦਾ ਹੈ ਵੀ ਤੁਸੀਂ ਦੁਆਣੇ ਲੈ ਕੇ ਜਾ ਰਹੇ ਹੋ ਕਿ ਸੇਬ ਲੈ ਕੇ ਜਾ ਰਹੇ ਹੋ, ਠੀਕ ਹੈ, ਇਸ ਕਰਕੇ ਗਲਤ ਕਹਿੰਦੇ ਪਏ, ਫਾਲਸ ਹੋਇਆ। ਕਹਿੰਦੇ ਨੇ ਪਏ ਕਾਰਨਰ ਦੇ ਚਿਰਕਸ਼ ਲਿਖਿਆ ਨਹੀਂ ਹੁੰਦਾ ਤੁਸੀਂ ਕਿਹੜਾ ਟਰਾਂਸਪੋਰਟ ਕਰਦੇ ਹੋ ਚੀਜ਼, ਠੀਕ ਹੈ, ਇਸ ਕਰਕੇ ਫਾਲਸ ਹੋ। ਕਹਿੰਦੇ ਟਰਾਂਸਪੋਰਟ ਤੋਂ ਵਿਆਹ ਨੇ ਚਸ਼ਨਾਲੀ ਡਿਫੀਨੇ ਤੋਂ ਕੰਡੀਸ਼ਨ ਚਸ਼ਨਾਲ ਹੈ। ਕਹਿੰਦੇ ਟਰਾਂਸਪੋਰਟ ਨੂੰ ਕਹੋਗੇ ਕੰਡੀਸ਼ਨ ਚਸ਼ਨਾਲ ਹੈ ਕਵਾਂਦੋ ਸੀ ਟਰਾਂਸਪੋਰਟ ਆ ਪ੍ਰੋਦੋਤੀ, ਜਿਸ ਤਰ੍ਹਾਂ ਤੁਸੀਂ ਟਰਾਂਸਪੋਰਟ ਕਰਦੇ ਹੋ ਚੀਜ਼ਾਂ ਅਲੀਮੈਂਟਾਰੀ ਫਰੈਸਕੀ, ਅਲੀਮੈਂਟਾਰੀ ਚੀਜ਼ਾਂ ਔਰ ਫਰੈਸ਼ ਚੀਜ਼ਾਂ ਦੀ ਜ਼ੋਰ ਨਹੀਂ ਫੈਸਤੀ ਵੀ ਛੁੱਟੀ ਵਾਲੇ ਦਿਨ। ਕਹਿੰਦੇ ਨੇ ਜਿਸ ਟਾਈਮ ਤੁਸੀਂ ਅਲੀਮੈਂਟਾਰੀ ਦੀਆਂ ਚੀਜ਼ਾਂ ਲੈ ਕੇ ਜਾਂਦੇ ਹੋ ਨਾ ਛੁੱਟੀ ਵਾਲੇ ਦਿਨ, ਤਾਂ ਕਹਿੰਦੇ ਉਹਨੂੰ ਚਸ਼ਨਾ ਲੈ ਕੇ ਲਾਣਗੇ। ਦੇਖੋ ਗਲਤ ਕਹਿੰਦੇ ਵੀ ਫਾਲਸ ਹੋਇਆ, ਭਾਵੇਂ ਤੁਸੀਂ ਅਲੀਮੈਂਟਾਰੀ ਚੀਜ਼ਾਂ ਭਾਵੇਂ ਛੁੱਟੀ ਵਾਲੇ ਦਿਨ ਲੈ ਕੇ ਜਾਓ, ਭਾਵੇਂ ਛੁੱਟੀ ਵਾਲੇ ਦਿਨ ਬਾਅਦ ਲੈ ਕੇ ਜਾਓ, ਇਸ ਕਰਕੇ ਫਾਲਸ ਹੋਇਆ, ਠੀਕ ਹੈ। ਅੱਗੇ ਤਾਂ ਹੀ ਲੋਕ ਉਮੀਦਵਾਰ ਨਾਲ ਕਹਿੰਦੇ ਵੀ ਸੋਨੋ ਕੰਸੀਡਰਾ ਅਤੇ ਟਰਾਂਸਪੋਰਟ ਇਨ ਕੰਡੀਸ਼ਨ ਦੀ ਚਸ਼ਨਾਲੀ ਦਾ, ਕਹਿੰਦੇ ਕੰਸੀਡਰ ਕੀਤਾ ਜਾਏਗਾ ਟਰਾਂਸਪੋਰਟ ਤੋਂ ਚਸ਼ਨਾਲੀ ਦਾ, ਤੂੰ ਤੇਰੀ ਟਰਾਂਸਪੋਰਟ ਹੀ ਮਟੀਰੀਆ ਐਸਪਲੋਜੀ ਹੋ, ਜਦ ਵੀ ਤੁਸੀਂ ਟਰਾਂਸਪੋਰਟ ਕਰਦੇ ਹੋ ਮਟੀਰੀਅਲ ਜਿਹੜਾ ਧਮਾਕਾ ਖੇਜ ਹੋਇਆ। ਗਲਤ ਕਹਿੰਦੇ ਵੀ ਫਾਲਸ ਹੋਇਆ, ਉਹ ਵੀ ਖਤਰਨਾਕ ਮਟੀਰੀਅਲ ਕਹਿਲਾਏਗਾ, ਚਸ਼ਨਾਲੀ ਤਾਂ ਨਹੀਂ ਕਹਿਲਾਏਗਾ, ਫਾਲਸ ਹੋਇਆ, ਠੀਕ ਹੈ। ਅਤੇ ਰਗਾਸੀ ਅੱਗੇ ਪੜ੍ਹੀਏ। ਅੱਛਾ ਠੀਕ ਹੈ, ਓਕੇ। ਟਾਈਮ ਹੋ ਗਿਆ, ਆਖਰੀ ਆਖਰੀ ਇਹ ਪੇਜ ਪੜ੍ਹ ਲੈਂਦੇ ਨਾ, ਆ ਜਾਓ ਅੱਗੇ ਆ ਗਏ। ਅੱਛਾ ਅੱਛਾ, ਹਾਂਜੀ ਹਾਂਜੀ, ਅੱਗੇ ਆ ਗਿਆ, ਆਖਰੀ ਪੇਜ ਪੜ੍ਹਦੇ ਹਾਂ ਨਾ। ਕਹਿੰਦੇ ਨੇ ਬੇ ਫਿਰ ਅੱਗੇ ਆਇਆ ਸਾਰੇ ਕੁਝ ਪੇਜ ਫਿਰ ਪੜ੍ਹ ਲਵਾਂਗੇ। ਕਹਿੰਦੇ ਵੈਂਗਨ ਅਤੇ ਫਿਨੇ ਅਤੇ ਚਸ਼ਨਾਲੀ ਤਾਂ ਕੁਆਲੀ ਵਿਕੋਲੀ ਕੇ ਇਨਕਮ configurazione di marcia superano limiti di massa. Sono veicoli eccezionali i complessi di veicoli autorizzati che non rispettano le norme generali sul traino dei veicoli. Canebe veicoli eccezionali bagalaegi jis time ke chalan duran superano limiti di massa, jis time limit di massa yani ke vazan di limit vad jandi hai unadi eccezionale hogi la sagoma ordinariamente prevista da codice strada. ਜਿਹੜਾ ਸਗੋਂ ਗੱਡੀ ਦੀ ਸ਼ਕਲ, ਗੱਡੀ ਦਾ ਜਿਹੜਾ ਫੈਲਾਓ ਔਰਡਨਰੀ ਤੌਰ 'ਤੇ ਆਮ ਤੌਰ 'ਤੇ ਦਿੱਤਾ ਜਾਂਦਾ, ਜਿਹਦੇ ਵੱਧ ਜਾਏਗੀ ਗੱਡੀ 'ਤੇ ਚਸ਼ਨਾ ਲੈ ਕੇ ਲਾਏਗੀ, ਦੁਰੁਸਤ ਕਰਨ ਵਿਵੇਰ ਹੋਇਆ। ਔਰਡਨਰੀ ਕਿਤੇ ਹੁੰਦੀ 3% ਪਿੱਛੇ, 3 ਸੈਂਟੀਮੀਟਰ ਸੱਜੇ ਖੱਬੇ ਲੂਚੇ ਪੋਜੀਸ਼ਨ ਲੈ ਕੇ, ਉੱਤੇ 4 ਮੀਟਰ ਅਗਲੀ ਸਾਈਡ 'ਤੇ ਜਮ੍ਹਾਂ ਵਧਾ ਨਹੀਂ ਸਕਦੇ। ਜੇ ਇਹ ਇਹਨਾਂ ਸਭਾਂ ਚੀਜ਼ਾਂ ਦੀ ਕੋਈ ਵੱਧ ਜਾਏਗੀ ਉਹ ਚਸ਼ਨਾ ਲੈ ਹੋ ਜਾਏਗੀ, ਜਾਂ ਵਜ਼ਨ ਦੀ ਲਿਮਿਟ ਵਧੇਗੀ ਚਸ਼ਨਾ ਲੈ ਹੋ ਜਾਏਗੀ। 2 ਨੰਬਰ ਸੀ ਵਿਕੋਲੀਆ ਚਸ਼ਨਾ ਲੈ ਕੰਪਲੈਸੋ ਵਿਕੋਲੀ ਅਥੋਰੀਜ਼ਾਤੀ, ਕਹਿੰਦੇ ਕੰਪਲੀਟ ਜਿਹੜੀ ਗੱਡੀ ਅਥੋਰਾਈਜ਼ਡ ਹੈ, ਜਿਹੜੀ ਗੱਡੀ ਵਿੱਚ ਸ਼ਨਾਲੀ ਹੁੰਦੀ ਹੈ ਕਿ ਨੋਨ ਰਿਸਪੈਤਾਨ ਨੋਰਮੇ ਜਨਰਲ ਸੁਲ ਤਰੇਨੋ ਦੀ ਦਲਵਿਗੋਲੋ, ਕਹਿੰਦੇ ਜਿਹੜੇ ਕਿ ਨਹੀਂ ਰਿਸਪੈਕਟ ਕਰਦਾ ਹੈ ਨੋਰਮੇ ਜਨਰਲ, ਜਿਹੜੇ ਜਨਰਲੀ ਕਾਨੂੰਨ ਲਾਗੂ ਹੁੰਦਾ ਹੈ ਤਰੇਨਾ ਵਾਲੇ ਕਰਨ ਦੇ ਗੱਡੀ ਦੇ, ਦਰੁਸਤ ਕਹਿੰਦੇ ਵਿਵੇਰ ਹੋਇਆ। ਕਹਿੰਦੇ ਵਿਕੋਲੀ ਚਸ਼ਨਾਲੀ ਕਰੇ ਕਲਾਏਗੀ ਉਹ ਜਿਹੜੀ ਕੰਪਲੀਟ ਗੱਡੀ ਆਥੋਰਾਈਜ਼ਡ ਨਹੀਂ ਹੈ, ਠੀਕ ਹੈ, ਵਿਕੋਲੀ ਅਥੋਰੀਜ਼ਾਤ ਜਿਹੜੇ ਆਥੋਰਾਈਜ਼ਡ ਹੈ ਕਿ ਨੋਨ ਰਿਸਪੈਤਾਨ ਨੋਰਮੇ ਜਨਰਲ ਤਰੇਨੋ ਦੀ ਵਿਕੋਲੀ, ਜਿਹੜੀ ਤਰੇਨਾਰੇ ਕਰਨ ਦੇ ਲਈ ਜਿਹੜੇ ਨੋਰਮਲ ਜਨਰਲ ਕਾਨੂੰਨ ਲਾਗੂ ਹੁੰਦੇ ਨਾ, ਜੇ ਉਹਨੇ ਰਿਸਪੈਕਟ ਨਹੀਂ ਕਰਦੇ ਉਹ ਵੀ ਗੱਡੀ ਚਸ਼ਨਾਲੇ ਕਲਾਏਗੀ, ਦਰੁਸਤ ਕਹਿੰਦੇ ਵਿਵੇਰ ਹੋਇਆ ਵੀ। ਕਹਿੰਦੇ ਟਰਾਂਸਪੋਰਟ ਤੋਂ ਕੰਡੀਸ਼ਨ ਦੀ ਚਸ਼ਨਾਲੀ ਤਾਂ, ਜਿਹੜੀ ਟਰਾਂਸਪੋਰਟ ਕਰਦੇ ਹੋ ਕੰਡੀਸ਼ਨ ਚਸ਼ਨਾਲੀ ਤਾਂ ਵਿੱਚ ਵਿਕੋਲੀ ਚਸ਼ਨਾਲੇ ਯਾਨੀ ਕਿ ਟਰਾਂਸਪੋਰਟ ਕਰਦੇ ਹੋ, ਇਹ ਵਿਕੋਲੀ ਚਸ਼ਨਾਲੀ ਜਿਹੜੀ ਗੱਡੀਆਂ ਚਸ਼ਨਾਲੀ ਹੁੰਦੀਆਂ ਨੇ ਦੌਰਾਨ ਸਰਕੂਲੇਸ਼ਨ ਦੌਰਾਨ ਦੇਵਨ ਅਵੇਅਰ ਹੈ ਚੇਜ਼ ਹੋ ਸਿਗਨੇਸ਼ਨ ਲੂਮੀਨੋਜ਼ ਦੀ ਪੈਰੀਗਲੋ, ਸਿਲਟਾਂ ਵਾਲਾ ਸਿਗਨਲ ਖਤਰੇ ਦਾ ਆਨ ਹੋਣਾ ਚਾਹੀਦਾ ਹੈ। ਇਨ ਸੇਮ ਹੈ ਦੂਨੋ ਪਿਊ ਡਿਸਪੋਜੀਟਿਵ ਆਲੂ 'ਚ ਯਾਲਾ ਲੰਬਾ ਜਾਂਦਾ, ਔਰ ਇਹਦੇ ਨਾਲ ਇੱਕ ਹੋਰ ਪੀਲੀ ਜਗਦੀ ਬੁਝਦੀ ਲਾਈਟ ਹੋਣੀ ਚਾਹੀਦੀ, ਚੌਵੇ ਇੰਡੀਕੇਟਰ ਹੋਣੇ ਚਾਹੀਦੇ ਨੇ ਬਲਦੇ, ਔਰ ਇਹਦੇ ਇਲਾਵਾ ਇੱਕ ਹੋਰ ਲਾਈਟ ਪੀਲੀ ਜਗਦੀ ਬੁਝਦੀ ਹੋਣੀ ਚਾਹੀਦੀ ਹੈ। ਇਹ ਆਲੂ 'ਚ ਪੋਜੀਸ਼ਨ ਹੈ, ਇਹ ਪ੍ਰੇਤੋਰੀ ਅਨਬਲੈਂਤੀ, ਔਰ ਆਲੂ 'ਚ ਪੋਜੀਸ਼ਨ ਹੈ ਔਰ ਪ੍ਰੇਤੋਰੀ ਅਨਬਲੈਂਤੀ ਵੀ ਵੱਲੀ ਹੋਣੀ ਚਾਹੀਦੀ ਹੈ। ਇਹ ਲਾਈਟਾਂ ਨੇ ਟੋਟਲ ਜਿਹੜੇ ਇਹ ਵਿਕੋਲੀ ਚਸ਼ਨਾ ਲੈ ਕੇ ਜਾਂਦੇ ਹੋ ਨਾ, ਇਹ ਟੋਟਲ ਲਾਈਟਾਂ ਨੇ ਅਨਬਲੈਂਤੀ ਪੋਜੀਸ਼ਨ ਦੇ ਨਾਲ, ਫਿਰ ਪੀਲੀ ਜਗਦੀ ਬੁਝਦੀ ਲਾਈਟ ਔਰ ਚੌਵੇ ਫ੍ਰੀ 'ਚ, ਦਰੁਸਤ ਕਰਨ ਫਿਰ ਹੋਇਆ। ਕਹਿੰਦੇ ਵਿਕੋਲੀ ਚਸ਼ਨਾ ਲਈ ਅਚੇ ਦੈਨ ਅਤੇ ਲਾਮਾਸਾ ਕੌਨਸੰਦੀਦਾ, ਇਹ ਵੱਧ ਅਚੇਤ ਰਹੇ ਯਾਨੀ ਕਿ ਕਰਦੀ ਹੈ, ਵੱਧਦੀ ਹੈ ਮਾਸਾ ਕੌਨਸੰਦੀਦਾ ਜਿਹਨਾਂ ਵਜ਼ਨ ਜਾਜ਼ਤ ਹੈ, ਜਿਹਨਾਂ ਕਦ ਚਿਕਸ਼ਨ ਲਿਖਿਆ ਉਦੋਂ ਵਧਾਉਂਦੀ ਵਜ਼ਨ ਵੱਧ ਜਾਂਦਾ। ਸੋ ਜੈ ਤੋ ਆ ਪਾਗਾਮੈਂਟੋ ਦੀ ਇੰਡੀਨੀਜ਼ੀਓ, ਇਹਦੇ ਮਤਲਬ ਹੁੰਦਾ ਕਿ ਤੁਸੀਂ ਪੇ ਕਰੋਗੇ ਇੰਡੀਨੀਜ਼ੀਓ ਮੁਆਵਜ਼ਾ ਉਜ਼ੂਰਾ ਐਨ ਅਤੇ ਪ੍ਰੋਪੀਤਾ ਦਾ ਅਸਰਾਦਾ
ਉਹ ਅਰਧ ਲਾਤਸਰਾ ਦਾ ਜਾਂ ਰੋਡ ਦਾ ਰਿਸਪੋਂਸੀਬਲ ਹੈ ਜਾਂ ਅਰਧਸਰਾ ਦਾ ਰਿਸਪੋਂਸੀਬਲ ਹੈ ਉਹਨੂੰ ਤੁਸੀਂ ਹਿੰਦੀ ਨਹੀਂ ਦਿਓ, ਯਾਨੀ ਕਿ ਮੁਆਵਜ਼ਾ ਜ਼ਿਆਦਾ ਪੇ ਕਰੋਗੇ, ਠੀਕ ਹੈ? ਦਰੁਸ ਕਿਵੇਂ ਬਿਹੇਵੀਅਰ ਹੋਇਆ ਨਾ ਵਿਕੋ ਨੋਨ ਬੈਂਕ ਨੋ ਉਹਦੇ ਫਿਨੇ ਅਤੇ ਚੁਸ਼ਣ ਵਾਲੀ ਉਹ ਗੱਡੀਆਂ ਚੁਸ਼ਣ ਵਾਲੀ ਨਹੀਂ ਕਰਾਉਂਦੀਆਂ ਕਿ ਸੁਪਰਾ ਨੂੰ ਲਿਮਿਟ ਦੀ ਮਾਸਾ ਕੰਪਲਸੀਵਾ ਪੈਨੋ ਪ੍ਰਵੀਸ ਤੋਂ ਕੁਝ ਤਰ੍ਹਾਂ ਸਰਾਦਾ ਜਿਹਨਾਂ ਨੂੰ ਮਾਸਾ ਕੰਪਲਸੀਵਾ ਪੈ ਜਿਹੜਾ ਕੁਝ ਤਰ੍ਹਾਂ ਸਰਾਦਾ ਰੋਡ ਦੇ ਕਾਨੂੰਨ ਦੇ ਤਹਿਤ ਨਹੀਂ ਲਿਮਿਟ ਜਿਹਦੇ ਵੱਧਦੀਆਂ ਕਿੰਨੇ ਚੁਸ਼ਣ ਵਾਲ ਨਿਕਲਾਉਂਦੀਆਂ ਵੀ ਸੇ ਨੋਨ ਸੁਪਰਾਨੋ ਅਣ ਕੇ ਲਿਮਿਟ ਦੀ ਸਗੋਮਾ ਜੇ ਨਹੀਂ ਵੱਧਦੀਆਂ ਹੈ ਵੀ ਲਿਮਿਟ ਤੋਂ ਗਲਤ ਕਹਿੰਦੇ ਵੀ ਫਾਲਸ ਹੋਇਆ ਜੇ ਲਿਮਿਟ ਤੋਂ ਨਾ ਵਧਣ ਦੇ ਵੀ ਕੋਲੇ ਚੁਸ਼ਣ ਵਾਲੇ ਨਹੀਂ ਕਲਾਉਂਦੀ ਇਸ ਕਰਕੇ ਫਾਲਸ ਹੋਇਆ ਜਿਹੜਾ ਔਰ ਜਿਹੜਾ ਮਾਸਾ ਔਰ ਦੇ ਨਾਲੇ ਦਿੱਤਾ ਜਾਂਦਾ ਮਾਸਾ ਔਰ ਦੇ ਨਾਲੇ ਕਿਉਂ ਹੁੰਦਾ ਜਦੋਂ ਨਹੀਂ ਨਾ ਵਧੀਆਂ ਮਾਸਾ ਔਰ ਦੇ ਨਾਲ 3% ਪਿੱਛੇ ਜੋ 3% ਪਿੱਛੇ ਹੋਵੇਗਾ ਤਾਂ ਕੋਈ ਮਸਲਾ ਨਹੀਂ ਹੈ ਜੇ 3% ਤੋਂ ਵੱਧ ਹੋਵੇਗਾ ਤਾਂ ਉਹ ਚੁਸ਼ਣਾ ਲਿਆ ਹੋਵੇਗੀ ਕਹਿੰਦੇ ਵੀਅਤਾ ਤੋਂ ਇੱਕ ਚਿਰਕੁਲਾਸ਼ੀਓ ਨੇ ਹੱਥਸਰਾ ਦਾ ਵਿਕੋਲੀ ਇਹ ਚੁਸ਼ਣਾ ਵਾਲੀ ਕਹਿੰਦੇ ਵਿਕੋਲੀ ਚੁਸ਼ਣ ਵਾਲੀ ਨੇ ਹੱਥਸਰਾ ਦੇ ਚੱਲਣਾ ਮਨਾਈ ਹੈ ਮਨਾਈ ਹੁੰਦੀ ਹੈ ਇੰਡੀਨੀ 'ਚ ਵੱਧ ਪੇ ਕਰਨਾ ਪਵੇਗਾ ਮੁਆਵਜ਼ਾ ਵੱਧ ਪੇ ਕਰਨਾ ਪਵੇਗਾ ਲੇਕਿਨ ਚੱਲ ਸਕਦੇ ਹੋ ਫਾਲਸ ਹੋਇਆ ਕਹਿੰਦੇ ਕੌਣ ਸੀ ਰਾਤ ਵਿਕੋਲੀ ਚੁਸ਼ਣ ਵਾਲੇ ਕਹਿੰਦੇ ਵਿਕੋਲੀ ਚੁਸ਼ਣ ਵਾਲੇ ਕੰਸੀਡਰ ਕੀਤਾ ਜਾਂਦਾ ਇਸਨੂੰ ਉਹਨਾਂ ਮੈਜ਼ੋ ਦੀ ਉੱਪਰ 83 ਜਿਹੜੀ ਗੱਡੀ ਮੈਜ਼ੋ ਦੀ ਉੱਪਰ 83 ਤਿੰਨ ਧੂਰਿਆਂ ਵਾਲੀ ਹੈ ਭਾਵੇਂ ਚਾਰ ਧੂਰਿਆਂ ਵਾਲੀ ਉਹ ਵਿਕੋਲੀ ਚੁਸ਼ਣ ਵਾਲੀ ਨਹੀਂ ਹੁੰਦੀ ਹੈ ਵੀ ਠੀਕ ਹੈ ਕਹਿੰਦੇ ਮਾਸਾ ਕੰਪਲੈਕਸ ਵੀ ਪੈਨੋ ਕਾਰੀ ਕੋ ਪਾਰੀ 32 ਟਨ ਜਿਹਦਾ ਵਜ਼ਨ 32 ਟਨ ਹੁੰਦਾ ਗਲਤ ਕਹਿੰਦੇ ਫਾਲਸ ਹੋਇਆ 32 ਟਨ ਨਹੀਂ ਹੁੰਦਾ ਪਹਿਲੀ ਗੱਲ ਉਹਦਾ ਵਜ਼ਨ ਹੁੰਦਾ ਮੈਜ਼ੋ ਦੀ ਉੱਪਰ ਦਾ 83 ਦਾ 33 ਟਨ ਠੀਕ ਹੈ ਇਸ ਕਰਕੇ ਫਾਲਸ ਹੋਇਆ ਔਰ 33 ਟਨ ਵਿੱਚ ਵੀ ਵਿਕੋਲੀ ਚੁਸ਼ਣ ਵਾਲੀ ਹੁੰਦੀ 8 ਨੰਬਰ ਕਹਿੰਦੇ ਨੋਨ ਵੈਂਗੋ ਨਾ ਫਿਨੀ ਅਤੇ ਚੁਸ਼ਣ ਵਾਲੀ ਵਿਕੋਲੀ 800 ਪੈਰਾਂ ਨੂੰ ਲਿਮਿਟ ਕੋਮਾ ਔਰ ਦਿਨਾਰੀ ਮਿਹਨਤ ਪ੍ਰਵੀਸ ਤੋਂ ਜਿਹੜਾ ਆਰਡਨਰੀ ਦਿੱਤਾ ਜਾਂਦਾ ਲਿਮਿਟ ਉਹਦੇ ਵੱਧ ਹੋਵੇ ਨਾ ਦਲਕਾਰੀ ਕੁਝ ਸਰਾਦਾ ਰੋਡ ਦੇ ਕਾਨੂੰਨ ਦੇ ਤਹਿਤ ਕਹਿੰਦੇ ਜੇ ਗੱਡੀ ਵੱਧ ਹੋਵੇ ਨਾ ਜਿਹੜਾ ਨੋਰਮਲ ਰੋਡ ਦੇ ਕਾਨੂੰਨ ਹੈ ਕਹਿੰਦੇ ਨੇ ਫਿਰ ਗੱਡੀ ਚੁਸ਼ਣ ਵਾਲੇ ਨਹੀਂ ਗਲਾਉਂਦੇ ਫਿਰ ਕਿ 83 ਦੀ ਵਿਕੋਲੀਆ ਅਲਮੈਨੋ ਚੀਕ ਹੋਇਆ ਸੀ ਕਿਉਂਕਿ 84 ਗੱਡੀ ਹੈ 84 ਭਾਵੇਂ ਗੱਡੀ ਸੋਰੀ ਪੀਕ ਹੋਇਆ ਸੀ 85 ਗੱਡੀ ਹੈ ਭਾਵੇਂ 85 ਗੱਡੀ ਹੋਵੇ ਨਾ ਇੱਕ ਲਿਮਿਟ ਤੋਂ ਵਧਣਾ ਚਾਹੀਦਾ ਵੀ ਠੀਕ ਹੈ ਜਿਹੜੀ 3% ਪਿੱਛੇ 3 ਸੈਂਟੀਮੀਟਰ ਸੱਜੇ ਖੱਬੇ 4 ਮੀਟਰ ਉੱਤੇ ਅੱਗੇ ਤਾਂ ਬਿਲਕੁਲ ਵਧਾ ਨਹੀਂ ਸਕਦੇ ਜੇ ਇਸ ਲਿਮਿਟ ਤੋਂ ਬਾਹਰ ਹੋਵੇਗਾ ਤਾਂ ਅਚਛਾ ਨਾਲ ਹੀ ਹੋਵੇਗੀ ਇਸ ਕਰਕੇ ਫਾਲਸ ਹੋ ਕਹਿੰਦੇ ਤੁਸੀਂ ਵਿਗੋਲੀ ਜ਼ਲਾਤੀ ਸੁਪਰਾਨੋ ਲੂੰਗੇਜ਼ ਆ 12 ਮੀਟਰ ਜਿਹਨੇ ਲੰਬਾਈ 12 ਮੀਟਰ ਤੋਂ ਵੱਧ ਹੁੰਦਾ ਹੈ ਕੌਨਸੀਦਰਾ ਤੋਂ ਵਿਗੋਲੀ ਚਸ਼ਣ ਵਾਲੀ ਕਹਿੰਦੇ ਇਹਨਾਂ ਨੂੰ ਵਿਕੋਲੀ ਅਚਿਸ਼ਣ ਵਾਲੀ ਮੰਨਿਆ ਜਾਂਦਾ ਗਲਤ ਕਹਿੰਦੇ ਫਾਲਸ ਹੋਇਆ ਹਰ ਇੱਕ ਗੱਡੀ ਜਿਹੜੀ 12 ਮੀਟਰ ਤੋਂ ਵੱਧ ਗਈ ਚਸ਼ਣ ਵਾਲੇ ਨਹੀਂ ਹੋ ਸਕਦੀ ਹੈ ਵੀ ਠੀਕ ਹੈ ਇਸ ਕਰਕੇ ਕਿਉਂਕਿ ਚਿੰਕ ਵਿਆਸੀ ਗੱਡੀਆਂ ਹੁੰਦੀਆਂ ਨੇ ਉਹ ਮੁਮਕਿਨ 12 ਮੀਟਰ ਤੋਂ ਵੱਧੀਆਂ ਹੋਣ ਤਾਂ ਉਹ ਅਚਿਸ਼ਣ ਵਾਲੇ ਨਹੀਂ ਕਲਾਉਂਦੀਆਂ ਵੇ ਠੀਕ ਹੈ ਇਸ ਕਰਕੇ ਫਾਲਸ ਹੋਇਆ ਲਓ ਜੀ ਅੱਗੇ ਪੜ੍ਹਾਂਗੇ 158 ਨੰਬਰ ਪੜ੍ਹਾਂਗੇ ਨਾਲ ਹੀ ਹੋਣੀ ਅਗਲੀ ਕਿਸ਼ਤ ਵਿੱਚ ਸਾਬਤ ਪੜ੍ਹ ਲਾਂਗੇ ਠੀਕ ਹੈ ਆਪਣੇ ਵਿੱਚ ਕਹਿੰਦੇ ਦੱਸ ਦਿਓ ਕਿੰਨੇ ਕੀਤੇ ਸ਼ਾਬਾਸ਼ ਜਮਾਂ ਯਾਦ ਕਰ ਯਾਰ ਵਧੀਆ ਕਰਿਆ ਕਰੋ ਯਾਰ ਕਹਿੰਦੇ